ਵਾਲੇ ਹਜ਼ਾਦਾਰੋ ਦੂਜਾ ਕਦਮ ਰੱਖਦਿਆਂ ਤਾਂ ਇਹਨਾਂ ਪੰਦਰਾਂ ਬਾਗਾਂ ਅਲੀ ਦੀ ਧੀ ਸੁਣਿਆ ਰੋ ਕੇ ਆਦੀ ਆਈ ਮੁਸਲਮਾਨੋ ਮੇਰੀ ਮਾਂ ਦਾ ਜਨਾਜ਼ਾ ਹੱਥ ਰਾਤ ਪੁਚਵਾਹਾ ਰਾ ਦਿਓ ਮੈਂ ਅਲੀ ਦੀ ਧੀ ਮਰਹਬਾ ਅਲੀ ਦੀਆਂ ਧੀਆਂ ਰਾਜ਼ੀਓ ਨੀ ਮੁਸਲਮਾਨੋ ਮੇਰੀ ਮਾਂ ਦਾ ਜਨਾਜ਼ਾ ਹੱਥ ਰਾਤ ਪੁਚਵਾਹਾ ਰਾ ਦਿਓ ਕੇ ਆਦੀ ਹੈ ਮੁਸਲਮਾਨੋ ਮੈਨੂੰ ਉਧਾਰੀ ਚਾਦਰ ਦਿਓ ਮੈਂ ਅਗਲੇ ਮੋੜ ਤੇ ਵਾਲਾ ਮਰਹਬਾ ਅਲੀ ਦੀਆਂ ਧੀਆਂ ਰਾਜ਼ੀ ਉਧਾਰੀ ਚਾਦਰ ਦਿਓ ਬਿਸਮਿਲ੍ਲਾ ਜ਼ਾਈ ਮੈਂ ਅਗਲੇ ਮੋੜ ਤੇ ਵਲਾ ਦੇਸਾਂ ਬਜ਼ੁਰਗੋ ਹਿੰਦਾ ਦੇ ਕਦਮ ਛੋੜ ਦਿੱਤੇ ਮਜ਼ਮੂਨ ਜਿਤਨਾ ਬਈ ਟਾਈਮ ਦੇਵਣ ਆਏ ਉਸ ਵਿੱਚ ਮੁਕੰਮਲ ਕਰਨਾ ਹਿੰਦਾ ਦੇ ਕਦਮ ਬਾਜ਼ਾਰ 'ਚ ਆਏ ਮਿੱਟੀ 'ਤੇ ਬੈਠੀ ਆਈ ਬਜ਼ੁਰਗੋ ਅਲੀ ਸ਼ਹਿਨ ਸ਼ਾਹ ਦੀ ਜ਼ਖਮੀ ਧੀ ਵੱਡੀ ਸਹਿਣ ਛੋਟੀ ਕੋ ਪਈ ਆਦੀ ਹੈ ਵੇਖ ਕੇ ਕੌਣ ਹੈ ਲਾਹੌਰ ਦੀ ਮਲਕਾ ਦੀ ਹੈ ਮੰਗ ਦੁਆ ਸ਼ਲ ਮੈਂ ਮਰਵਨਾ ਆਲੀਆ ਸਹਿਣਾ ਦੀ ਦਸਾ ਮੁਸਲਮਾਨਾ ਅਕਬਰ ਨੂੰ ਬਰਛੀ ਮਾਰੀ ਤੇ ਮੌਤ ਨਾ ਮੰਗੀ ਕਾਸਿਮ ਜਿੰਦਾ ਘੋੜੇ ਭੱਜ ਗਏ ਤੇ ਮੌਤ ਨਹੀਂ ਮੰਗੀ ਮੁਸਲਮਾਨਾ ਮੇਰੇ ਆਉਣ ਮੁਹੰਮਦ ਨੂੰ ਛੋੜਿਆ ਮੌਤ ਨਹੀਂ ਮੰਗੀ ਮੁਸਲਮਾਨਾ ਮੇਰੇ ਭਰਾ ਨੂੰ 13 ਜ਼ਰਬਾਂ ਨਾਲ ਮਾਰਿਆ ਮੌਤ ਨਹੀਂ ਮੰਗੀ ਹੁਣ ਕਿਉਂ ਮੰਗਦੀ ਵੇਧੀਆ ਰੁਨੀਏ ਤੇ ਰੋਕਿਆ ਦੀਏ ਵੇਖਣਾ ਉਹ ਹਿੰਦਈ ਆ ਗਈਏ ਤੇਰੇ ਸਰ ਤੇ ਚਾਦਰ ਕਹੇ ਨਹੀਂ ਏ ਸ਼ਾਮ ਦੀ ਸ਼ਜ਼ਾਦੀ ਏ ਅਸੀਂ ਸ਼ਾਮ ਦੇ ਮਰਹਬਾ ਅੱਧ ਖੋਲੀ ਮੈਂ ਬਹਿਣ ਕਹਿਣਾ ਬਜ਼ੁਰਗੋ ਜ਼ਿੰਦਗੀ ਦਾ ਨਹੀਂ ਪਤਾ ਇਹ ਸ਼ਾਮ ਦੀ ਸ਼ਜ਼ਾਦੀ ਅਸਾਂ ਸ਼ਾਮ ਦੇ ਕੈਦੀ ਹਿੰਦਾ ਦੀ ਕਨੀਜ਼ ਹਿੰਦਾ ਦੀ ਕੁਰਸੀ ਚਾਹ ਕੇ ਮੇਰੀ ਸਹਿਣ ਦੇ ਅੱਗੇ ਗੁਜ਼ਰ ਗਈ ਅਲੀ ਦੀ ਜ਼ਖਮੀ ਧੀ ਨੇ ਸਰ ਝੁਕਾਇਆ ਜੋ ਹਿੰਦਾ ਨਾਲੋਂ ਵੀ ਗੁਜ਼ਰ ਬਣੇ ਡੇਰੇ ਵਾਲਿਆ ਪਰ ਜਿਹੜੇ ਵੇਲੇ ਹਿੰਦਾ ਦੇ ਕਦਮ ਮੇਰੀ ਸਹਿਣ ਦੇ ਕਰੀਬ ਹੈ ਨਾ ਹਿੰਦਾ ਕਦਮ ਜਾ ਹੀ ਨਹੀਂ ਸਕੀ ਆਪਣੀਆਂ ਨੁਕਰਾਣੀਆਂ ਕੋਲ ਪਈ ਪੁੱਛਦੀ ਹੈ ਦੱਸੋ ਨਾ ਇਹ ਜ਼ਖਮੀ ਬੀਬੀ ਕੌਣ ਹੈ ਦੱਸੋ ਆਦੇ ਮਲਕਾ ਅਸਾਂ ਨਹੀਂ ਜਾਣਦੇ ਲੋਕ ਆਦੇ ਵਧੇ ਹਨ ਇਹ ਬੀਬੀ ਉਹ ਸਰ ਦੂਏ ਭੇਣ ਬਿਰਾ ਹੈ ਬਾਜ਼ਾਰ ਦਾ ਰਸ਼ ਵਧਦਾ ਹੈ ਇਹ ਤਾਂ ਆਦੀ ਹੈ ਹੁਸੈਨ ਮੇਰੀ ਮਾਂ ਦਾ ਜਨਾਜ਼ਾ ਅੱਧ ਰਾਤ ਪੁੱਛਵਾ ਆਦੀ ਹੈ ਕੈਦਲੀ ਨੂੰ ਜਾਣਨੀ ਹੈ ਵਤ ਹੁਸਾ ਐਸਾ ਐਸਾ ਦੱਸੇ ਅਲੀ ਦੀ ਧੀ ਆਲੀਆ ਨੂੰ ਜਾਣਦੀ ਹੈ ਜਾ ਕੋਈ ਨਾ ਬੇਬੇ ਆਦੀ ਹਿੰਦਾ ਮੇਰੇ ਵਾਲ ਹਟਾ ਡੇਰੇ ਵਾਲਿਆ ਹਿੰਦਾ ਵਾਲ ਹਟਾਇਨ ਬੀਬੀ ਆਦੀ ਸੁਝਾ ਇੱਕੇ ਗੱਲ ਦਾ ਜਵਾਬ ਦੇ ਕਿਥਾ ਅੱਜ ਕੱਲ ਗਾਲੀ ਵਸਦਾ ਹੈ ਉਹਦੇ ਸ਼ਹਿਰ ਦਾ ਨਾ ਮੰਡਸਾ ਅੱਛਾ ਜੀ ਕਰਾਂ ਜਿਹੜੇ ਰੋਂਦੇ ਤੇ ਹਾਏ ਪੈ ਕਰਦੇ ਹੋ ਰੋਗੜ ਵਾਲੇ ਅਜ਼ਾਦਾਰੋ ਹਿੰਦਾ ਚਾਦਰ ਲਹਾਈਏ ਆ ਆਦੀ ਮੰਨ ਗਈਆਂ ਤੇਰਾ ਗਾਜ਼ੀ ਮਾਰਾ ਗਿਆ ਆ ਉਹ ਕਿਨ ਗਈ ਆਈ ਜੇ ਕੋ ਬੁਰਕਾਂ ਪਲੇਂਦੀ ਰਹੀ ਹੈ ਰੁਣੀਏ ਤੇ ਰੋ ਕੇ ਪਈਆ ਦੀਏ ਅਕਬਰ ਮਰਾ ਕੇ ਆਈ ਹਾਂ ਚਾਦਰ ਲੁਟਾ ਕੇ ਆਈ ਹਾਂ ਕਰ ਬਲ ਲੁੱਟੀ ਦੀ ਰਹਿ ਗਈਆ ਹੋ ਅੱਛਾ ਇੱਕ ਮੈਂ ਕਰ ਦੇਵਾਂ ਬਾਈ ਚੁੱਪ ਗਿਆ ਬਾਜ਼ਾਰ ਆ ਗਿਆ ਦਰਬਾਰ ਭਾਈ ਤਨਰੀ ਰਬਾਸ ਮਰ ਗਿਆ ਸਜਾ ਤੇ ਮਰ ਗਿਆ ਬਾਕੇਰ ਹੋ ਜਦਾ ਅਲੀ ਦੀ ਧੀ ਦਾ ਪਹਿਲਾ ਕਦਮ ਜ਼ਾਲਿਮ ਦੇ ਦਰਬਾਰ ਚ ਆਇਆ ਭਾਈ ਜਾਨ 9000 ਕੁਰਸੀ ਲੱਗੀ ਹੋਈ ਆਈ ਸ਼ਰਾਬੀ ਸ਼ਰਾਬ ਪੈ ਪੀਂਦੇ ਆਏ ਨਾ ਤਬਲ ਵੱਜਦੇ ਪਾਇਆ ਨਾ ਇਹ ਜ਼ਾਲਿਮ ਦਾ ਬੱਚਾ ਤਖਤ ਲਾਂਦਾ ਆਇਆ ਸ਼ਰਾਬੀ ਪੀਂਦਾ ਆਇਆ ਰੋਣ ਵਾਲੇ ਅਜ਼ਾਦਾਰੋ ਨਾ ਅਕਬਰ ਦੇ ਸਾਂਗ ਤਲੇ ਆਇਆ ਹੈ ਨਾ ਅਸਗਰ ਦੀ ਸਾਂਗ ਤਲੇ ਆਇਆ ਹੈ ਨਾ ਕਾਸਿਮ ਦੀ ਸਾਂਗ ਤਲੇ ਆਇਆ ਹੈ ਨਾ ਉਹਨਾਂ ਮੁਹੰਮਦ ਦੀ ਸਾਂਗ ਤਲੇ ਆਇਆ ਹੈ ਭਾਈ ਜਾਨ ਕੁੱਤਾ ਉਠਾਇਆ ਹੈ ਜਿੱਤਾ ਗਾਜ਼ੀ ਦਾ ਕੱਟਾ ਹੋਇਆ ਸਾਰਾ ਤਾਨਾ ਮਾਰ ਕੇ ਆਦਾ ਹੈ ਉਹ ਕਿਹੜੀ ਹੈ ਜ਼ੈਨਬ ਜਿਹਦੇ ਚਿਹਰੇ ਖੁਦਾ ਕੁਰਾਨ ਜਿਹੜੀ ਵੀ
اللہ عبادت قبول فرمائے. بارے دیگر صلوات ہوں ذاکر اہل بیت نعیم عباس بخاری شاہ صاحب نے خطاب کرے سن، اس تو بعد تنویر عباس عیسیٰ تسا بھی ممبر تو تشریف گھینا ہو. تنویر عباس دعائے وارث کائنات سڈا ٹورایا ذاکرین کا پڑھیا منظور فرمائے. بانیان دے جملہ مرومین دے عظیم خالق درجات بلند فرمائے، بالخصوص بابے سید بشیر حسین شاہ دے اور میرے بابے سید قاری ندیم عباس بخاری دے. جتنے مومن آزادار بیمارن مالک سیعت عطا فرماوے، جتنے آزادار بے روزگار ان مالک حلال دا وسیع رزق عطا فرماوے، جڑے بے گناہ قیدی جیلان دے اندر ان مالک جلد رہائی عطا فرماوے. پہلی اور آخری دعا عظیم خالق سارے بارہویں آقا دا جلد ظہور فرماوے. تمام دعاواں دی قبولیت واسطے مل کے باواز بلند صلوات. اجازت ہے بابا جی ذکر کے پاس شروع کروں. صلوات باواز بلند اللہ علیہ. مجلس پاک دا آغاز میرا دل بزرگاں دی روبائی تو کرنا چاہنا. صلوات ایک سونی پڑھو میں روبائی کروں. نصیب شہید کر گو بلا درزا، مگر عقیدت دینا چمدائے حسین عقیدت دے نال چمدے حسین غازی برادر. دل محبان دے تھار دیندے نجف علی مرتضی دا روزہ، جے دیندے دیکھ مولا امام رضا دا روضا. یا علی علیہ السلام صلوات مل کے جدہ دے بابا جی کدہ قصیدہ پڑھ گئے نو مل کے ایک صلوات پڑھو. اللہم صلی اللہ یا علی یا علی یا علی تیرے جی میں صدا سنے مولا سن مولا حسن تے مولا
اللہ غازی نو بنایا نالے جورتا بنایا یا علی علیہ السلام اللہ غازی نو بنایا نالے دیگر سلوات ہوں پایا ہے در پہ نبی کسایا ہے جس کو ملکہ اے شام کہتے ہیں میں نے چلنا اسے سکھایا ہے میں فضا ہوں سبحان اللہ اچھا بسم اللہ سبحان اللہ تھوڑی زندگیاں بنا لیں کیسا مقام بھی یاد ہے میں نے ایسا مقام پایا ہے میرے سر پہ
سکھایا ہاں میں فضا ہوں علی ولی اللہ حیدری ایڈا سونا سنیا وے خدا دی قسم مل پا چھوڑا میں ای تو ود کے تک 70 سنے نا حالے میں ڈھیر قصیدے پڑھنے اچھا زندگی ہوئے بی بی اے دساؤ تساں سب تو وڈا رتبہ کیڑا پاتا ہے بی بی آئی نا دے پاسے دے کے سوال کیتا سین فضا مسکرا کے حسن حسین اٹھا توجہ شارتے حسن حسین اٹھا انہ دے پاسے دے کے آدھی ہے جس کے گھر میں حسول رہتے ہیں پاک سیدہ کے پھول رہتے ہیں بابا تھکاوٹ دور کر چھوڑی بابا اچھا اجازت ہو قصیدہ تو میں ہوں پڑھنے بابا جڑا قصیدہ بمو شال تھلے تے پڑھی ہے چلو چاچے دی فرمائش پڑھ دی اجازت ہے بابا قصیدہ سن تم عربی دا علی دی شان سنائے دا میں زندگی آویں اچھا بسم اللہ تو اج میں دیا دلیلا سن تے تو حق سچ دسے دا میں تو اج میں دیا دلیلا بھائی زندگی آویں تے تو حق سچ دسے دا میں عربی صاحب آکھے زندگی آویں او دے انہاں مسلماناں نال گا ہلے جڑے آ دن شیعہ دی مجلس وچ ونجن نال ساڈے نکاح ترٹ وین اچھا تھوڑی زندگی ہوئے انہوں نے اسان دسانے ہیں تھوڑے نکاح ترٹ دین اسان تو تھوڑے جنازہ شرکت کریں ہیں تو سا کیوں نہیں ویان دے اس پہلی سطر لکھی آکھے اپنے پیر دیکھ سادے پیر دیکھ ہوئے علی دے منن والا خدا دی قسم ہے دلو علی علی نکرے تا آمن دا فائدہ کوئی نہیں وہ دے آ دیکھ تے حساب آپ لاویں اپنے پیران دی شان سن ساڈا دی سن کی میں بھائی تے پیر آیا تا مذہب میں من گرسا میں نے پیرا کو خود اللہ ہے اپنے گھر بھیجے دا پہ سبحان اللہ تواریاں زندگی آئیں مالک سلامت رکھے چلو فرمائش پوری ہو گئی قصیدہ جڑا میں ہن پڑھنا نا بابا میرا دل او تو سنی ہوئی سلوات ہی کچھ آواز نال پڑھو اللہم سلوات دلی پڑی وے قصیدہ بزرگ ذاکر احمد باج بھٹی صاحب درجات بلند ہوئے اچھا چلو قصیدہ اے پورا سنے سنو اچھا بابا ٹائم جڑا ہے نا
अच्छा बिश्मा तुम्हारे वास्ते बहु ऐसा सफर कर चलो लैन जाने के बाद शाह हुसैन जाने मेहमान जाकिर भाई ढेर सारे मौला सलामत रखे मिलके बवाज़े बुलंद सलवार पढ़ो ला हुमा इंशाल्लाह खुशबू याद आस इजाजत हो पढ़िए कसीदा सुभान अल्लाह जियो जिंदगी होए अल्लाह उन्हों को मजीद बख्त ला मालिक थारियां जिंदगियां दराज फरमावे चलो की बलान आके पूरा कसीदा ओ पढ़ दे होने न मैं करा अली अली दुनिया ते भाई करके बधाई ये नाम छोड़ा सखी लज पाल दा मैं करा जेड़ा चुप कर गए मदीने दा चौक सही तुहारी तुहारे हुक्म गुमान के कसीदा पूरा एक नबी ने जेड़ा आधा बैठा है मैं भूखा मैं को रोटी दे चाचा जिंदगी हो हाँ जिंदगी हो चाचा आधा है मैं भूखा मैं को रोटी दे अली बादशाह दा जंग तू वापस आंदे पैन ते इथों गुजर होया बाबा जनन तवज्जो खुदा दी कसम लुत्फ आवे नबी ने दी आवाज अली दे कन्ना ते पहुंची ओ ता इमाम इमाम होंदे बाबा थोड़िया जिंदगी आवे नबी ने कोई पता लगे खुशबू आवेंदी अली दी आदे याली भुखा मैं खुर रोटी दे बैठे हो या उठी गए हो थोड़ी जिंदगी होवे भुखा मैं खुर रोटी दे चाचा सही अली फरमाया कंबर नबी ने को रोटी दे कंबर आदे मौला थक ना गया तवा कुड़े दा पिया मौला रोटी तो दस्तरखान दे कंबर दस्तरखान दे छोड़ आजा या अली दस्तरखान ता उठते अली फरमाए उठ दे मैं अलिया छावा सुभान अल्लाह तुहारिया जिंदगी उठ दे छोड़ एडा वड़ा लजपाल है पिन्नण दा नाम दा ओए सैयद खाली नहीं वलेंदे उठ दे छोड़ कंबर आदे मौला उठता गतारी च हाय सत्तर उठ दी कतार अली फरमाए कंबरा जिकिया गाली न कर सत्तर उठ दे शाबा हुण बोले यार हुण बोल मौला जान दे ता आपो सत्तर उठ आम नहीं दौलत दिनार ना लड़िया होया उठे अली फरमाए सुजान नबी ने मंगा कहंदे कोलुए मैं अली अज इवे अता करा जो नस्ल तक वत मंगे नहीं आहा सुभान अल्लाह
ਤੁਹਾਡੀ ਜ਼ਿੰਦਗੀ ਹੋਵੇ ਤੇ ਨਬੀ ਨੇ ਦੇ ਹੱਥ ਮਹਾਰ ਆਈ ਆਦਾ ਬੈਠੇ ਵਾਯਾ ਅਲੀ ਮੰਗੀ ਰੋਟੀ ਮਿਲੀ ਰੱਸੀ ਉੱਥੇ ਦਾ ਗਾਜ਼ੀ ਜੀਵੇ ਸ਼ਾਬਾਸ਼ ਕਿਆ ਬਾਤ ਹੈ ਯਾਰ ਡੇਰੇ ਵਾਲੇ ਉਹ ਤੁਹਾਡੀਆਂ ਜ਼ਿੰਦਗੀਆਂ ਹੋਵੇ ਮਹਾਰ ਹੱਥ ਆਈ ਟੁਰ ਪੀਏ ਤਰੇ ਚਾਰ ਕਦਮ ਚਾਹੁੰਦੇ ਸੈਯਦਾਦਾ ਤਰੇ ਚਾਰ ਕਦਮਾਂ ਦੇ ਬਾਅਦ ਅੱਖੀ ਤੁਝੋ ਨਬੀ ਨਾ ਆਈ ਅੱਗੂ ਹੀ ਕਹਿ ਬਾਬਾ ਜਾਮ ਤੇ ਇਵੇਂ ਡੱਠਾ ਜੋ ਹੈ ਨਾ ਅਤੇ ਵੱਲਾ ਪਿੱਛਾ ਮੂੰਹ ਕਰਕੇ ਆਦੇ ਵਾਹ ਯਾਰ ਲਈ ਕਿਨ ਰੱਸੀ ਗਈ ਤੁਸੀਂ ਚੁੱਪ ਕਰ ਗਏ ਹਾਂ ਯਾਰ ਕੰਬਾ ਰਹਿੰਦਾ ਮੁੰਡਾ ਹਲਾਇਆ ਅਕਲ ਦਾ ਇਲਾਜ ਕਰ ਜਿਵੇਂ ਅਲੀ ਤੂੰ ਰੱਸੀ ਮੰਗੀ ਆਈ ਰੋਟੀ ਮੰਗੀ ਆਈ ਇਵੇਂ ਅੱਖਾਂ ਮੰਗ ਆਹਾ ਬਤ ਨਬੀ ਨੇ ਅਕਲ ਮਾਰੀ ਓ ਯਾ ਅਲੀ ਤੇਰਾ ਗਾਜ਼ੀ ਜੀਵੇ ਮੈਨੂੰ ਅੱਖੀ ਦੇ ਅਲੀ ਬਾਦਸ਼ਾਹ ਫਰਮਾਇਆ ਕੰਬਰ ਇੱਕ ਆਖਿਆ ਰੱਸੀ ਅੱਖਾਂ ਤੇ ਲਾ ਤਨਵੀਰ ਅੱਬਾਸ ਸੈਯਦ ਅਲੀ ਅੱਬਾਸ ਸ਼ਾਹ ਸਾਹਿਬ ਜ਼ਿੰਦਗੀ ਹੋਵੇ ਮਾਲਕ ਢੇਰ ਅਰਸ਼ਾਂ ਦੇ ਰੰਗ ਲਾਵੇ ਅੱਖਾਂ ਤੇ ਰੱਸੀ ਲਾ ਮਾਹੌਲ ਬਿਹਤਰ ਬਣ ਗਏ ਰੱਸੀ ਲਾ ਅੱਖਾਂ ਮਿਲਵੇ ਸਨ ਸੱਤਰ ਤਾਂ ਮੈਂ ਹੁਣ ਪੜ੍ਹਨੀ ਹੈ ਰੱਸੀ ਮਿਲੀ ਅੱਖਾਂ ਹੀ ਮਿਲੀਆਂ ਪਹਿਲੀ ਨਿਗਾਹ ਬਾਦਸ਼ਾਹ ਅਲੀ ਤੇ ਚਿਹਰੇ ਤੇ ਪਈ ਸ਼ੁਕਰੀਆ ਅਦਾ ਕੀਤਾ ਸੱਤਰ ਤਾਂ ਮੈਂ ਹੁਣ ਪੜ੍ਹ ਲਈ ਏ ਵਾਪਸ ਮਦੀਨੇ ਆਏ ਮਦੀਨੇ ਦੇ ਲੋਕਾਂ ਪੁੱਛਿਆ ਇਹ ਦੱਸਾ ਤੂੰ ਤਾਂ ਨਬੀ ਨਾ ਆਵੇ ਅੱਖੀ ਕਿੱਥੋਂ ਮਿਲੀਆਂ ਨੀ ਇਹ ਰੱਸੀ ਸੱਤੇ ਰੁੱਠ ਦੀ ਕਤਾਰ ਕਿੱਥੋਂ ਮਿਲੀ ਆਈ ਉਸਲੇ ਮੁਸਕਰਾ ਕਿਆ ਦੇ ਰੰਗ ਲਾਇਆ ਚੁੱਪ ਕਰ ਗਏ ਰੰਗ ਲਾਇਆ ਹਿਮ ਪਾਕ ਅਮੀਰੇ ਜੀਵੇ ਪਾਕ ਨਬੀ ਦਾ ਵੀਰਿਆ ਦੇ ਮੈਂ ਤਮਦੀ ਰੋਟੀ ਸਖੀ ਕੀ ਤੇ ਹਸਨੈਨ ਚਾਇਆ ਸ਼ਾਬਾਸ਼ ਬੇਟਾ ਸ਼ਾਬਾਸ਼ ਮਾਸ਼ਾਅੱਲਾ ਪਾਕ ਨੇ ਜ਼ਿੰਦਗੀ ਦਰਾਜ਼ ਕਰੇ ਮੁਵੱਦਾ ਦੀ ਬਹੁਤ ਸੋਹਣਾ ਪੜੇ ਇਸ ਟਾਈਮ ਦੀ ਕਿਲਾ ਤੇ ਇੱਕ ਮਜ਼ੀਦ ਟਾਈਮ ਨਹੀਂ ਦੇ ਸੰਗੇ ਹੁਣ ਤਨਵੀਰ ਅੱਬਾਸ ਈਸਾ ਖੈਲ ਅਤੇ ਉਸ ਤੋਂ ਬਾਅਦ ਸੈਯਦਜ਼ਾਦਾ ਵਕਾਸ ਸ਼ਾਹ ਮੌਜੂਦ ਹੈ ਮਿੰਬਰ ਅਤੇ ਉਹਦੇ ਬਾਅਦ ਉਹਨਾਂ ਦੀ ਡਿਊਟੀ ਉਸ ਮਾਸ਼ਾਅੱਲਾ ਹੁਸੈਨ ਕੋਸ਼ਿਸ਼ ਕਰੋ ਯਾਰ ਇੱਕ ਬਣਾ ਹੋਇਆ ਅੱਛਾ ਅੱਛਾ ਸਵਾਲ ਤੁਸੀਂ ਇੱਕ ਤਕਲੀਫ ਥੋੜ੍ਹੀ ਜਿਹੀ ਬਾਈ ਕਰੋ ਯਾ ਅਲੀ ਯਾ ਅਲੀ ਦੀ ਸਦਾ ਰਿਤੀ ਵਨ ਯਾ ਅਲੀ ਯਾ ਅਲੀ ਦੀ ਸਦਾ ਰਿਤੀ ਵਨ ਜੇ ਅਲੀ ਦਾ ਮਲੰਗ ਹੈ ਦੁਆ ਰਿਤੀ ਵਨ ਮੈਂ ਆਦਾ ਹੋਰ ਕੋ ਜੰਨਤ ਦੇ ਦਰ ਤੇ ਮਲਾਇਕਾ ਖੜਾ ਐਸਾ ਕੋਈ ਥੋੜ੍ਹੀ ਜਿਹੀ ਖਾ ਕੇ ਸ਼ਿਫਾ ਦਿੱਤੀ ਵਨ ਮੈਂ ਵੱਲਾ ਸਾਈਆਂ ਦੇ ਮੈਂਬਰ 'ਤੇ ਖੜਾ ਢੇਰ ਸਾਰਾ ਸਫ਼ਰ ਕਰਨਾ ਸੋਰੀ ਦੁਆ ਦੇ ਸਦਕੇ ਜੰਗ ਵੰਜਣਾ ਅਤੇ ਇਹ ਮੇਰੀ ਜ਼ਾਤੀ ਮਜਲਿਸ ਹੈ ਵੱਲਾ ਬਾਦਸ਼ਾਹ ਹੁਸੈਨ ਅਲੈਹ ਸਲਾਮ ਦੀ ਜ਼ਿਕਰ ਪਾ ਕੇ ਖੜੇ ਹੈ ਔਰ ਤੁਸਾਂ ਵੀ ਸਾਈਆਂ ਦੀ ਹਾਜ਼ਰੀ 'ਚ ਵੇ ਮੈਂ ਜ਼ਾਕਰੀ ਇੱਥੋਂ ਸ਼ੁਰੂ ਕੀਤੀ ਮੌਲਾ ਦਰਜਾਤ ਬੁਲੰਦ ਕਰੇ ਬਾਬਾ ਸ਼ੀਰ ਹੁਸੈਨ ਸ਼ਾਹ ਸਾਹਿਬ ਦੇ ਉਹ ਮੈਂ ਕੋ ਹੱਥ ਨਾਲ ਮਨ ਲਿਖ ਕੇ ਰਹਿੰਦੇ ਹਨ ਅਤੇ ਮੈਂ ਇੱਥੋਂ ਪੜ੍ਹ ਲਿਆ ਤੁਹਾਡਾ ਮੂਡ ਹੋਵੇ ਤਾਂ ਅੱਜ ਮੈਂ ਥੋੜ੍ਹੀ ਜਿਹੀ ਤੁਹਾਨੂੰ ਮਜਲਿਸ ਸੁਣਾਵਾਂ ਅਤੇ ਤਰਤੀਬ ਨਾਲ ਸਲਵਾਤ ਇੱਕ ਭੇਜੋ ਮੁਹੰਮਦ ਵਾਲ ਮੁਹੰਮਦ ਜ਼ਰ ਜ਼ਰੂਰਤ ਦਵੱਲਾ ਹੈ ਵੈਸੇ ਨਾ ਦੇ ਮੈਂ ਅਦਾ ਹੱਕ ਦੇ ਵਾਰਿਸ ਕੋ ਪੱਠ ਬਾਏ ਘੜੇ ਸੇ ਨਾ ਦੇ ਇਸ ਇਲਾਕੇ ਵਾਲੇ ਮੈਂ ਆਦਾ ਮੈਂ ਮੁਕੱਲੇ ਦਾ ਗਮ ਖਾਰ ਬਹਲੋਲ ਦਾ ਮੇਰਾ ਪੈਗਾਮ ਸੁਣ ਮੈਂ ਕੋ ਪੈਸੇ ਨਾ ਦੇ ਉਹ ਸਕੇ ਤਨਵੀਰ ਅੱਬਾਸ ਵੱਡੀ ਦੱਕੜ ਪੱਕੜੇ ਬੰਦੇ ਪੈਸਿਆਂ ਦੇ ਪਿੱਛੋਂ ਲੱਗੇ ਖੜੇ ਬਸ ਜਿਨ ਤੇ ਪੈਸੇ ਬੰਦੇ ਉਹਨਾਂ ਹੀ ਹਨ ਜਿਨ ਤੇ ਪੈਸੇ ਅਦਾਲਤਾਂ ਉਹਨਾਂ ਹੀ ਹਨ ਤੂੰ ਪੈਸਿਆਂ ਤੋਂ ਇਨਕਾਰੀ ਥੀਆ ਖੜੇ ਮੈਂ ਆਖਿਆ ਮੈਂ ਪੈਸਿਆਂ ਕੋ ਛੋੜ ਕੇ ਸਲਾਹ ਹੀ ਹੋ ਜਾਈ ਤੇ ਕੁੜੇ ਦਾ ਪੀਆਂ ਜੋ ਤੂੰ ਜੰਨਤ ਲੱਗਾ ਵੈਸੇ ਹੈਦਰੀ ਉਸ ਵਕਤ ਤਨਵੀਰ ਅੱਬਾਸ ਸਲਾਹ ਦੇ ਮੈਂ ਆਦਾਂ ਜੇ ਅੱਜ ਨਾ ਜੋੜੇ ਸਭਾਈ ਬੜਾਈ ਵੰਜ ਡੇਰੇ ਵਾਲੇ ਨਿੰਦਰ ਕਰੋ ਤਾਂ ਤੁਹਾਡੀ ਮਰਜ਼ੀ ਹੈ ਜੁੜ ਮੈਂ ਗਿਆ ਮੈਂ ਆਖਿਆ ਜੇ ਅੱਜ ਨਾ ਜੋੜੇ ਸਭਾਈ ਬੜਾਈ ਵੰਜ
उठाई न रोई इथाई बढ़ाई वन सलाह चंगी लगे ताला पौने मैं कजे आज न जोड़े सभाई बढ़ाई वन उठाई नची की इथाई बढ़ाई वन डेरे आले माया दा जे कर जहन्नम दी भात बचनाई तो पीर जन्नत दसाई बढ़ाई वन ढिला ढिला सुनते पे इवें जम जम के सुनते पे वे मैं आधा तुस जम जम के सुनो एक तबीय बढ़ जा उस अगर तनवीर अब्बास मैं जिद करे सा कैसे करे सा जिद करे सा मैं कह हर दरवाजे ते जिद ढुकदी अली ते दरवाजे ते जिद जोड़ नहीं नींद न करो हुसैन की कसम अलाओ जो मैं चार सतरा पढ़ सका हुसैन की कसम सतर ओ पिया पढ़ना बादशाह दे अलम दे हाथ रखी खड़ा अजहर खान दे जलसे ते मैं रुबाई पढ़ी है काफी देर मैं खड़ा रही हूं हुसैन की कसम में गुदाद मिलदी पई है देर आले दाद ही देंदे रहन दुआ ही देंदे रहन भाई जान न्याज ही मिलदी रही है तू न्याज ना मंगना थोड़े को हुसैन की कसम में दाद खड़ा मंगना दुआ खड़ा मंगना सर चौर एक मेरे पास हो सका मैं जिद करे सा मैं का वजह क्या है हो सका अली बादशाह को न मने सा मैं कह आ मेरे देख मैं आधा जे वधावे घर दी जीनत बशर कुहारो समान भाला खुदा दे घर दा सिंगार मौला अली ए साकू दा खान भाला मैं कह हराम दे पुत नाल धुत मोहब्बत हराम दी रूह नाल खुद कदूरत अजीब बंदा रे कशमकशे मकान भांदा है जवान खांदा है ऐ दरी अली अन वलीउल्लाह मैं कह मकान भांदा है जवान खांदा है हुसैन निका समय अकासी खड़ा करे ना मैं चेहरे खड़ा पढ़ना मैं बहु थोड़ा पढ़ने सारे जाकरीन तो मैं कह मकान भांदा है जवान खांदा है उस अगर तनवीर अब्बास जिद अली नाल करे सा वैसा जन्नत मैं कह हो नहीं सकता आधे वजह क्या है मैं कह तनवीर नहीं हला अल्लाह दा रसूल हद है कायनात दा बादशाह हद है मिठा मदनी हद है काली कमरी अला हद है अल्लाह दा ओ नबी आला है जनी अल्लाह अरशा दे कसम जई अला खाले के कबरी आदा प्यारा महबूब फरमा रहे आलम कायनात जेड़ा बंदा अली नाल दुश्मनी करे सी जल्ला तवेना दूर है जल्ला दे खजबो नहीं सेंग सेंग इच्छा मैं पढ़ता वदा तो सा उठो काने वे उस के तनवीर अब्बास जिद करे सा मैं वैसा जल्ला ते बाबा हसनैन शाह जी हुसैन की कसम में बड़ा मुतमैन मिजाजी नाल जुमले पहुंचावना चाहना उस अगर जिद करे सा मैं जन्नत वैसा मैं अगर जिद ढुकदी नहीं उस अगर तनवीर अब्बास वैसा मैं अगर हो नहीं सकता उस अगर वैसा मैं अगर हो नहीं सकता कलम चाहिए शहर मैं अगर तू तो तू अपना वाक्य बहिश्ती दिखा डेरे वाले कोई दस भी वाक्य बहिश्ती दिखा मैं अगर मैं वो कुत्ता लिखेना है जनती जेड़ा तू अली दा मुखालिफ बहिश्ती दिखा सलवात एक मिल के पढ़ो जब आवाज बना जिद्दा पकाई ते जहन्नमी लिखी पई है जिद्दा पक्का नहीं उंदा घर जिथा आयो सुठाई वणड़ा है बैठे हेवे सच्ची गाल है डेरे वाले जी पंजाब वाले दाद रहने ने ओ तो सने बड़े पक्के हेवे रोज निभाई बैठे हे हैदरी रोजा को तो काफी देर नहीं थी गई अजन थकान कितनी बदे गए अच्छा सलवात भेजो मोहम्मद वालों सईदन का हुक्म है मैं वो हुक्म पूरा कर देना मैं बानिया इस मजलस का एक सलवात भाई मिल के बाद बुलंद पाऊ इजाजत है أعوذ بالله من الشيطان الرجيم بسم الله الرحمن الرحيم صلوات الحمد لله الذي نورا قلوبنا بولاية آل محمد صلوات
साहिब ता الم اسمه مقدس منور مرفوع منقوش في الله والقلم احمد للمصطفى سلام سینہ تل مسجد والمنبر فاتحہ لعہدے والبدرے والحنائن بید العلم ابو الحسن صلات و سلام علی حسین الغریب کوشش کردا میں بھی پیندا سبھی پینو میں بسم اللہ کراں میں غریب دنا چاہے ڈیرے والے کافی سارے دارا ہائے کیتیں کوئی عرص دا وسدا حسین نہیں اکبر دا بابا غریب کوئی نہیں کوشش کرے سو دوستو کوشش کرے سو میں بھی کوشش کرے نا میں کہ عرص دا وسدا آئی کائنات دا وارث آئی حسین ڈیرے والے اکبر دا بابا اللہ غریب کوئی نہیں نالے دی امت بھی روئی آئے حسین غریب سروایا ہے بابا جی کربلا دی دھرتی ہے زمانے دا امام حسین اور گھوڑے دی واگے جہات پائے زمانے دے امام دی آنکھاں وس پئیاں تیرے آلے شبیر نے ترو رو کیا دے کھڑے میڈا روک نرا میری آلیا نال میں بسم اللہ کراں میں بسم اللہ کراں بھائی جان کربلا دا غریب دو محرم اور گھوڑے دی واگے جہات پائے زمانے دے امام نی اکھی نہ ساون دے بدلے نا ڈیرے والے اکبر دا بابا رنے تے رو رو کے لکھڑے میں ڈر روک نہ را متا آلیا روے تے میں کو کیوں مجبور کرے سیداد کوئی جرم تداس اللہ را سیدہ کیوں وال وال کے جھنکے نیا سارے ہائے کرو تو میں سترہ دا زمالے دے مام دی داڑی ہنجوا لال پوس گئی ہے اس علاقے والے اکبر دا بابا روندا کھڑا ہے تے رو رو کے آ دے کھڑے نے میں ڈر روک نہ را میری دھیاں نالیں تے میں کو کیوں مجبور کرے لے سیدہ دے کوئی جرم تدا سا اللہ را سیدہ کیوں وال وال کے جھنکے نیا رون دے کھڑے تے رو رو کے آ دے کھڑے جیندہ کلمہ پڑھ گئے او میا پوتر ہوئیدہ تے پی آوات تعظیم کرے نئے سیدہ دے شریف دا پترے ہائیو ہاتھ وانو را میری تھکیوئی بھائن سارے رو پیو ایک وین بھی یہی کر دینا جتنے اباب تو شریف فرمائیں جتنے سید بیٹھیں جتنے امتی بیٹھیں مطمئن مزاجی نال تھوڑیاں جھولیاں تائیں بند پہنچاونا چاہنا اس علاقے والے کرا ہائے کی دیے کوئی سوچے لے بیٹھے نا ڈیرے والے حسین نکل سمے میں اوندا مضمون کھڑا پڑھدا زین واسطے محمد دی دھیر
ਰੁਮਾਲ ਸੀ ਕਿਹੜਾ ਗਈ ਆਈ ਹਾਏ ਮੇਰਾ ਅੱਲਾ ਉਹ ਮਾਤਮੀ ਅਲਦਾ ਰੋਏ ਵੈਣ ਤਜਮਾਲੇ ਦੇ ਇਮਾਮ ਕੀਤਾ ਡੇਰੇ ਵਾਲੇ ਅਗਲਾ ਵੈਣ ਹੋਰ ਦੀ ਚਾਰ ਸਾਲ ਦੀ ਧੀ ਕੀਤਾ ਹੋਰ ਖੈਮੇ ਦੇ ਦਰ ਤੇ ਆਏ ਦਿੱਤਾ ਹੋਰ ਦੀ ਧੀ ਹੈ ਵੀ ਲੱਖ ਬਣਾਈ ਬੈਠੀ ਹੈ ਕਾਲੀ ਅਕਲਾ ਤੁਹਾਨੂੰ ਨਿਗਾਹ ਲਾ ਕੇ ਆਦੀ ਬੈਠੀ ਹੈ ਅਸਗਰ ਦੀ ਮਾਂ ਕੋਸ਼ਿਸ਼ ਤਾਂ ਕਰੇ ਦੀ ਵਧੀਆ ਜੇ ਮਿਲ ਗਿਆ ਜ਼ਰੂਰ ਕੁਝ ਸਾਂ ਹੋਰਾ ਦੇ ਕਹਿੰਦੇ ਲਾਲ ਬੁਲੈਂਦੀ ਬੈਠੀ ਹੈ ਰੋ ਕੇ ਆਦੀ ਬਾਬਾ ਨਾਰਾਜ਼ ਨਾ ਥੀਵੇ ਓ ਮੈਂ ਉਜੜੀ ਤੇ ਤੈ ਤੇ ਦੁਸ਼ਮਨਾ ਦੇ ਘਰ ਗਈ ਆ ਉਹਨਾ ਬੇਵਤਨਾ ਦੀ ਗੁਰਬਤ ਤੇ ਬਹੁ ਦੇਰ ਤਈ ਰੋਂਦੀ ਆ ਤੇਰੇ ਵਾਲੇ ਤੜਪੀਏ ਹੋਰ ਦੀਦੀ ਤੇ ਤੜਪ ਕੇ ਆਦੀ ਬਾਬਾ ਤੂੰ ਤਾਂ ਆਹਦਾ ਮੈਂ ਸੁਣੀਏ ਗਾਲੀ ਬਈਆ ਮਜ਼ਲੂਮ ਹੁਸੈਨ ਜੀਆਂ ਤਸੀਆਂ ਭੇਣੀ ਤੇ ਕੁਵੀਰ ਸੜੇਂਦੀਆਂ ਹਾਜੀ ਬਾਬਾ ਤੈਨ ਸਲਈਏ ਕਾਲੀਆਂ ਕਲਾ ਤੈ ਤੇਰੀਆਂ ਕੋਈ ਭੈਣ ਰਹਿੰਦੀ ਹੈ ਚਾਚਾ ਮੁਲੀਰ ਤੜਪੇ ਹੋਰਾ ਹੋਰਾ ਤੇ ਉਹ ਮੇਰੀਆਂ ਭੈਣੀ ਲਈ ਮੈਂ ਵੀ ਸੁਪਨਾ ਕਰਾਂ ਜ਼ਿਆਦਾ ਪੜ ਗਈਆਂ ਤੁਹਾਡੀ ਮੁਹੱਬਤ 'ਚ ਮੈਂ ਵੀ ਸੁਪਨਾ ਕਰਾਂ ਬਾਬਾ ਜੀ ਜਨਾਬ ਇਹ ਹੋਰ ਹੋਏ ਜਦੋਂ ਨਾਦਰ ਬਾਦਸ਼ਾਹ ਦਾ ਜ਼ਮਾਨਾ ਆਈ ਨਾ ਨਾਦਰ ਮੈਂ ਵੀ ਸੁਪਨਾ ਕਰਾਂ ਬਾਬਾ ਕੋਸ਼ਿਸ਼ ਕਰੇ ਸੋ ਤੁਸੀਂ ਸੁਣ ਸੋ ਰੂ 17 ਮੈਂ ਤੁਹਾਡੀ ਥੋਲੀ ਤੱਕ ਪਹੁੰਚਾਵਾਂ ਜਦੋਂ ਨਾਦਰ ਬਾਦਸ਼ਾਹ ਦਾ ਜ਼ਮਾਨਾ ਆਈ ਨਾ ਨਾਦਰ ਬਾਦਸ਼ਾਹ ਖਾਬ ਡਿਠਾ ਜੋ ਮੌਲਾ ਅੱਬਾਸ ਦੇ ਜ਼ਰੀਏ ਤੇ ਮੈਂ ਸੋਨਾ ਲਵਾਵਾਂ ਮੌਲਾ ਅੱਬਾਸ ਦਾ ਮੁਰੀਦ ਆਈ ਬਈ ਜਨ ਸੁਬੋ ਸੋਨਾ ਚਾਹ ਕੇ ਡੇਰਾ ਸਮੀਲ ਖਾਨ ਵਾਲੇ ਜਦੋਂ ਬਾਦਸ਼ਾਹ ਅੱਬਾਸ ਦੇ ਜ਼ਰੀਏ ਤੇ ਆ ਖੜੇ ਕੋਸ਼ਿਸ਼ ਕੀਤੀ ਸੋਨਾ ਲਵਾਵਾਂ ਸੋਨਾ ਮਿੱਟੀ 'ਤੇ ਝੜੇ ਬਈ ਜਾਂ ਨੇ ਵਾਪਸ ਵੱਲੇ ਆ ਕੇ ਸੁੱਤੇ ਅੱਧ ਰਾਤ ਦੇ ਟਾਈਮ ਦੇ ਕਮਰੇ 'ਚ ਇੱਕ ਬੁੱਢੀ ਹੋਈ ਖੂਹ ਕਹੀਏ ਨਾਦਰ ਬਾਦਸ਼ਾਹ ਆਦੇ ਮੈਂ ਕੰਨ ਲੈਣ ਤਾਂ ਵਹਿਣ ਪੀ ਆਦ ਆਈ ਸਰਦਾਰ ਦੀ ਜ਼ਰੀ ਤੇ ਸੋਨਾ ਲਵਾ ਮੈਂ ਤਾਂ ਨੌਕਰ ਹਾਂ ਮੈਂ ਬਿਸਮਿਲਾ ਕਰਾਂ ਸਰਦਾਰ ਮੈਂ ਕੋਸ਼ਿਸ਼ ਕਰੇ ਨਾ ਕਲੀਬ ਤੂੰ ਵਹਿਣ ਕਰੇ ਨਾ ਸਰਦਾਰ ਦੀ ਜ਼ਰੀ ਤੇ ਸੋਨਾ ਲਵਾ ਮੈਂ ਇਹ ਦੱਖਣਾ ਹਰ ਅੱਖ ਵਸਦੀ ਪਈ ਮੈਂ ਕੋਸ਼ਿਸ਼ ਕਰੇ ਨਾ ਮੈਂ ਪਿੰਡਾਂ ਹੰਝੂ ਇਹ ਕੀਮਤੀ ਹੈ ਕੋਸ਼ਿਸ਼ ਕੀਤੀ ਕਰ ਹੁਸੈਨ ਦੇ ਗਮ ਵਿੱਚ ਰੁਨਾ ਕਰ ਡੇਰੇ ਵਾਲੇ ਜਿਹੜੇ ਤੂੰ ਰੋਂਦਾ ਹੈ ਇਹ ਹੁਸੈਨ ਦੇ ਜ਼ਖਮਾਂ ਦਾ ਮਰਮ ਤੇਰੀ ਅੱਖ ਤਲੇ ਬਤੂਲ ਦਾ ਰੁਮਾਲ ਆ ਵੈਂਦੇ ਹੰਝੂ ਇਕੱਠਾ ਕਰੇਂਦੀ ਏ ਸ਼ਾਮ ਦੇ ਟਾਈਮ ਤੁਰ ਵੈਂਦੀ ਏ ਹੁਸੈਨ ਦੇ ਜ਼ਖਮਾਂ 'ਤੇ ਲੈਂਦੀ ਏ ਹੁਸੈਨ ਦੀ ਧੀ ਪੁੱਛਦੀ ਅਮਾਂ ਕਹਿ ਵਧੀ ਕਰੇਂਦੀ ਏ ਫਰਮਾਇਆ ਮੈਂ ਉਹਦੇ ਜ਼ਖਮ ਵਧੀ ਠੀਕ ਕਰੇਂਦੀਆਂ ਜੇ ਕੋ 9 ਲੱਖ ਜ਼ਖਮ ਆਈ ਸਦਕੇ ਮੈਂ ਬਿਸਮਿਲਾ ਕਰਾਂ ਬਹੁਤ ਸੋਹਣੇ ਰੋ ਪਏ ਹੋ ਬਾਈ ਮੇਰੀ ਤਵੱਕੋ ਤੋਂ ਜ਼ਿਆਦਾ ਰੋ ਪਏ ਹੋ ਜੇ ਕੋ ਢੇਰ ਸਾਰੇ ਜ਼ਖਮ ਆਏ ਇਹ ਆਦੇ ਮੈਂ ਉੱਠਾਂ ਮੈਂ ਜਲਦੀ ਨਾਲ ਕਰਬਲਾ ਦੇ ਚਿੱਬੇ 'ਤੇ ਆਇਆ ਅਤੇ ਜਿਹੜੇ ਵੇਲੇ ਮੈਂ ਚਿੱਬੇ ਕਰਬਲਾ 'ਤੇ ਆਇਆ ਨਾ ਲੱਕ ਦੱਖ ਸਹਾਰਾ ਹੀ ਅਤੇ ਹਿੱਕੇ ਮੈਂ ਚਿੱਬੇ ਦਾਖਲ ਥੀਆਂ ਸਿਆਹ ਅੰਧਾਰੀ ਚੱਲੀਏ ਸਿਆਹ ਅੰਧਾਰੀ ਚੱਲੀ ਆਦੇ ਸਿਆਹ ਅੰਧਾਰੀ ਦਾ ਚੱਲਣਾ ਖਾਕ ਮੈਂ ਦੇ ਸਾਰੇ 'ਚ ਪਈਏ ਜਿਹੜੇ ਵੇਲੇ ਖਾਕ ਪਈਏ ਨਾਦਰ ਬਾਦਸ਼ਾਹ ਆਦੇ ਮੈਂ ਬਾਦਸ਼ਾਹੀ ਤਾਜ ਲਹਾ ਕੇ ਜ਼ਮੀਨ 'ਤੇ ਸੱਟੇ ਜ਼ਮੀਨ 'ਤੇ ਸੱਟ ਕੇ ਹੁਸੈਨ ਦੇ ਰੋਜ਼ੇ ਤਲੇ ਆਇਆ ਅਤੇ ਜਿਹੜੇ ਵੇਲੇ ਬਾਦਸ਼ਾਹ ਹੁਸੈਨ ਦੇ ਰੋਜ਼ੇ ਤਲੇ ਆਇਆ ਤਾਂ ਅਕਬਰ ਦੇ ਬਾਬੇ ਦੇ ਰੋਜ਼ੇ 'ਚੋਂ ਆਵਾਜ਼ ਵੀ ਆਉਂਦਾ ਆਈ ਮਿੰਨਤ ਲਾ ਕੋਸ਼ਿਸ਼ ਕਰ ਜਿਤਨਾ ਸੋਹਣਾ ਬਣਾ ਸੰਗਦਾ ਬਣਾ ਮੇਰਾ ਖਾਮੋਸ਼ ਜਰਨੈਲ ਸਦਕੇ ਮੈਂ ਬਿਸਮਿਲਾ ਕਰਾਂ ਬੜੀ ਮਾਰਫਤ ਲੈ ਲੋਗ ਯਾਰ ਜਿਤਨਾ ਸੋਹਣਾ ਬਣਾ ਸਕਦਾ ਬਣਾ ਇਹ ਮੇਰਾ ਖਾਮੋਸ਼ ਜਰਨੈਲ ਇਹ ਅਲਾਮੇ ਅੱਬਾਸ ਕਹਿੰਦੇ ਤੇ ਮੈਂ ਹੱਥ ਰੱਖੀ ਕਿਹੜਾ ਕੋਈ ਜ਼ਰੂਰਤ ਨਹੀਂ ਕਸਮ ਚਾਵਣ ਦੀ ਲੇਕਿਨ ਕੋਸ਼ਿਸ਼ ਕਰਦੇ ਜੋ ਕੋਈ ਅਜ਼ਦਾਰ ਸੁਟਿਆਂ ਦੇ ਬੈਠੇ ਹੁੰਦੇ ਨੇ ਉਹਨਾਂ ਦੀਆਂ ਹੰਝੂ ਵਾਸਤੇ ਕਸਮਾਂ ਚਾਹੁੰਦੇ ਹੈ ਹੁਸੈਨ ਦੀ ਕਸਮ ਹੈ ਜਿਹੜੇ ਵੇਲੇ ਇਸ ਆ ਕੇ ਕਰਬਲਾ ਦੀ ਜ਼ਮੀਨ 'ਤੇ ਬਾਦਸ਼ਾਹ ਹੁਸੈਨ ਦਾ ਵਹਿਣ ਸੁਣੇ ਨਾ ਬਈ ਜਾਨ ਨਾਦਰ ਬਾਦਸ਼ਾਹ ਰੋਜ਼ੇ ਦੇ ਪਵਨ ਸੁਣੇ ਪੀ ਸਰੀ ਤੇ ਬਈ ਜਾਨ ਸਰ ਰੱਖ ਕੇ ਆਦੇ ਮੇਰਾ ਆਕਾ ਅੱਬਾਸ ਤੋਂ ਵਹਿਣਾ ਤੇਰੀ ਦੁੱਖੇ ਪਾਸੇ ਵਾਲੀ ਮਾਂ ਦੇ ਵਹਿਣ ਆਉਂਦੇ
अब्बास दी मां दे वैणा ने जो अब्बास दी जरी न बणवा हुसैन नी बणवा तू आ दे अब्बास दी बणवा मैं किल वणा जरी हलिए ज जरी चो वैणा है नादर बादशाह परेशान न थी ए मेरा ओ जरनैल ए जेड़ा चुप करके भेणी दे खैमे पटेंदा रही है सदके सदके कोई मामूली नहीं अब्बास दा खैमे पटणा कोई मामूली नहीं अब्बास जैन जरनैल चुप करके खैमे पटना कोई मामूली कम नहीं हुसैन की कसम है जदा अब्बास की लाश शबीर चावन लगा ना उस अली गाजी की लाश वफा की है लाश चो आवाज है मेरी लाश नचा तैं अकबर दी चाहिए तू थक होए तू देर थक होए मैं बिस्मिल्लाह करा यो जुमला पढ़ना दू हस्तियों को हुसैन की कसम में बड़ा मारा है मुसलमान एक जनाब अमीर मुस्लिम को मारा ने एक अब्बास को मारा ने फर्क यो को जे गाजी दे हाथ काट के मारा ने मुस्लिम दे बात के मारा ने सदके 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 मैं कुछ इतनी तवक्को नहीं जितने तू सरो पयो बाबा बहुत सोने रो पयो फरमाए जरिया तो सोना लवाए नादर बादशाह ए हो रोए जेड़ा बादशाह हुसैन की दुआ दे जमा होए बादशाह हुसैन इंदे प्यो को आखाई जदम पुत्र जम पोवी ना ते होर दुनिया ते आवी कायनात दे महराज जानना जदम दुनिया ते आवे ते तेरा पुत्र बनसी जरनैल एक गल पुत्र को समझाई वने कि थई परदेस च कहंदिया बहणी न रवासी इहो तो वजह है जो डावी दी दीगर होर दरिया दी कंदी ते आधा वदाई परदादा हार मैं गरीब आ सदके सदके बाबा जी नावी दी दीगर तई कोई तारीख नहीं दसेंदी जो होर सोचा होवे नावी दीदी गिरे ले दूहे हाथ रखे सर ते दरिया दी कंधी ते वदे ते वैण वदा करेंदे होरा क्या के तोई न तू बतूल दे पुत्र दे घोड़े दियां वागां छथ पावे आ ना अली दियां धियां दे वैण सुने आ बाबा तनवीर शाह जी सत्तर वाली वजनी मेरे सामने आ गई है हुसैन दी कसम दरिया दियां लहरां पलटियां जदा होरा कहे ना तू हाथ पावे आ ते ना अली रोवे आ दरिया दियां लहरां चो आवाज आई होरा परेशान न थी उहदे नाल ओह भेणे जे को टुरण न डा नहीं आंदा मेरा हुसैन बहु वड्डा लजपाल है लगा वैन ते को माफी दे देसी मैं को अल्लाह अब्बास दी कसम है माफी दा नाम है होर दरिया दी कंधी ते झड़ पै झड़ के आदे बीबी माफी मंगन लगा वंजा हा लेकिन मैं सुना है कुंदा भेराए जे को लोग अब्बास सरे ने सरके 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 मौ सुन रो पयो हे कुंदा भेराए जे को लोग अब्बास सरे ने इस इलाके वाले 9 लाख फौज नहीं कायनात डर दी है अब्बास तू मैं जिक्र दी कसम है आलमीन कायनात ते जेते गाजी करबला च रे फौज खड़ी रही है तेरे वाले 9 लाख खड़ा रही है जेड़े वेले गाजी लथाए हर कहीं शब्बीर को अपनी मर्जी नाल मारे जेड़े नैन मार संगदे गरम रे छड़ के आ देना हाथ न पाण वाला कोई नहीं सदके 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 मैं बिस्मिल्लाह करा दरिया दी कंधी तो वापा खैमे दे सामने आ खड़े आधे मैडी मनो बादशाह हुसैन कुल वन के माफी मांगने इस इलाके वाले जदा आखे माफी या दिन डर गई है आधे डर ना उनकी तिलावत औख करें दिए उन्हें नालो भेणे जंदा चेहरे दी तिलावत सिर्फ कुरान की दिए मिन्नत लो माफी मांगनो मैं बिस्मिल्लाह करा या गाजी अब्बास को टुरना सिखाया जे अल्लाह दा कुरान चायस ए आदिन होरा डर गए हुसैन दी कसम होरा दे डरा ना मैं कुरमान ही होए मैं ओ बैठी करें दी ए जड़ी बगैर अल्लाह दी दुआ दे बोली नहीं सदके सदके मैं बिस्मिल्लाह करा बगैर अल्लाह दी इबादत दे जड़ी बोली नहीं भाई जान न कोई नहीं मनी जंग की इस जख्मी हालत बाबा जी उठा खड़ा है जिथा अपना खैमा हैस डेरे वाले खैमे ने दर ते आए तो डिठ के आए होर दी धीए वी लग बनाई बैठिए उन्हा कनातन तो देखती बैठिए जिथा हुसैन दियाँ धियाँ मौजूद हैं डेरे वाले उन्हा कनातन तो निगाह बैठी लई आई जिथा ओ बीबी बुरका पई खड़ी आई जेड़ी गाजी दे सहारे टुरी आई वैन बैठी करें दी आई होर अदे किन गई हुए आदि बाबा पहले कसम चा मैं को आग सुनता कुछ नहीं डेरे वाले अलम ते मैं हाथ रखी खड़ा अशरा मैं कराची पढ़ाए जे या जुमले मैं हुसैन की कसम में कराची नर्स टाउन पढ़े जो होर भाई जान खैमे दे दर ते आए तो होर दी धीया खे कसम चा होर अदे मैं को कुरान दी कसम है थोड़े 4 साल दी आदि बाबा कुरान को मनवा उन्हें तफसीर जंगल जरूर
ਹੋਰ ਆਦਾ ਮੇ ਕੋ ਮਦੀਨੇ ਵਾਲੇ ਮੁਹੰਮਦ ਦੀ ਕਸਮ ਹੈ ਹੋਰ ਦੀਦੀ ਆਦੀ ਮਦੀਨੇ ਵਾਲੇ ਮੁਹੰਮਦ ਕੋ ਜਾਣਦਾ ਹੈ ਡੇਰੇਲਾ ਤੂੰ ਹਾਏ ਕਰ ਤਾਂ ਮੈਂ ਸਤਰਾ ਦਾ ਹੋਰ ਆਦੇ ਕਲਮਾ ਜਾਉਂਦਾ ਪੜਦਾ ਆਦੀ ਬਾਬਾ ਕੀ ਹੋ ਜਾਏ ਮੁਸਲਮਾਨ ਉਹ ਕਲਮਾ ਪੜ੍ਹ ਕੇ ਵਧੇ ਲੁੱਟੇਂਦੇ ਹੋ ਹਾਏ 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 ਅਰਮਾਨ ਤਾਂ ਇਹੋ ਹੈ ਮੌਲਾ ਸਜਾਦ ਦਾ ਫਰਮਾਨ ਜੋ ਸ਼ਾਮ ਦੇ ਬਾਜ਼ਾਰ ਵਿੱਚ ਮੁਸਲਮਾਨ ਸਾਕੁਰੇਦਾਰ ਨੈਣ ਦਿੰਦੇ ਸਹੀ ਚਾਦਰਾਂ ਦਿੰਦੇ ਹੈ ਮੁਸਲਮਾਨ ਲੁੱਟ ਗਿੰਦੇ ਹੈ ਮੈਂ ਸਦਕ ਠੀਕ ਹੋਵਾਂ ਮੈਂ ਬਿਸਮਿਲ੍ਲਾ ਕਰਾਂ ਫਰਮਾਏ ਕਸਮ ਚਾ ਹੋਰ ਆਦੇ ਦੱਸਾ ਆਦੀ ਬਾਬਾ ਮੇਰੀ ਮਰਜ਼ੀ ਦੀ ਕਸਮ ਚਾ ਉਹ ਜਿਹੜਾ ਅਲਮ ਪਕੜੀ ਖੜੇ ਨਾ ਗਾਜ਼ੀ ਦੀ ਕਸਮ ਚਾ ਹੋਰ ਆਦੇ ਮੈਂ ਕੋ ਅੱਬਾਸ ਦੀ ਕਸਮ ਹੈ ਆਦੀ ਬਾਬਾ ਕੱਲ ਐਲਾਨ ਹੋਏ ਚਰਨੇ ਲਾਂਦੀਆਂ ਧੀਆਂ ਦਰਿਆ ਤੇ ਵੰਜਣ ਗੁਸਾਲੀ ਕਰੇ ਠੱਡੇ ਪਾਣੀ ਪੀਵੇ ਦਰਿਆ ਲਿਆ ਦੀ ਬਾਬਾ ਮੈਂ ਗਈਆਂ ਮੈਂ ਦਰਿਆ ਕੂ ਗਿੱਲੇ ਡੇਂਦੀ ਰਹੀਆਂ ਮੈਂ ਆਖਿਆ ਠਾਠਾ ਮਾਰ ਕੇ ਵਾਂਦਾ ਪਏ ਇੱਕ ਛੋਲ ਚ ਮਾਰਿਆ ਤੁਸੀਂ ਕੋਸ਼ਿਸ਼ ਕਰੇ ਸੋ ਤਾਂ ਮੈਂ ਚਾਰ ਸਤਰਾਂ ਹਜ਼ਾਰ ਪੜ੍ਹਦਾ ਮੇਰਾ ਪੜ੍ਹਨ ਦੇ ਮੂਹਰੇ ਹੁਸੈਨ ਨਿਕਲ ਸਮੇਂ ਮੈਂ ਵੀ ਪਿਲਣਾ ਤੁਸਾਂ ਹੀ ਪਿਲੋ ਫਰਮਾਇ ਇੱਕ ਛੋਲ ਚ ਮਾਰਿਆ ਤੋੜਾ ਸਗਰ ਜੋਗਾ ਪਾਣੀ ਮਿਲ ਪੋਵੇ ਸਾ ਹੋਰਾਂ ਦੇ ਵੱਲ ਕਿਉਂ ਆਦੀਏ ਬਾਬਾ ਜਰਨੈਲਾਂ ਦੀਆਂ ਧੀਆਂ ਧਾਨੀਆਂ ਰਹੀਆਂ ਮੈਂ ਦਰਿਆ ਉਹ ਗਿੱਲੇ ਦਿੰਦੀ ਹੋਈ ਵਾਪਸ ਵਲੀਆਂ ਦੀਗਰ ਦਾ ਟਾਈਮ ਇਹੋ ਟਾਈਮ ਹੀ ਆਦੀਏ ਬਾਬਾ ਸੁਰਖ ਅੰਧਾਰੀ ਚਲੀਏ ਆਦੇ ਅੰਧਾਰੀ ਦਾ ਚੱਲਣਾ ਉੱਥੋਂ ਸਾਲਾ ਗੁਜ਼ਰ ਹੋਇਆ ਜਿੱਥਾਂ ਸ਼ਹੀਦਾਂ ਦੇ ਖੈਮੇ ਲੱਗੇ ਹੋਏ ਆਦੀਏ ਬਾਬਾ ਮੈਂ ਖੈਮੇ ਦੇ ਦਰ ਤੇ ਆਈਆਂ ਇੱਕ ਮੇਰੇ ਸਾਲ ਦੀ ਬੱਚੀ ਆਈ ਨੇ ਹਕਲ ਮਾਰੀਏ ਦਈ ਕੌਲੇ ਆਦੀਏ ਬਾਬਾ ਮੈਂ ਅੱਖਣ ਦੱਸਾਵੇਂ ਸਾਡਾ ਬਾਬਾ ਆਦੇ ਸਾਰੇ ਦੁਸ਼ਮਣ ਤੇਰੇ ਆਲੇ ਆਦੀਏ ਬਾਬਾ ਦਈ ਦੱਸਾਏ ਜੋ ਹੋਰ ਦੀਦੀ ਪਈ ਵਹਿੰਦੀ ਹੈ ਆਦੀਏ ਬਾਬਾ ਥੋੜਾ ਨਾਵੜਾ ਜਾਂ ਕਈ ਅਤਕਾਲੀਆਂ ਕਲਾ ਤਾਂ ਤੂੰ ਬਲਾਨ ਠਾਇਲ ਤੇਰੇ ਆਲੇ ਤੁਸਾਂ ਹਾਏ ਕਰੋ ਤਾਂ ਮੈਂ ਸਤਰਾ ਦਾ ਕਹਿਆ ਖੈ ਮਾਮੇ ਦੀਦੀ ਵਾਲਾ ਕਹਿਆ ਖੈ ਚਾਚੇ ਦੀਦੀ ਵਾਲਾ ਆਦੀਏ ਬਾਬਾ ਇੱਕ ਬੀਬੀ ਹੈ ਜਿਹੜੀ ਹਕਲ ਮਾਰ ਕੇ ਆਖੀਏ ਦਰਿਆਵਾਂ ਦੇ ਮਾਲਕ ਦੀਦੀ ਮੈਂ ਗਰੀਬ ਹੁਸੈਨ ਦੀਦੀਆ ਸਦਕੇ ਕੋਸ਼ਿਸ਼ ਕਰੋ ਯਾਰ ਕੋਸ਼ਿਸ਼ ਕਰੋ ਮੈਂ ਬਿਸਮਿਲ੍ਲਾ ਕਰਾਂ ਤੂੰ ਦਰਿਆਵਾਂ ਦੇ ਮਾਲਕ ਦੀਦੀ ਹੈ ਮੈਂ ਹੁਸੈਨ ਦੀਦੀਆ ਆਦੀਏ ਬਾਬਾ ਹੁਸੈਨ ਦਾ ਨਾਮ ਉੜਾਈ ਮੈਂ ਵਾਪਸ ਵੱਲੀਆਂ ਆਦੀਏ ਬਾਬਾ ਮੈਂ ਖੈਮੇ ਚਈਆਂ ਸਾਰੀਆਂ ਬੀਬੀਆਂ ਮਾਰੇ ਸਕਬਾਲ ਵਾਸਤੇ ਉੱਠੀਆਂ ਡੇਰੇ ਵਾਲੇ ਮੈਂ ਸੱਤਰ ਉਹ ਵੀ ਪੜਦਾਂ ਤੇ ਚੌਦਾਂ ਦੀ ਮੋਹਰ ਲੱਗੀ ਹੋਈ ਹੈ ਆਦੀਏ ਬਾਬਾ ਇੱਕ ਬੀਬੀ ਆਈ ਜੇ ਉੱਠਣ ਦੀ ਕੋਸ਼ਿਸ਼ ਕੀਤੀ ਹੈ ਮਗਰ ਉੱਠੀ ਨਹੀਂ ਸਕੀ ਆ ਹੱਕਲ ਮਾਰ ਕੇ ਆਖਸਦਾਈਆਂ ਫਰਮਾਏ ਦਾਈਆਂ ਮੈਂ ਕਰਬਲਾ ਲੁੱਟੀ ਗਈਆਂ ਲੁੱਟੀ ਚੜ੍ਹ ਦਾ ਨਾਮ ਆਏ ਬਾਬਾ ਸਲੈਨ ਸ਼ਾਹ ਜੀ ਜਿਹੜੇ ਵੇਲੇ ਲੁੱਟੀ ਚੜ੍ਹ ਦਾ ਨਾਮ ਆਇਆ ਦੀ ਬਾਬਾ ਮੈਂ ਉਹਦੇ ਪੈਰਾਂ ਤੇ ਹੱਥ ਰਖਾਏ ਕੋਈ ਇਹਦੀ ਇਜਾਤ ਵਾਲੀ ਬੀਬੀ ਆਈ ਮੇਰੇ ਹੱਥ ਨਾਪ ਕੇ ਮੈਂ ਕੁਹਾਨ ਨਾ ਲਾਇਆ ਮੈਂ ਕੋ ਆਖਿਆ ਸਾਚੇ ਦੀ ਧੀ ਮਦੀਨਾ ਨਹੀਂ ਮੈਂ ਕਰਬਲਾ ਲੁੱਟੀ ਗਈਆਂ ਮਦੀਨਾ ਹੋਇਆ ਮੈਂ ਤੇ ਕੋ ਕੁਰਸੀ ਤੇ ਬਾਹਾਂਵਾ ਹੁਸੈਨ ਲਈ ਕਸਮ ਆਦੀਏ ਬਾਬਾ ਮੈਂ ਆਖਣਾ ਹੁਸੈਨ ਕੁਰਸੀਆਂ ਤੇ ਤੁਸਾਂ ਬਹੁ ਮੈਂ ਨੌਕਰ ਦੀਦੀ ਹਾਂ ਮੈਂ ਕੋ ਆਦੀਏ ਤੂੰ ਦਰਿਆਵਾਂ ਦੇ ਮਾਲਕ ਦੀਦੀ ਹੈ ਮੈਂ ਤ੍ਰੈਣੀ ਦੇ ਜਿਵੇਂ ਮੈਂ ਕੋਸ਼ਿਸ਼ ਖੜਾ ਕਰਾਂ ਨਾ ਤੁਸੀਂ ਪਿੱਲੋ ਤੂੰ ਦਰਿਆਵਾਂ ਦੇ ਮਾਲਕ ਦੀਦੀ ਹੈ ਮੈਂ ਤਸੇ ਦੀ ਭੈਣਾ ਡੇਰੇ ਵਾਲੇ ਮੈਂ ਮੁਤਮੈਨ ਮਿਜ਼ਾਜ ਦਾ ਕਰਾਂ ਹੁਸੈਨ ਨਿਕਲ ਸਮੇਂ ਸਤਰ ਉਹ ਪੀਏ ਪੜ੍ਹਨਾ ਹਰ ਦਾਰ ਦੀ ਅੱਖ ਵਸ ਪੋਜੀ ਕਿਆਮਾ ਦਮਲ ਦਾਰੇ ਹੋਰਾ ਦੇਵਾਲ ਕਿਆ ਹੋਇਆ ਆਦੀਏ ਬਾਬਾ ਸਾਰੀਆਂ ਪਰਦਲਾਰਾਂ ਨੂੰ ਸ਼ਹਿਜ਼ਾਦੀ ਇਸ਼ਾਰਾ ਕੀਤਾ ਹੈ ਆਦੀਏ ਬਾਬਾ ਹਰ ਬੀਬੀ ਆਪਣੇ ਆਪਣੇ ਖੈਮਾਂ ਤੋਂ ਗਈ ਹੈ ਤੇਰੇ ਵਾਲੇ ਆਦੀਏ ਬਾਬਾ ਮੈਂ ਡਿੱਠਾ ਹੈ ਬੀਬੀਆਂ ਗਈਆਂ ਤਾਂ ਹੱਥ ਖਾਲੀ ਆਇਆ ਤੂੰ ਹੈ ਕਰ ਨਾ ਕਰ ਤੇਰਾ ਆਪਣਾ ਮੁਕੱਦਰ ਹੈ ਆਦੀਏ ਬਾਬਾ ਜਦੋਂ ਵਾਪਸ ਹੋਈ ਆਇਲ ਕੋਈ ਦੁਰ ਲਹਾਈ ਵਧੀ ਆਈ ਕੋਈ ਗਾਲਾ ਲਹਾਈ ਵਧੀਆ ਆ ਆਦੀਆ ਬਾਬਾ ਨੂੰ ਛੋਟੀਆਂ ਛੋਟੀਆਂ ਬੱਚੀਆਂ ਕੋਈ ਥੋੜੀ ਜਿਹੀ ਚੀਜ਼ ਹੱਥਾਂ ਤੇ ਰੱਖੀ ਵਧੀਆ ਹੈ ਨਾ ਰੋ ਰੋ ਕੇ ਆਦੀਆਂ ਲਸਾਂ ਮੁਸਲਿਮ ਦੀਆਂ ਧੀਆਂ ਹੈ ਸਾਡਾ ਬਾਬਾ ਮਾਰਾ ਗਏ ਆਦੀਆ ਲਾਏ ਸਾਰੇ ਫਿਰਾ ਓਲਾ ਤਰੇ ਆਵਣ ਦੇ ਮੋਲਾ ਅੱਛਾ ਬਾਬਾ ਇੱਕ ਮੰਜ਼ਲ ਬੁਲੰਦ ਕਰੋ ਅੱਜ ਸਾਰੇ ਫਿਰਾ ਹੋਵੇ ਨਾ ਤਰੇ ਆਵਣ ਦੇ ਮੋਲ ਪੋਵੇ ਨਾ
ਹੋਰਾਂ ਦੇ ਵੱਲ ਕਿਉਂ ਆਦੀਏ ਬਾਬਾ ਸਾਰੀਆਂ ਸਮਾਨ ਲਈਆਂ ਆ ਕੇ ਗੱਠ ਬਣਾਈ ਨੇ ਆਦੀਏ ਬਾਬਾ ਮੈਂ ਗੱਠ ਚਾਹੀਏ ਡੇਰੇ ਵਾਲੇ ਆਦੀਏ ਬਾਬਾ ਮੈਂ ਗੱਠ ਚ ਆ ਕੇ ਟੁਰ ਪਈਆਂ ਤੂੰ ਹਾਏ ਨਾ ਕਰੇ ਸੇ ਤਾਂ ਹੋ ਹੀ ਨਹੀਂ ਸੰਗਦਾ ਆਦੀਏ ਬਾਬਾ ਉੱਥੋਂ ਮੇਰਾ ਉਜ਼ਰ ਹੋਇਆ ਜਿੱਥੋਂ ਚਾਰ ਸਾਲ ਦੀ ਬੱਚੀ ਖੜੀ ਆਇਆ ਮੇਰਾ ਦਾਮਨ ਲੱਭ ਕੇ ਆ ਕੇ ਚਾਚੇ ਦੀ ਧੀ ਇਨਸਾਫ਼ ਨਹੀਂ ਵੀ ਕੀਤਾ ਮੈਂ ਕਦੇ ਸਾਦੀਏ ਮੇਰੀ ਮਜਬੂਰੀ ਨਹੀਂ ਵੀ ਪੁੱਛਿਆ ਮੈਂ ਕਦੇ ਸਾਦੀਏ ਬਾਬਾ ਮੈਂ ਕੋ ਖੈਮੇ ਚ ਗਿਣ ਗਈ ਆ ਮੈਂ ਡਿੱਠਾ ਤੇ ਇੱਕ ਛੋਟਾ ਜਿਹਾ ਪੰਗੂੜਾ ਡੋਇਆ ਹੋਟਲ ਦੇ ਵਿੱਚ ਆ ਮਹੀਨਾ ਦਾ ਲਾਲ ਸੁਤੋਇਆ ਮੂੰਹ ਤੁਰ ਮਾਲ ਹਟਾਇਆ ਅਕਲ ਮਾਰ ਕੇ ਅਕਲ ਅਸਗਰ ਜਾਗ ਦਰਿਆਵਾ ਦੀਗਰ ਸਲਵਾਤ ਹੁਣ ਜ਼ਾਕਿਰ ਅਹਿਲ ਬੈਤ ਸੈਯਦ ਵਕਾਸ ਹੈਦਰ ਸ਼ਾਹ ਫਰਾਮ ਡੀ ਏ ਖਾਨ ਅਤੇ ਉਸ ਤੋਂ ਬਾਅਦ ਜ਼ਾਕਿਰ ਸੈਯਦ ਅਲੀ ਅਬਾਸ ਮੈਂਬਰ 'ਤੇ ਮੌਜੂਦ ਨੇ بار الہ اس مجلس سے اذان و منظور و قبول فرما کافی سارے جمعی وے اپنے آپ کو تھوڑا نہ سمجھو پاک اللہ جتنے ٹرائیں نیک حاجات پوریاں فرما بار الہ کوئی بیمار ہے شفائے کلی عطا فرما بار الہ جو بے گناہ قیدی ہن صدقہ امام موسیٰ کاظم علیہ السلام دی بے جرم قید دا رہائی عطا فرمائے پاک اللہ جتنے ٹرین انہاں دے مرحومین دے درجات بلند فرمائے بالخصوص سید بشیر حسین شاہ کو اعلی مقام علیہ جی نے جگہ عطا فرمائے انہاں دی قبر کو چودہ دے نور نال منور فرمائے ਇਸ ਦੌਰ ਦੀ ਜ਼ਰੂਰੀ ਦੁਆ ਇਸ ਦੌਰ ਦੇ ਮੁਹੰਮਦ ਦੇ ਜ਼ਹੂਰ ਵਿੱਚ ਤਜੀਲ ਫਰਮਾ ਦੁਆਈ ਦੀ ਕਬੂਲੀਅਤ ਵਾਸਤੇ ਮਿਲ ਕੇ ਉੱਚੀ ਸਲਵਾਤ ਪੜ੍ਹੋ ਨਾਰੇ ਤਕਬੀਰ ਕਾਫੀ ਸਾਰੇ ਜਮਾਈ ਵੇ ਆਪਣੇ ਆਪ ਨੂੰ ਥੋੜ੍ਹਾ ਨਾ ਸਮਝੋ ਮਿਲ ਕੇ ਬਵਾਜ਼ੇ ਬੁਲੰਦ ਨਾਰੇ ਤਕਬੀਰ ਨਾਰੇ ਰਿਸਾਲਤ نعرہ رسالت نعرہ حیدری علی دا نا چاون نال ختم قرآن دا ثواب ہے میں پہلے آکھے میں تو کو تھوڑا سمیت کے نہ کھڑا پڑتا ہوں علی آدن حسین بادشاہ دے ذاکر اگر تو سو اجازت دیو تو کو تھوڑے چھویں امام دا فرمان سڑا چھوڑا
ਤੁਹਾਡਾ ਛੇਵਾਂ ਪੀਆ ਫਰਮਾਇੰਦਾ ਹੈ ਮੇਰੇ ਡਾਡੇ ਅਲੀ ਦਾ ਨਾਂ ਚਾਵਣ ਨਾਲ ਇੱਕ ਖਤਮੇ ਕੁਰਾਨ ਨਹੀਂ 16,000 ਖਤਮੇ ਕੁਰਾਨ ਦਾ ਸਵਾਲ ਮੈਂ ਤਾਂ ਜਿਤਨਾ ਸਵਾਬ ਹੈ ਵਤਵਾਜ਼ ਕਮ ਅਜ਼ ਕਮ ਨਜਫ ਤੱਕ ਤਾਂ ਵੰਜਣੀ ਚਾਹੀਦੀ ਹੈ ਨਾ ਦੋਵੇਂ ਚਾ ਕੇ ਮਿਲ ਕੇ ਬਵਾਜ਼ ਬੁਲੰਦ ਨਾਰਾਇਆ ਹੈ ਲਰੀ ਹੁਸੈਨੀਅਤ ਹੁਸੈਨੀਅਤ ਇਹ ਵੀਰ ਹੁਣ ਬਾਤ ਉੱਥੇ ਹੀ ਥੀ ਗਈ ਆਈ ਤੁਸੀਂ ਸਲਵਾਤ ਪੜ੍ਹੋ ਮੈਂ ਡਿਪਟੀ ਪਾਕ ਸ਼ੁਰੂ ਕਰਾਂ ਬੈਠੇ ਤੁਸਾਂ ਸਾਰੇ ਮੁਖਲਿਸ ਅਜ਼ਾਦਾਰ ਹੈਗੇ ਲੇਕਿਨ ਮੇਰਾ ਦਿਲ ਬਣ ਗਈ ਹੈ ਵੀ ਜਿਵੇਂ ਮੈਂ ਖੁਤਬਾ ਪੜ੍ਹਦਾ ਹੁੰਦਾ ਅੱਜ ਮੈਂ ਉਵੇਂ ਪੜ੍ਹਾਂ ਅੱਗੇ ਤੁਸਾਂ ਗਿਣਦੇ ਵੇ ਜ਼ਾਕਰਾਂ ਦਾ ਇਮਤਿਹਾਨ ਅੱਜ ਮੈਂ ਤੁਹਾਡਾ ਇਮਤਿਹਾਨ ਗਿਣਦਾ أعوذ بالله من الشيطان الرجيم بسم الله الرحمن ishq e abba jab dilon pe asar karta hai kya baat hai aur ishq e abba jab dilon pe asar karta hai to phir ye lahu ਨਸਲੋਂ ਮੈਂ ਸਫ਼ਰ ਕਰਤਾ ਹੁਣ ਜਿਨ੍ਹਾਂ ਦੇ ਘਰ ਤੇ ਅਲਮ ਹੈ ਅਗਲੀ ਸਤਰ ਤੇ ਉਹ ਤਬੂਲੇ ਸਨ ਲੇਕਿਨ ਜਿਹਦੇ ਘਰ ਤੇ ਕੋਨੀ ਮੇਰਾ ਅਕੀਦਾ ਹੈ ਅਗਲੀ ਸਤਰ ਸੁਣ ਕੇ ਉਹ ਘਰ ਤੇ ਅਲਮ ਲੈ ਸਨ ਮੈਂ ਪਿਆਰਾ ਮੈਂ ਤਾਂ ਸੁਣਾਤਾ ਹੂੰ ਅਲਮ ਕੋ ਦੁਖੜੇ ਆਪਣੇ ਨਾ ਜਾਣੇ ਕੌਣ ਅੱਬਾਸ ਕੋ ਖਬਰ ਕਰਤਾ ਹੈ ਕਿਆ ਬਾਤ ਹੈ ਤੁਸਾਂ ਸੋਹਣਾ ਸੁਣੇ ਮੇਰਾ ਦਿਲ ਬਣ ਗਈ ਹੈ ਪਹਿਲੇ ਚੂੰਕਿ ਦੱਸਿਆ ਵੀ ਮੈਂ ਕਦਾਂ ਨਹੀਂ ਸੋਚਿਆ ਬਈ ਮਜਮਾ ਥੋੜ੍ਹਾ ਅਤੇ ਮੈਂ ਇੱਥਾਂ ਆਵਾਜ਼ ਬਚਾਵਾਂ ਅਤੇ ਜਾਨ ਬਚਾਵਾਂ ਕੋਈ ਪਤਾ ਹੈ ਜ਼ਿੰਦਗੀ ਦਾ ਮੇਰੀ ਆਖਰੀ ਹੋਵੇ ਕਿਉਂ ਮੈਂ ਕੰਜੂਸੀ ਕਰਾਂ ਹੁਣ ਮੈਂ ਤੁਹਾਨੂੰ ਕਲਾਮ ਸੁਣੈਨਾ ਇਹ ਲੋਕ ਆਖਦੇ ਨਾ ਬਈ ਫਲਾਣਾ ਬਜ਼ੁਰਗ ਪਤਾ ਨਹੀਂ ਕਿਹੜੇ ਅਕੀਦੇ ਦਾ ਮਾਲਿਕ ਹੈ
ਤੇ ਫਲਾਣਾ ਕਿਹੜੇ ਦਾ ਹੈ। ਅੱਜ ਮੇਰਾ ਦਿਲ ਬਣ ਗਿਆ ਹੈ ਤੁਹਾਨੂੰ ਮੈਂ ਬਹੁ ਸੁਲਤਾਨ ਦਾ ਕਲਾਮ ਸੁਣਾਵਾਂ। ਅਗਰ ਮੇਰਾ ਕੋਈ ਇਹਲੇ ਸੁਨਤ ਵੀ ਰਾਹ ਹੈ ਤਾਂ ਉਹ ਹੁਸੈਨ ਦਾ ਮਹਿਮਾਨ ਹੈ, ਮੇਰੇ ਕਲਾਮ 'ਤੇ ਜ਼ਰਾ ਤਵੱਜੋ ਕਰੇ ਸੀ। ਬਹੁ ਸੁਲਤਾਨ ਦਾ ਕੀਦਾ ਪਿਆ ਦੱਸੇ ਨਾ, ਉਹ ਅਦਲ ਕਰਨਾ ਬਹੁ ਸੁਲਤਾਨ ਦਾ ਕੀ ਦੇ ਸਰ ਚਾਵੇਂ ਦੇਖਣਾ ਮੇਰੇ ਆਲੇ ਪਾਸੇ ਉਹ ਆਖਣ ਕੇ ਚਾਨਲ ਬਹੁ ਸੁਲਤਾਨ ਆਪਣਾ ਅਕੀਦਾ ਦੱਸੇ ਉਹ ਆਦੇ ਉਹ ਬਿਨਹੁ ਬਹਿਦਾਰਾ ਕਸੀਦਾਂ ਨਾਲ ਅੱਜ ਮੈਂ ਤੁਹਾਨੂੰ ਰਜਾਵਾਂ ਹਾਂ, ਲੇਕਿਨ ਪਿੱਛੋਂ ਮੇਰੇ ਪਿਆਰੇ ਭਾਈ ਮਿੰਬਰ 'ਤੇ ਤਸ਼ਰੀਫ ਫਰਮਾਏ। ਅਸਾਂ ਹਰ ਮਜਲਿਸ ਵਿੱਚ ਇਹ ਤਾਂ ਮੇਰਾ ਘਰ ਹੈ, ਸਾਰਾ ਮਜਮਾ ਤਕਰੀਬਨ ਮੇਰੇ ਆਪਣੇ ਭਰਾ ਹੀ ਬੈਠੇ ਵੇ। ਅੱਜ ਮੈਂ ਤੁਹਾਨੂੰ ਕਸੀਦਾ ਸੁਣੇ ਨਾ ਇਮਾਮੇ ਜ਼ਮਾਨਾ ਦਾ। ਇਹ ਕਸੀਦਾ ਤੁਸੀਂ ਸੁਣਾ ਤਾਂ ਬੀਆ ਪੜਸਾਂ, ਉਸ ਤੋਂ ਬਾਅਦ ਅਗਰ ਬੀਆ ਸੁਣਨੇ ਤਾਂ ਬੀਆ ਪੜਸਾਂ। ਹੁਣ ਦੇਖਣਾ ਮੈਂ ਵਾਲੇ ਪਾਸੇ ਹਿਕ ਹੁਸੈਨ ਬਾਦਸ਼ਾਹ ਦੇ ਨੌਕਰ ਕਲਮ ਚਾਹੀਏ, ਉਸ ਕਲਮ ਚਾਹ ਕੇ ਜਿਹੜੀ ਗੱਲ ਆਪਣੇ ਦੌਰ ਦੇ ਇਮਾਮ ਨਾਲ ਕੀਤੀ ਹੈ ਉਹ ਹੈ ਮੇਰਾ ਕਸੀਦਾ। ਜਿਹੜੀ ਜਵਾਨ ਨਸਲ ਬੈਠੇ ਵੇ ਉਹ ਸ਼ੇਰ ਆਲ ਇਮਰਾਨ ਇਮਾਮੇ ਜ਼ਮਾਨਾ ਦੇ ਸਾਹਮਣੇ ਇਹ ਹੱਥ ਜੋੜ ਕੇ ਜਿਹੜੀ ਅਰਜ਼ ਬੈਠਕ ਕਰਦਾ ਹੈ ਕਿਆ ਦਾ ਬੈਠਾ ਹੈ, ਓ ਤੇਰਾ ਪਿਆਰ ਚਾਹੀਦਾ ਹੈ ਬਾਰ ਬਾਰ ਚਾਹੀਦਾ ਹੈ, ਤੇਰਾ ਪਿਆਰ ਚਾਹੀਦਾ ਹੈ ਬਾਰ ਬਾਰ ਚਾਹੀਦਾ ਹੈ, ਤੇਰਾ ਪਿਆਰ ਚਾਹੀਦਾ ਹੈ ਬਾਰ ਬਾਰ ਚਾਹੀਦਾ ਹੈ, ਤੇਰਾ ਪਿਆਰ ਮੈਂ ਪਹਿਲੇ ਆਖਿਆ ਤੁਹਾਨੂੰ ਥੋੜਾ ਨਾ ਸਮਝੀ ਖੜਾ, ਪਿਆਰ ਚਾਹੀਦਾ ਹੈ ਬਾਰ ਬਾਰ ਚਾਹੀਦਾ ਹੈ, ਤੇਰਾ ਪਿਆਰ ਚਾਹੀਦਾ ਹੈ ਨੌਜਵਾਨ, ਤੇਰਾ ਪਿਆਰ ਭਾਵੇਂ ਖਾਬ ਵਿੱਚ ਹੋਵੇ ਦੀਦਾਰ ਚਾਹੀਦਾ, ਭਾਵੇਂ ਖਾਬ ਵਿੱਚ ਹੋਵੇ ਦੀਦਾਰ। ਇੰਝ ਨਹੀਂ ਬਾਈ ਨੂੰ ਚਾਹ ਕੇ ਮਿਲ ਕੇ ਬਵਾ ਦੇ ਬੁਲੰਦ ਨਾਰਾਇ ਹੈਦਰੀ, ਤੇਰਾ ਪਿਆਰ ਚਾਹੀਦਾ ਬਾਰ ਜਿਹੜੇ ਤੇਰੇ ਹੀ ਗੁਲਾਮ ਤੈਨੂੰ ਮੰਨਦੇ ਨੀ ਮਾਮ, ਜਿਹੜੇ ਤੇਰੇ ਹੀ ਨੀ ਮਾਮ ਦੇ ਨੀ ਮਾਮ, ਜਿੱਥਾਂ ਜਿੱਥਾਂ ਵਸ ਦਿਲ ਬੇੜਾ ਪਾਰ ਚਾਹੀਦਾ, ਜਿੱਥਾਂ ਜਿੱਥਾਂ ਵਸ ਦਿਲ ਮੈਂ ਪਹਿਲੇ ਆਖਿਆ ਤੁਹਾਨੂੰ ਟੈਸਟ ਖਰਾ ਕਰੇ ਨਾ, ਅਗਰ ਤੁਹਾਡਾ ਸੁਣਨ ਦਾ ਮੂਡ ਹੋ ਸੀ ਤਾਂ ਕਸੀਦਾ ਨਾਲ ਅੱਜ ਮੈਂ ਤੁਹਾਨੂੰ ਰਜਾਊਂਗਾ। ਸਰਚਾ ਦੇਖ ਮੇਰੇ ਵਾਲੇ ਪਾਸੇ ਇੱਕ ਦੁਸ਼ਮਣ ਨੇ ਜ਼ਹਰਾ ਬੇਸ਼ੁਮਾਰ ਦੀ ਲਾਨਤ, ਇਹ ਜੰਨਤ ਵਾਲੇ ਪਾਸੇ ਵਧਦੀ ਹੈ। ਬਾਬਾ ਦੁਆ ਕਰੇ ਸੋ ਮਿੰਬਰ ਦੀ ਕਸਮ ਇੱਕ ਫਰਿਸ਼ਤਾ ਰੋਕੇ। ਅੱਛਾ ਹੁਣ ਸਾਰੀਆਂ ਗੱਲਾਂ ਬੰਦਾ ਮਿੰਬਰ 'ਤੇ ਕਰੇ, ਕੋਈ ਤੁਸਾਂ ਬੁਝ ਨਹੀਂ ਵਹਿੰਦੇ, ਇਸ ਨੂੰ ਜੋ ਰੋਕੇ ਇਹ ਬੜੇ ਇਵੇਂ ਨਾ ਆਕੜ ਦੇ ਨਾਲ ਇਹ ਕਿ ਦੇਖੋ ਤਾਂ ਸਹੀ ਨਮਾਜ਼ਾਂ ਰੋਜ਼ੇ ਬਲਕਿ ਓਵਰ ਟਾਈਮ ਲੱਗੇ ਹੋਏ ਅਲੀ ਵਾਲਾ ਟੋਕਨ ਸ਼ਾਟ ਹੈ। ਜਿਹੜੇ ਵੇਲੇ ਉਹ ਆਖਣ ਆਏ ਨਮਾਜ਼ਾਂ ਰੋਜ਼ੇ ਹੱਜਾਂ ਜ਼ਕਾਤਾਂ ਹਰ ਸ਼ੈ ਮੁਕੰਮਲ ਹੈ, ਤਿਵੇਂ ਜ਼ਿਆਦਾ ਜੋ ਥੜੱਲਾ ਚਾਹੇ ਸੀ ਨਾ ਉਹ ਆਖੇ ਅੱਛਾ ਗਾਲ ਸੁਣ, ਮੈਂ ਤੇਰੇ ਨਾਲ ਗਾਲ ਨਾ ਕਰਿੰਦਾ, ਅੱਲਾ ਜੰਨਤ ਕੋਈ ਇਜਾਜ਼ਤ ਦੇ ਸੀ ਜੰਨਤ ਤੇਰੇ ਨਾਲ ਬੋਲੇ ਸੀ। ਜਿਹੜੀ ਗੱਲ
जन्नत हुसैन दे दुश्मन अल कीती है सरचा देख मेरे आले पासे जन्नत बोलिए इन्हीं अखां अखां पा के जन्नत आखा किए अगे ना कदम चावे दुश्मन हुसैन दा मैं तां बोसा लेना है मालंगा दी ना लैन दा क्या बात है भाई हाँ अगे ना कदम चावे लैन दा मेरे मालिक नमीर मैं हाँ सैदा दी जागीर मेरे मालिक मैं हाँ सैदा दी जागीर मैनू मुल्ला नहीं ओ शादा या लादार चाहिए मैनू मुल्ला जेड़ा मुनकर पीर अली दी विलादा है उंदी गलती कोई नहीं सारा कम उंदी मादा है अल्लाह 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 ओ बुझिया क्यों वेले जदा जल गए खैमे ते सादात उजाम दे सारे ओ विच बलदी भादे आन दी मां बहु सारी अब्बास नो नौकर विरात अठारह हाल वाह वाह विच बलदी भादे आन दी मां बहु सारी अब्बास नो नौकर लखवारी बड़ा अगली छत्तर ते जेड़े जवान बैठे वे ओ तैकू पुत्रा वांग पले दी रैया ते ला भैन दे वीर उधारे मैं कुधी शबीर दी हायो नहीं लभदी परेशानी न पर माता में हुसैन सदके थी पोवा सोना रो पे मजलिस हुसैन का मकसद ही होए एक आंसू आ वे अजादारो केड़ा सोना जिक्र पिया थींदा आई मिंबर दी कसम इवें सोना वेढ़ा पिया वसदा आई पता नहीं कहीं बद नजरे दी नजर लगी आई मातमियो जवानो थारे आंसू सोने आ गए मजलिस हुसैन का मकसद एक आंसू आ वे सारी बख्शिश का जरिया है लेकिन मजलिस थोड़े को ज्यादा परदेदार मौजूद हैं हिक वैन उन्होंने हिस्से का करे ना मातमियों जवानों और रो के मेरी गल की तईद करे सन दुआ करे सन कहेंदा पुत्र हाँ कहेंदा भीरा हाँ मातमियों जवानों उन्होंने कूक दसे सन सैयद सच भी याद है मैं प्यादा होवे मुश्किल वक्त नौकर मैं नौकर हाँ ओ नहीं आग बुझदी तेरी आधियां तू साड़ी कर बाबा
ਸੋਹਣਾ ਸੁਣਨ ਇਹ ਮੇਰਾ ਘਰ ਜ਼ਿਆਦਾ ਪੜ੍ਹਨ ਨਹੀਂ ਕਾਸੂ ਆ ਗਈ ਆ ਜਿਹੜੇ ਸੈਯਦ ਬੈਠੇ ਵੇ ਤਕਲੀਫ ਕਰੋ ਇੱਕ ਵਾਰੀ ਹੱਥ ਬੁਲੰਦ ਕਰੋ ਸੈਯਦਾਂ ਹੁਸੈਨ ਦਾ ਜ਼ਾਕਰਾਂ ਤੁਹਾਡਾ ਮਹਿਮਾਨ ਮੇਰੇ ਸਰ ਤੇ ਕੁਰਾਨ ਰੱਖ ਅਕਬਰ ਤੂੰ ਜ਼ਿਆਦੀ ਪਿਆਰੀ ਹੈ ਇਸ ਚਾਦਰ ਮੈਂ ਆਖ ਅਕਬਰ ਤੂੰ ਜ਼ਿਆਦਾ ਪਿਆਰਾ ਹੈ ਇਸ ਮਾਂ ਦਾ ਜੱਲਾ ਹੋਇਆ ਬੁਰਖਾ ਮਾਤਮੀ ਓ ਜਵਾਨੋ ਮੈਂ ਦਲੀਲ ਦੇਣਾ ਜੋ ਅਕਬਰ ਤੂੰ ਵੱਧ ਪਿਆਰਾ ਕਿਉਂ ਹੈ ਮਿੰਬਰ ਦੀ ਕਸਮ ਜਦਾਂ ਅਕਬਰ ਮਾਓ ਦੀ ਇਜਾਜ਼ਤ ਮੰਗੀਏ ਬੀਬੀ ਆਖੇ ਟੁਰਵਾਂ ਮੇਰੀ ਨਿਭਵੇ ਸੀ ਅੱਬਾਸ ਮਾਓ ਦੀ ਇਜਾਜ਼ਤ ਮੰਗੀਏ ਬੀਬੀ ਆਖੇ ਟੁਰਵਾਂ ਮੇਰੀ ਨਿਭਵੇ ਸੀ ਜਿਹੜਾ ਦੇ ਮੈਂ ਹਾਸ਼ੀਆ ਤਈ ਵੈਲ ਤੇ ਰੋਂਦਾ ਕਿਵੇਂ ਨਹੀਂ ਮਿੰਬਰ ਦੀ ਕਸਮ ਜਦਾਂ ਹੁਸੈਨ ਆਖੇ ਜ਼ੈਨਬ ਮੇਰਾ ਛੇਕੜੀ ਸਲਾਮ ਬੀਬੀ ਆਧੀਏ ਟੁਰਵਾਲ ਮੇਰੀ ਨਿਭਵੇ ਸੀ ਉਹ ਦਲੀਲ ਜੋ ਅਕਬਰ ਹੁਸੈਨ ਤੇ ਗਾਜ਼ੀ ਤੂੰ ਢੇਰ ਪਿਆਰਾ ਹੈ ਸ ਮਿੰਬਰ ਦੀ ਕਸਮ ਜਦਾਂ ਸ਼ਿਮਰ ਚਾਦਰੀ ਚ ਹੱਥ ਪਾਤ ਹੈ ਹੁਣ ਮੈਨੂੰ ਮਾਫ ਕਰਾਏ ਮਾਤਮੀ ਉਹ ਕਿਤਾਬ ਦੇ ਲਫ਼ਜ਼ ਨਾ ਹੋਵੇ ਮੇਰਾ ਖੂਨ ਮਾਫ ਹੈ ਇੱਕ ਕੋਨਾ ਸ਼ਿਮਰ ਦੇ ਹਾਥਾ ਉਹ ਬੀਆ ਕੋਨਾ ਜ਼ੈਨਬ ਦੇ ਹਾਥਾ ਹੁਣ ਔਖੀ ਰਿਵਾਇਤ ਹੈ ਦਿਲ ਦੁੱਖੇ ਤੇ ਮਾਫ ਕਰੇ ਮਾਤਮੀ ਉਹ ਜ਼ੈਨਬ ਆਪ ਤੋਂ ਛਿਕਿਆ ਉਹ ਸ਼ਿਮਰ ਆਪ ਤੋਂ ਛਿਕਿਆ ਤ੍ਰੈਦੀਆਂ ਦੀ ਤਸੀ ਆਈ ਅਕਬਰ ਦੀ ਲਾਸ਼ ਤੇ ਰੁੰਨੀ ਹੋਈ ਆਈ ਜ਼ਮੀਨ ਤੇ ਝਣੀਏ ਹੱਥ ਜੋੜ ਕੇ ਆਦੀਏ ਜੇ ਲੁੱਟ ਲਈਏ ਚਾਦਰ ਉਹ ਮੈਂ ਕੂੰ ਕਤਲ ਚਾਕਾਰਾ ਫਰਮਾਇਆ ਜਈ ਸਹਾਰਾ ਏ ਉਹ ਇਹ ਸੋਚ ਕੇ ਲੁੱਟਈ ਨੈਮ ਪੜਦਾ ਅਗਲਾ ਵੈਣ ਜਿਨ੍ਹਾਂ ਦੀਆਂ ਚਾਰ ਸਾਲਾਂ ਦੀਆਂ ਧੀਆਂ ਮੈਂ ਨੈਮ ਪੜਦਾ ਹੁਣ ਸਰ ਚਾਨਿਆ ਦੇ ਹੁਸੈਨ ਤੂੰ ਮਿੰਠ ਦੀ ਬਈ ਮਜਲਿਸ ਮਾਤਮੀ ਉਹ ਜਵਾਨ ਹੋ ਜਦਾਂ ਜ਼ੈਨਬ ਦੀ ਚਾਦਰ ਲੱਥੀ ਏ ਹੁਣ ਮਰ ਜਾਵਾਂ ਹਾਂ ਤੇ ਮੈਂ ਨਾ ਪੜ੍ਹਾਂ ਜਿਹੜੇ ਵੇਲੇ ਸਕੀਨਾ ਫੁੱਫੀ ਦੀ ਹਾਲਤ ਦਿੱਠੀ ਏ ਸ਼ਿਮਰ ਦੇ ਸਾਹਮਣੇ ਹੱਥ ਜੋੜੇ ਨੇ ਸ ਰੋ ਕੇ ਆਜੇ ਮੇਰੇ ਪਿਓ ਦਾ ਕਾਤਲ ਓ ਮੇਰੇ ਦੂਰ ਘਿਨ ਚਾ ਦੇ ਚਾਦਰੀ ਆ ਨਦੀ ਬਾਦੀ ਮੈਂ ਤੂੰ ਕਸਮ ਚਵਾ ਓ ਬਿਨ ਬੁਰਕੇ ਦੇ ਊ ਕੂ ਟੁਰਨ ਦੀ ਦਾ ਨਹੀਂ ਬਾਵਾ ਸੇ ਬੁਲੰਦ ਸਲਵਾਤ ਹੁਣ ਜ਼ਾਕਿਰ ਅਹਿਲ ਬੈਤ ਸੈਯਦ ਅਲੀ ਅੱਬਾਸ ਫਕਤ ਹਿਕ ਬੰਦ ਉਸ ਤੋਂ ਬਾਅਦ ਜ਼ਾਕਿਰ ਅਹਿਲ ਬੈਤ ਮੁਰੀਦ ਅੱਬਾਸ ਗੋਰਛਾ ਵੱਖਰ ਮੌਜੂਦ ਹਨ 20 ਮਿੰਟਾਂ ਦੀ ਉਹਨਾਂ ਦੀ ਡਿਊਟੀ ਉਸ ਮੌਸਮ ਕੋ ਮੱਦੇਨਜ਼ਰ ਰੱਖ ਕੇ ਜ਼ਾਕਰੀਨ ਕੋਲ ਇਲਤਮਾਸ ਹੈ ਮਿਹਰਬਾਨੀ ਕਰਕੇ ਆਪਣੇ ਟਾਈਮ ਦੇ ਅੰਦਰ ਆਪਣੀ ਮਜਲਿਸ ਮੁਕੰਮਲ ਕਰਨ ਸਲਵਾਤ ਬਰ ਮੁਹੰਮਦ ਅਹਿਲ ਬੈਤ ਮੁਹੰਮਦ أعوذ بالله من الشيطان الرجيم بسم الله ਦਾਦਾ ਮੈਂ ਕੌਣ ਯਾਦ ਹੈ ਤੇਰੀ ਕੈਦ ਰਿਹਾ ਇੱਕ ਬੰਦ ਪੜ੍ਹਨਾ ਤੁਹਾਡੀ ਤਵੱਜੋ ਹੋਵੇ ਤਾਂ ਕਮੀਨੇ ਦੇ ਦਰਬਾਰ ਦੇ ਵਿੱਚ ਜਿਹੜਾ ਰਾਤ ਰੋਣ ਲਈ ਮਾਮਾ ਖੜੋਤੇ ਰੁਨੇ ਤੇ ਰੋ ਗਿਆ ਤੇ ਕਮੀਨਾ ਮੈਂ ਕੌਣ ਯਾਦ ਹੈ ਤੇਰੀ ਕੈਦ ਰਿਹਾ ਤੇ ਮੇਰਾ ਬਖਤ ਇਕਬਾਲ ਵਜਾ ਕੇ ਉਹ ਤੇ ਸ਼ਾਰ ਦੇ ਵਿਚਾਰੀਆ ਰੱਦ ਰੋਂਦਾ ਮੈਂ ਮਈਆ ਧਮਸ਼ੀਰ ਸੈਯਦਾ ਦੇ ਤੇ ਸ਼ਾਰ ਦੇ ਉਸਦੇ ਆਇਓ ਹੱਸਦੇ ਹਨ ਤੇ ਜਿੱਦਾਂ ਭੇਣ ਵੱਲਾ ਦਫਨਾ ਕੇ ਅੱਧ ਕਿਵੇਂ ਭੁੱਲ ਸਕਦਾ ਹੈ ਅੱਲਾ ਰਾਜ਼ੀ ਕੋ
ਟੁਰੀ ਚੋਲਾ ਕਫਾਨ ਬੜਾ ਕੇ ਇੱਕੋ ਬਾਂਧਾ ਜਿੰਨਾ ਇਮਾਮੇ ਸਜਾਦ ਗਾਲ ਕੀਤੀ ਹੈ ਕਮੀਨੇ ਦੀ ਆਵਾਜ਼ ਆਉਂਦੀ ਹੈ ਜਲਦੀ ਕਰੋ ਸਜਾਦ ਨੂੰ ਕੁਰਸੀ ਦਿਓ ਉਸ ਵੇਲੇ ਮੇਰੇ ਇਮਾਮ ਰੁਨੇ ਤੇ ਰੋ ਗਿਆ ਦੇ ਤੇ ਕੋਈ ਸ਼ਰਾਮ ਨਹੀਂ ਆਉਂਦੀ ਨਿੱਜੇ ਸਜਗਾ ਤੇ ਮੈਂ ਕੁਆਂ ਕੁਰਸੀਆਂ ਦੇ ਕੀਆਂ ਹੋ ਜਿੱਤਾਂ ਕਈ ਘੰਟੇ ਪਾਬੰਦ ਹੋ ਕੇ ਮੇਰੀਆਂ ਫੁੱਪੀਆਂ ਖੜੀਆਂ ਰਹੀਆਂ ਰੁਨੇ ਤੇ ਰੋ ਗਿਆ ਦੇ ਹੱਥ ਬਦ ਗਏ ਤੇ ਸਜਾਦ ਮੈਂ ਬਹੁ ਥੱਕ ਗਈਆਂ ਹੋ ਮੈਨੂੰ ਘੋੜੀਆਂ ਨਾਲ ਭਜੈਂਦੇ ਰਹਿ ਮੇਰੀਆਂ ਤਲੀਆਂ ਜ਼ਖਮੀ ਹੁਣ ਜ਼ਾਕਿਰ ਮੁਰੀਦ ਅਬਾਸ ਗੌਰ ਸ਼ਾਹ ਬਖਰ ਖਿਤਾਬ ਕਰੇ ਸਨ ਉਸ ਤੋਂ ਬਾਅਦ ਜ਼ਾਕਿਰ ਅਲ ਬੈਦ ਨਦੀਮ ਅਬਾਸ ਬੁਖਾਰੀ ਸਾਹਿਬ ਹੋਣੀ ਕੋਲ ਇਲਤਮਾਸ ਸਟੇਜ ਤੇ ਮਿੰਬਰ ਤੇ ਤਸ਼ਰੀਫ ਗਿਨਾ ਨੇ ਬੰਦਾ ਤੂੰ ਗੁਨਾਹਗਾਰ ਹੈ ਰਹਿਮਾਨ ਹੈ ਮੌਲਾ ਬੰਦੇ ਪੇ ਕਰਮ ਕਰਨਾ ਤੇਰੀ ਸ਼ਾਨ ਹੈ ਮੇਰਾ ਮੌਲਾ ਇਲਜ਼ਮਾ ਸੇ ਦੁਆ ਬਰੇ ਹੁਜਤ ਖੁਦਾ ਬਿਸਮਿਲ੍ਲਾਹ ਰਹਿਮਾਨ ਰਹੀਮ ਅੱਲਾਹੁਮਾ ਕੁਨ ਵਲੀ ਖਲ ਹੁਜਤ ਇਬਨ ਹਸਨ ਸਲਵਾਦੋ ਕਲਹੀ ਵਾਲਾ ਬਹੀ ਫਲ ਸਾਤੇ ਵਫੀ ਕੁੱਲ ਸਾਤ ਮਿਨ ਸਾਤ ਲੈ ਲੈ ਮਨਾਰ ਵਲੀ ਅਨ ਮਹਾਫਿਜ਼ਨ ਵ ਕੈਦਨ ਵ ਨਾਸਿਰਨ ਵ ਦਲੀਲਨ ਮਿਨ ਤਾਤ ਉਸਤਨੂਰ ਇਲਾਹੀ ਅਜ਼ੀਮ ਇਬਾਦਤ ਕਬੂਲ ਫਰਮਾ ਆਮੀਨ ਆਖੋ ਦੁਆ ਤੁਹਾਡੇ ਵਾਸਤੇ ਕਰਨ ਲਗਾ ਅੱਲਾ ਹਾਜ਼ਰੀਨ ਦਾ ਟੁਰਾਇਆ ਕਬੂਲ ਫਰਮਾ ਕਿਨਾ ਦਾ ਮਾਲਿਕ ਮੇਰੇ ਮੋਹਤਰਮ ਦੀ ਪੂੜੀ ਵਿੱਚ ਆਈ ਚੌਦਨ ਦੀ ਬਾਰਗਾਹ ਕਬੂਲ ਫਰਮਾ ਇਹ ਜ਼ਿਕਰ ਦਸਦਕਾ ਜਿਤਨੀਆਂ ਜੋਲੀਆਂ ਬੇ ਉਲਾਦੇਨ ਹਯਾਤੀਆਂ ਲੇ ਵਾਰਿਸ ਅਤਾ ਫਰਮਾ ਬਾਬੇ ਬਸ਼ੀਰ ਸ਼ਾਹ ਦੇ ਦਰਜਾਤ ਬੁਲੰਦ ਫਰਮਾ ਅੱਲਾ ਔਖਾ ਦੌਰੇ ਹਰ ਸ਼ਰੀਫ ਦੀ ਇੱਜ਼ਤ ਮਹਫੂਜ਼ ਫਰਮਾ ਸਾਕੋ ਸਾਰਿਆਂ ਕੋ ਸ਼ਾਮ ਤੇ ਕਰਬਲਾ ਦਾ ਜ਼ਵਾਰ ਬਣਾ ਉਹ ਨਗਰੀ ਦਿਖਾ ਜਿੱਥਾਂ ਦੀ ਗਿਰਲ ਭੈਣਾ ਦੀ ਆਈ ਜ਼ਮੀਨ ਉੱਚੀ ਥੀ ਮੈਂ ਬਿਰਾ ਦਸੀਦਾ ਦੇਖਾਂ ਬਿਰਾ ਦਾਈ ਜਿੱਕੀ ਤੀ ਮੈਨੂੰ ਭੇੜ ਮਰੀਦਾ ਨਾ ਦੇਖੇ ਸਾਕੋ ਸਾਰਿਆਂ ਨੂੰ ਸ਼ਾਮ ਤੇ ਕਰਬਲਾ ਦਾ ਜ਼ਵਾਰ ਬੜਾ ਉਹ ਭੈਣ ਬਿਰਾ ਦਾ ਪੱਲੂ ਬੰਨੇ ਜਿਹੜੀ ਮੁੱਦਤ ਸਿੱਖਦੀ ਵਧੀ ਹੈ ਹੁਸੈਨ ਦਾ ਸੋਹਣਾ ਬਛੜਾ ਸਿਹਰੇ ਪਾਵੇ ਬਾਰਵੇਂ ਦਿਸ਼ਾਈ ਹੋਵੇ ਸਾਡੀਆਂ ਗੁਨਾਗਾਰ ਰੱਖੀ ਦੇਖੇ ਸਲਿਆਲਾ ਮੁਹੰਮਦ ਵਾਲ ਮੁਹੰਮਦ ਵਾ ਅਜਲ ਫਰਜਾਲ ਮੁਹੰਮਦ ਯਾ ਕੈਮ ਅਲ ਮੁਹੰਮਦ ਦੋਮਨ ਦੀ ਕਬੂਲੀਅਤ ਵਾਸਤੇ ਸਲਵਾਤ ਨਾਰੇ ਤਕਬੀਰ ਅੱਲਾਹੁ ਅਕਬਰ ਨਾਰੇ ਤਕਬੀਰ ਅੱਲਾਹੁ ਅਕਬਰ ਨਾਰੇ ਰਿਸਾਲਤ ਯਾ ਰਸੂਲ ਅੱਲਾ ਨਾਰੇ ਯਾ ਹੈਦਰੀ ਯਾ ਅਲੀ ਅਲੈਹਿਸਲਾਮ ਹੁਸੈਨੀਆਤ ਜ਼ਿੰਦਾਬਾਦ ਯਜ਼ੀਦੀਆਤ ਮੁਰਦਾਬਾਦ ਮੁਹੰਮਦ ਵਾਲੇ ਮੁਹੰਮਦ ਦੁਸ਼ਮਨਾਂ ਤੇ ਲਾਨਾਤ ਬੇਸ਼ੁਮਾਰ ਦੇ ਲਾਨਾਤ ਪਾਕ ਬੀਬੀ ਦੇ ਕਾਤਲਾਂ ਦੇ ਲਾਨਾਤ ਬੇਸ਼ੁਮਾਰ ਦੇ ਲਾਨਾ ਦੁਆਹੇ ਵਾਲੀ ਖੁਰਸਾਨ ਤੁਹਾਨੂੰ ਕਹਿ ਕਮੀ ਨੇ ਨਵਾਤ ਆਜ ਨਾ ਕਰੇ ਇਸ ਮਜਲੇ ਸੇ ਜ਼ਿਆਦਾ ਮੈਂ ਖੁਦਬਾਨੀ ਹਾਂ ਔਰ ਮੈਂ ਚਾਹੁੰਦਾ ਹਾਂ ਜੋ ਮੈਂ ਆਪਣੇ ਆਉਣ ਵਾਲੇ ਮਹਿਮਾਨਾਂ ਕੋ ਵਕਤ ਦੇਵਾਂ ਅਤੇ ਜਿਹੜੇ ਪਰੇਸ਼ਾਨ ਬੈਠੇ ਹੋ ਮੈਂ ਕੋਈ ਘੰਟੇ ਵਾਲੀ ਰਮਾਣਤ ਤੋਂ ਕੋਈ ਦੇਵਣੀ ਨਹੀਂ ਨਿਜ਼ਾਮ ਹਸਤੀ ਹੈ ਮੈਂ ਦੇ ਹੱਥ ਵਿੱਚ ਖੁਦਾ ਦੀ ਬਿਹਤਰ ਦਲੀਲ ਮੈਂ ਹਾਂ ਆਲੇ ਆਲੇ ਮੇਰਾ ਟਾਈਮ ਬਾਬਣ ਦੇ ਸਾਹਿਬ 20 ਮਿੰਟ ਮੈਂ 18 ਮਿੰਟ ਪੜ੍ਹਦਾ ਬਿਸਮਿਲ੍ਲਾ ਕਰਾਂ ਸ਼ਾਮ ਦਾ ਵਸਦਾ ਸਤਰ ਸੁਣ ਗੰਨੋ ਚਲੋ ਦੁਆ ਕਰ ਛੁੜਾਏ ਸ਼ਾਮ ਦਾ ਵਸਦਾ ਬਾਬਾ ਜੀ ਨਬੀਆਂ ਦੇ ਸੁਲਤਾਨ ਦੀ ਬਾਹਰ ਗਾਹ 'ਚ ਆਇਆ ਫਰਮਾਏ ਤਖਤੀ ਮਹਫੂਜ਼ ਦਾ ਤੂੰ ਬੇਸ਼ੱਕ ਚੁੱਪ ਬੈਠ ਰਿਹਾ ਮੈਂ ਰਾਜ਼ੀ ਹਾਂ ਅਗਰ ਮੇਰੇ ਕਲਾਮ 'ਚ ਵਜ਼ਨ ਹੋਵੇ ਤਾਂ ਮੈਂ ਦੁਆ ਕਰ ਛੋੜਨੀ ਹੈ ਇਹ ਬਾਦਸ਼ਾਹ ਦੇਖੋ ਅੱਲਾ ਨੇ ਮੇਰੀ ਔਲਾਦ ਲਿਖੀ ਹੈ ਜੋ ਕੋਈ ਨਾ ਨਬੀਆਂ ਦੇ ਸੁਲਤਾਨ ਫਰਮਾਇਆ ਮੁਕੱਦਰ ਨਵਾਜ਼ ਅੱਲਾ ਨੇ ਤੇਰੀ ਔਲਾਦ ਨਹੀਂ ਲਿਖੀ ਸਿਰਫ ਪੁੱਛ ਆਏ ਸੀ ਇਹ ਨਿਸੀ ਆਖਾ ਜੋ ਔਲਾਦ ਮੇਰੀ ਲਿਖਾ ਦਿਓ ਸਿਰਫ ਪੁੱਛ ਆਏ ਸੀ ਜਦੋਂ ਨਬੀਆਂ ਦੇ ਸੁਲਤਾਨ ਆਖੇ ਇਵੇਂ ਪਰੇਸ਼ਾਨ ਦੇ ਕੇ ਵੱਲਾ ਜਿਵੇਂ 4-5 ਬੰਦੇ ਹੁਣ ਇਵੇਂ ਬੈਠੇ ਦੇ ਦੇਣ ਜਿਵੇਂ ਮੈਂ ਕੋਈ ਪੁੱਛਣ ਆਏ ਬੈਠੇ ਹੋ ਤਵੱਜੋ ਕਰਾਏ ਭਾਈ ਗੱਲੀ 'ਚ ਗੁਜ਼ਰਾ ਰੋਂਦਾ ਪੈਂਦਾ ਹੈ ਆਦਾ ਪੈਂਦਾ ਮੁਸਾਫਿਰ ਆਮ ਪਰਦੇਸੀ ਆਮ ਦੌਰ ਦਾ ਵਸਦਾ ਆਮੀ ਮੇਰੇ ਹੱਥ 'ਚ ਉਲਾਦ ਹੈ ਕੋਈ ਨਾ ਉਸ ਥੋਇਆ ਲਿਆ ਰੋਂਦਾ ਦੇਠਾ ਜਿਹੜਾ ਕਹਿਣ ਰੋਂਦਾ ਨਹੀਂ ਦੇਖ ਸਕਦਾ ਪਰ ਮੈਂ ਨਾਨਾ ਸਲੇਮਾਨ ਹੈ ਪਹਿਲਾ ਬੰਦਾ ਜਿਹੜਾ ਰੋਂਦਾ ਪੈਂਦਾ ਪਿਆ ਇਹਦਾ ਮੁੰਡਾ ਪਕੜੇ ਕੋ ਮੇਰੇ ਕੋਲ ਕਹਿੰਦਾ ਇਹਨੂੰ ਵਕਤ ਤੱਕ ਉਹ ਖੜਾ ਸਦੇ ਦੇ ਜਿਹੜਾ ਤਕਦੀਰ ਬਦਲਦਾ ਹੈ
ਸਤਰ ਸੁਣਾਏ ਬਾਈ ਬਿਸਮਿਲ੍ਲਾ ਕਰੋ ਉਸ ਦੇ ਨਾ ਖੜਾ ਜਿਹੜਾ ਤਕਦੀਰ ਬਦਲਦਾ ਹੈ ਬਾਦਸ਼ਾਹ ਪੁੱਛਾ ਇਸ ਦਸਾ ਸ਼ਾਮ ਵਿੱਚ ਆਇਆ ਹਾਂ ਅੱਲਾ ਦੇ ਨਬੀ ਆ ਕੇ ਤੇਰੀ ਔਲਾਦ ਕਹਿੰਦੇ ਮੇਰੇ ਮੌਲਾ ਫਰਮਾਉਂਦੇ ਨੇ ਇਹਦੇ ਵੱਡੇ ਦਰਬਾਰ 'ਚ ਗਈ ਹੈ ਅਤੇ ਬਗੈਰ ਵਕੀਲ ਦੇ ਗਈ ਹੈ ਬਾਬਾ ਨਦੀਮ ਸ਼ਾਹ ਮੈਂ ਸੱਤਾ ਦਾ ਦਰਾਨਾ ਬਈ ਦੋ ਕੰਮ ਬੰਦਾ ਬੜੇ ਸੌਖੇ ਕਰ ਗਿੰਦੇ ਇੱਕ ਤਾਂ ਘਰ ਬੰਦਾ ਮਿਸਤਰੀ ਬੜੇ ਸੌਖੇ ਲੈ ਲਏ ਦੂਜਾ ਵਕੀਲ ਸੌਖਾ ਤੇ ਰਹਿੰਦਾ ਕਾਬੇ ਦੀ ਕਸਮ ਹੈ ਇਹਨਾਂ ਨੂੰ ਰੂਹਾਂ ਨੂੰ ਕੱਢਣਾ ਡਾਂਗਾ ਨਾਲ ਪਾਉਂਦਾ ਹੈ ਬਿਸਮਿਲ੍ਲਾ ਕਰਾਂ ਡਾਂਗਾ ਨਾਲ ਬਾਦਸ਼ਾਹ ਫਰਮਾਏ ਆ ਮੈਂ ਤੁਹਾਡਾ ਵਕੀਲ ਬਣਨਾ ਹੁਣ ਆਪਣੇ ਜੇਬੇ ਤੋਂ ਦੇਖਦੇ ਸਫ਼ਰ ਹੀ ਦੇਖਦੇ ਆਪਦੇ ਵਕੀਲਾਂ ਕੋਲ ਪੈਸੇ ਦੇਵਣੇ ਪਾਉਂਦੇ ਹਨ ਅਤੇ ਮੇਰੇ ਜੇਬੇ 'ਚ ਇੱਕ ਅਸ਼ ਕੋਈ ਨਾ ਬਾਦਸ਼ਾਹ ਫਰਮਾਏ ਪਰੇਸ਼ਾਨ ਕਿਉਂ ਹੈ ਆਪਦੇ ਤੁਸੋਂ ਵਕੀਲ ਵੀ ਅਤੇ ਵਕੀਲਾਂ ਕੋਲ ਪੈਸੇ ਦੇਵਣੇ ਪਾਉਂਦੇ ਪੂਰੇ ਜਹਾਨ ਦੀਆਂ ਖੁਸ਼ੀਆਂ ਇਕੱਠੀਆਂ ਦੇ ਕੇ ਬਾਦਸ਼ਾਹ ਦੇ ਚਿਹਰੇ 'ਤੇ ਆਈਆਂ ਇਹਦੀ ਅੱਗ ਜੱਗ ਪਾ ਕੱਢਣ ਘਬਰਾ ਨਹੀਂ ਨਿਜ਼ਾਮ ਹੈ ਹਸਤੀ ਹੈ ਮੇਰੇ ਹੱਥ ਵਿੱਚ ਖੁਦਾ ਦੀ ਬਿਹਤਰ ਦਲੀਲ ਮਾਇਆ ਜ਼ਮੀਨ ਵੱਲ ਭਾਵੇਂ ਨਹੀਂ ਬੋਲਣਾ ਨਿਜ਼ਾਮ ਹੈ ਹਸਤੀ ਹੈ ਮੇਰੇ ਹੱਥ ਵਿੱਚ ਖੁਦਾ ਦੀ ਬਿਹਤਰ ਦਲੀਲ ਮਾਇਆ ਜਿਨ੍ਹਾਂ ਨੇ ਸੁਣਦਾ ਅਪੀਲ ਕੋਈ ਨਹੀਂ ਉਹਨਾਂ ਨੇ ਸੁਣਦਾ ਅਪੀਲ ਮਾਇਆ ਯਾਲੀ ਯਾਲੀ ਹਾਲੇ ਰੂਪ ਬੰਦ ਚੁੱਪ ਬੈਠਣ ਨਹੀਂ ਬੋਲੇ ਮੈਂ ਨਾਲ ਲੱਲਾ ਜਾਣੇ ਮੈਨੂੰ ਪੁੱਛਣ ਆਏ ਬੈਠੇ ਨਿਜ਼ਾਮ ਹੈ ਹਸਤੀ ਹੈ ਮੇਰੇ ਹੱਥ ਵਿੱਚ ਖੁਦਾ ਦੀ ਬਿਹਤਰ ਦਲੀਲ ਮੈਂ ਆ ਨਿਜ਼ਾਮ ਹੈ ਹਸਤੀ ਹੈ ਮੇਰੇ ਹੱਥ ਵਿੱਚ ਨਿਜ਼ਾਮ ਹੈ ਹਸਤੀ ਹੈ ਮੇਰੇ ਹੱਥ ਵਿੱਚ ਖੁਦਾ ਦੀ ਬਿਹਤਰ ਦਲੀਲ ਮੈਂ ਆ ਜਿਨ੍ਹਾਂ ਨੇ ਸੁਣਦਾ ਅਪੀਲ ਕੋਈ ਨਹੀਂ ਉਹਨਾਂ ਨੇ ਸੁਣਦਾ ਅਪੀਲ ਮੈਂ ਆ ਬਾਦਸ਼ਾਹ ਫਰਮਾਇਆ ਜ਼ਮਾਨਾ ਮੈਂ ਕੋ ਹੁਸੈਨ ਆ ਦਏ ਅਤੇ ਸਾਕੀਏ ਸਰ ਸਬੀਲ ਮੈਂ ਆ ਗਰੀਬ ਮੈਂ ਕੋ ਪਿਆਰੇ ਲੱਗਦੇ ਨੇ ਇਹਨਾਂ ਦਾ ਮੁਫਤੀ ਵਕੀਲ ਮੈਂ ਆ ਜ਼ਿੰਦਾਨ ਮੈਂ ਪਰੇਸ਼ਾਨ ਹੈ ਬਗਦਾਦ ਕਾ ਕੈਦੀ ਬਿਸਮਿਲ੍ਲਾ ਕਰਾਂ ਜ਼ਿੰਦਾਨ ਮੈਂ ਪਰੇਸ਼ਾਨ ਹੈ ਬਗਦਾਦ ਕਾ ਕੈਦੀ ਕੱਲ ਕੌਣ ਉਠਾਏਗਾ ਮੁਸਾਫਿਰ ਕਾ ਜਨਾਜ਼ਾ ਬਿਸਮਿਲ੍ਲਾ ਕਰਾਂ ਜ਼ਿੰਦਗੀ ਹੋਵੇ ਸਾਦਾਤ ਰੁਲੀ ਬਹੁ ਮੁਲਕਾਂ 'ਤੇ ਦੇਵਾਂ ਸੱਤਵੇਂ ਇਮਾਮ ਦਾ ਹਾਲ ਏ ਮੈਂ ਸਦਕ ਵਜਾਂ ਉਹ ਕੈਦੀ ਤੋਂ ਜਿਹਨੂੰ ਗੁਜ਼ਰੇ ਨੇ 14 ਸਾਲ ਏ ਬਿਸਮਿਲ੍ਲਾ ਕਰਾਂ ਤੋਇਆ ਲਿਓ ਪੁੱਤਰ ਸੁਤਾ ਖੁਰਾਸਾਨ ਦੇ ਵਿੱਚ ਅਤੇ ਪਿਓ ਬਗਦਾਦ ਵਿੱਚ ਹਾਲੇ ਧੀ ਰੁਲ ਮੋਈਏ ਕੁੰਮ ਸ਼ਹਿਰ ਦੇ ਵਿੱਚ ਜਿਹਦੇ ਕੋਈ ਨਹੀਂ ਵਾਰਿਸ ਬਿਸਮਿਲ੍ਲਾ ਕਰਾਂ ਹੁਕਮ ਹੈ ਬਾਬੇ ਹੁਣ ਦਾ ਬੇ ਸਭ ਉਹਦੇ ਗੁਰਬਤ ਸੁਣਾ ਦੇ ਜਿਹਦੀਆਂ 18 ਦੀਆਂ 19 ਪੁੱਤਰ ਵਤਨ ਦੇ ਹਨ ਇਹ ਡੇਰੇ ਦੀ ਧਰਤੀ ਗਰੀਬ ਤੋਂ ਗਰੀਬ ਬੰਦਾ ਮਰ ਵਜੇ ਮੈਨੂੰ ਉਲਮੇ ਆਬਾਦ ਦੀ ਕਸਮ ਹੈ ਜਨਾਜ਼ਾ ਚਾਵਣ ਵਾਲੇ ਮੁਸਲਮਾਨ ਆਉਂਦੇ ਨੇ ਜਿਹਦੀ ਗੁਰਬਤ ਮੈਂ ਖੜਾ ਪੜਦਾ ਪੁੱਤਰ ਆਉਂਦੇ ਆਏ ਨੇ ਜਨਾਜ਼ਾ ਚਾਵਣ ਵਾਲੇ ਗੈਰ ਮੁਸਲਿਮ ਆਏ ਬਿਸਮਿਲ੍ਲਾ ਕਰਾਂ ਪੰਜ ਦਰਦ ਮੈਂ ਪੜ੍ਹੇ ਨੇ ਇਮਾਮ ਦੀ ਗੁਰਬਤ ਦੇ ਇੱਕ ਇੱਕ ਦਰਦ ਮੈਂ ਜ਼ਮੀਨਾਂ 'ਤੇ ਲਿਆਏ ਨਿਕਲ ਹੋਏ ਸੀ ਪੰਜ ਦਰਦ ਸੁਣ ਗਿਣਾਏ ਲੰਬੀ ਕੈਦ ਵਜ਼ਨੀ ਜ਼ੰਜੀਰ ਤੰਗ ਜ਼ਿੰਦਾਨ ਜ਼ਾਲਿਮ ਜ਼ਹਿਰ ਅਤੇ ਬੇਵਤਨ ਜਨਾਜ਼ਾ ਪਤਨੇ ਤੋਂ ਕਿਹੜੇ ਖਿਆਲ ਸੁਣਦਾ ਬੈਠੇ ਜ਼ਿੰਦਗੀ ਉਹਨੇ ਬਿਸਮਿਲ੍ਲਾ ਕਰਾਂ ਨੌਕਰਾਂ ਵੱਧ ਇੱਕ ਦਫ਼ਾ ਮੇਰੀਆਂ ਸਤਰਾਂ ਸੁਣ ਗਏ ਨਾ ਲੰਬੀ ਕੈਦ ਵਜ਼ਨੀ ਜ਼ੰਜੀਰ ਤੰਗ ਜ਼ਿੰਦਾਨ ਜ਼ਾਲਿਮ ਜ਼ਹਿਰ ਅਤੇ ਬੇਵਤਨ ਜਨਾਜ਼ਾ ਧੀਆਂ ਚਾਚਾ ਜਿਤਨੀਆਂ ਹੋਵੇ ਨਾ ਪਿਆਰੀ ਉਹ ਆਉਂਦੀ ਹੈ ਜਿਹੜੀ ਦੁਖੀ ਹੋਵੇ ਹੁਸੈਨ ਨਾਲ ਆ ਕੇ ਨਾ ਤੇਰਾ ਮਹਿਮਾਨ ਆ ਮੰਗੀ ਕਰ ਦੁਆ ਛਲ ਕਹਿਣ ਦੀ ਧੀ ਦੁਖੀ ਨਾ ਹੋਵੇ ਅਗਲੇ ਦੁਆ ਮੰਗੇ ਕਰ ਛਲ ਕਹਿਣ ਦੀ ਧੀ ਜ਼ਖਮੀ ਨਾ ਹੋਵੇ ਦੱਸਾਂ ਲੰਬੀ ਕੈਦ ਕਿਤਨੀ ਆਈ ਜਦੋਂ ਆਖਰੀ ਟਾਈਮ ਧੀਆਂ ਕੋ ਮਿਲਣਾ ਹੈ ਨਾ ਸ਼ਾਜੇ ਧੀਆਂ ਪੁੱਛੇ ਬਾਬਾ ਕਿਨ ਪਵੇਂਦੇ ਹੋ ਫਰਮਾਏ ਮੁਸਲਮਾਨਾਂ ਕੋ ਮੁਬਲਕ ਦੀ ਜ਼ਰੂਰਤ ਹੈ ਪਿਓ ਦੇ ਗੱਲ 'ਚ ਬਈ ਪਾ ਕੇ ਦਿਨ ਮੁਬੱਲੇ ਕਿਵੇਂ ਵਹਿੰਦੇ ਜਿਵੇਂ ਤੁਸਾਂ ਪਵੈਂਦੇ ਹੋ ਸੱਤਰ ਸੁਣ ਗਿਣਾਏ ਬਾਈ ਰੋਨੇ ਦੇ ਫਰਮੈਂਦੇ ਨੂੰ ਖੁਸ਼ਕਿਸਮਤ ਦੇਵੇ ਘਰ ਖੜੀਆਂ ਵੇ ਮਹਿਫੂਜ਼ ਖੜੀਆਂ ਵੇ ਪਰਦੇ 'ਚ ਖੜੀਆਂ ਵੇ ਅੱਜ ਤੋਂ ਕੁਝ ਅਰਸਾ ਪਹਿਲੇ ਇੱਕ ਮੁਬੱਲੇ ਕੀ ਆਈ ਜਿਹਦੇ ਨਾਲ ਭੈਣੀਆਂ ਹੈ ਵਾਹ ਬੇ ਵਾਹ ਜਿਹਦੇ ਨਾਲ ਧੀਆਂ ਹੈ ਜਿਹਦੇ ਨਾਲ ਹਰਮ ਹੈ ਬਾਦਸ਼ਾਹ ਫਰਮੈਂਦੇ ਜਿਹਦੇ ਪੋਰ ਹੈ ਜਿਹਦੇ ਮਲਾਹ ਹੈ ਕਰ ਬਲਾ ਜੋ ਲੁੱਟ ਪਈ ਏ ਕਿਨਾਈ ਪੋਰ ਗਏ ਕਿਨਾਈ ਮਲਾ ਗਏ ਕਿਨਾਈ ਭੇਣੀ ਗਈਆਂ ਕਿਨਾਈ ਵਿਰਾ ਗਏ ਬਲਾ ਉਹਨੇ ਭਾਈ ਆਏ ਕਰਨ ਵਾਲਿਆ ਬਿਸਮਿਲ੍ਲਾ ਕਰ ਨੌਕਰਾਂ ਜ਼ਿੰਦਗੀ ਹੋਵੇ ਮਾਲਕ ਪੁਰਸ਼ ਕਬੂਲ ਫਰਮਾਵੇ ਕਾਸਿਮ ਕੁਛ ਆਇਆ ਸੱਤਰ ਸੁਣੇ ਲੰਬੀ ਕੈਦ ਕਿਤਨੀ ਆਈ ਇਵੇਂ ਚਾਹ ਕੇ ਹਨ ਲਾ ਕੇ ਖੜੇ ਦਿਨ ਜਿੱਦਾਂ ਮੇਰੇ ਮੁਲਾਕਾਤ 'ਤੇ ਆਵੇ ਰੋਕੇ ਨਹੀਂ ਇਹੋ ਕੋਈ ਦਸੈਨਾ ਜਿਹੜਾ ਪੀਂਘੇ ਚਾਈ ਹੁੰਦੀ ਲਾਹੇ ਪਈ ਅਤੇ ਪਿਓ ਦੇ ਜ਼ੇਵਰ ਨਾ ਲੱਥੇ ਬਲਾਉਣੇ ਬਾਈ ਬਲਾਉਣੇ ਬਿਸਮਿਲ੍ਲਾ ਕਰਾਂ ਪਿਓ ਦੇ ਜ਼ੇਵਰ ਨਾ ਲੱਥੇ
ਰੋਮਣ ਲਿਆ ਜ਼ਦਾ ਰੋ ਮੇਰੇ ਇਮਾਮ ਦੀ ਕੈਦ 34 ਜਾਂ 35 ਸਾਲ ਤੁਸੀਂ ਮਰੂ ਦੇਖੋ ਮਲਾਂਗੇ ਤੇਰੀ ਨੀਤੀ ਹੋਈ ਨਮਾਜ਼ ਹੈ ਮੈਂ ਬਿਲਕੁਲ ਵਹਿਣ ਦੇ ਕਰੀਬ ਆ ਗਈ ਹਾਂ ਰੋਮਣ ਲੋਕੋ ਕਹਿ ਅਗਰ ਤੇਰਾ ਜੇਲਰ ਦੋਸਤ ਹੋਵੇ ਉਹਨਾਂ 'ਤੇ ਮੇਰੇ ਤਰਫੋਂ ਸਵਾਲ ਕਰੇ ਤੂੰ ਅਗਰ ਸਾਡੇ ਜ਼ਾਕਿਰ ਪੁੱਛਦਾ ਪਿਆ ਜਿਹੜਾ ਮੌਤ ਸਜ਼ਾ ਦਾ ਕੈਦੀ ਹੋਵੇ ਉਹਦੀਆਂ ਕੜੀਆਂ ਲੈ ਪੈਂਦੀਆਂ ਨਾ ਅਲਮ ਆਬਾਦ ਦੀ ਕਸਮ ਹੈ ਇਤਨੇ ਵਜ਼ਨੀ ਜ਼ੰਜੀਰਾਂ ਜਿਹੜੇ ਮਰਨ ਦੇ ਬਾਅਦ ਕਹਿ ਨਹੀਂ ਲਾਏ ਦੋ ਸ਼ਹਿਰਾਂ ਬੜਾ ਲੁੱਟ ਹੈ ਸੈਦਾ ਨੋ ਸ਼ਹਿਰ ਬਗਦਾਦ ਵੀ ਆ ਸ਼ਹਿਰ ਕੋਫੇ ਤਾਰੀ ਗਵਾਏ ਸੈਦਾਂ ਦੀ ਹਨ ਜਗ ਤੋਂ ਅਜਬ ਨਸੀਬ ਕਰ ਗਈ ਆ ਖਾਤੋਂ ਦੇ ਪੁੱਤਰਾਂ ਨੋ ਬਗਦਾਦ ਦਾ ਸ਼ਹਿਰ ਗਰੀਬ ਥੋਇਆ ਲਿਓ ਇੱਕ ਮੈਯਤ ਉੱਠੀ ਜ਼ਿੰਦਾਨ ਵਿੱਚੋਂ ਜਿਹਦੇ ਕਫਾਂ ਦਾ ਹਾਲ ਅਜੀਬ ਹੈ ਦੱਸੋ ਪੁੱਲ ਦਰਿਆ ਨੇੜੇ ਹੈ ਜਾਂ ਕਬਰਸਤਾਨ ਕਰੀਬ ਹੈ ਵਾਹ ਬਈ ਵਾਹ ਚਾਚਾ ਜਿਹੜਾ ਜ਼ਿੰਦਾਨ ਮਿਲੇ ਨਾ ਅੱਜ ਤੂੰ ਜਿਹੜੇ ਕਾਫੀ ਅਰਸੇ ਯਾਦ ਜਾਂ 15 ਸਾਲ ਪਹਿਲੇ ਜ਼ਹਿਰ ਵਹਿੰਦੇ ਹਨ ਅਤੇ ਦੇਖਦੇ ਹਨ ਨਾ ਜ਼ਿੰਦਾਨ ਅਲਮੇ ਆਬਾਦ ਦੀ ਕਸਮ ਮਰ ਵਹਿੰਦੇ ਹਨ ਹੁਣ ਉਹਨਾਂ ਦੀਵਾਰ ਦੇ ਛੋੜੀਏ ਦੱਸਾਂ ਕਿਹੋ ਜਿਹੀਆਂ ਜ਼ਿੰਦਾਨ ਆਈ ਅੰਦਰੋਂ ਇਵੇਂ ਕੋਠੜੀ ਆਈ ਜਿਵੇਂ ਮੌਤ ਸਜ਼ਾ ਲਾਉਂਦੀ ਆਉਂਦੀ ਹੈ ਇੱਕ ਕੋਈ ਲੋਹੇ ਦਾ ਪਿੰਜਰਾ ਲੱਗਾ ਹੋਇਆ ਨਾ ਬਹਿ ਸਕਦਾ ਆਈ ਸੱਤਰ ਤਾਂ ਸੁਣੀ ਨਹੀਂ ਨਾ ਖੜ ਸਕਦਾ ਆਈ ਬਹਾਵਲਪੁਰ ਦੇ ਇਲਾਕੇ ਦੇ ਜ਼ਾਕਿਰ ਬਾਬਾ ਗੁਲਜ਼ਾਰ ਸ਼ਾਹ ਇੱਥੇ 17 ਪੜਦਾ ਏ ਦੁਨੀਆਂ ਦੇ ਕੋਲ ਉਲਮਾਵਾਂ ਤੋਂ ਗੁਲਜ਼ਾਰ ਜਵਾਬ ਇੱਕ ਮੰਗਦਾ ਦੱਸੋ ਕੋਈ ਕੈਦੀ 8 ਪਾਰ ਬਰਾਬਰ ਜ਼ਿੰਦਾਨ ਦੇ ਵਿੱਚ ਖੜ ਸਕਦਾ ਵਿੱਚ ਕੈਦ ਖਾਨੇ ਕੈਦੀਆਂ ਦਾ ਯਾਰੋ ਇੱਕ ਲਾਜ਼ ਹੀ ਔਖਾ ਲੰਘਦਾ ਥੋਇਆ ਲਿਓ 17 ਹੀ ਹੈ ਜਿਹਦੇ 14 ਸਾਲ ਨਮਾਜ਼ ਗੁਜ਼ਰੇ ਅਲਮਾਨ ਜਿਹਦੇ 14 ਸਾਲ ਨਮਾਜ਼ ਗੁਜ਼ਰੇ ਦੱਸੋ ਉਹ ਕੈਦੀ ਕੈ ਲੰਘਦਾ ਬੜੀਆਂ ਤਜਵੀਜ਼ਾਂ ਬਣਾਈਆਂ ਨੇ ਸ਼ੇਰ ਮੰਗਾਏ ਫਾਸ਼ਾ ਔਰਤਾਂ ਮੰਗਾਈਆਂ ਜਿਹੜੀ ਮੇਰੇ ਇਮਾਮ ਕੋ ਜ਼ਹਿਰ ਮਿਲੀ ਨਾ 23 ਦੀ ਦੀਗਰੇ ਲੈ ਅੱਲਾ ਨਦ ਕਰੇ ਨਾ ਜ਼ਾਲਮਾਂ ਤੇ ਜਦੋਂ ਰੋਮ ਦੇ ਡਾਕਟਰ ਨੇ ਜ਼ਹਿਰ ਦਿੱਤੀ ਹੈ ਬਾਬਾ ਬਦ ਸ਼ਾਹ ਜੀ ਅਤੇ ਪੁੱਛ ਸਨੇਮਣੀ ਕਹਿਣੋ ਹੈ ਸਿਪਾਹੀਆਂ ਦੇ ਨੇਮਣੀ ਤਾਂ ਇਨਸਾਨ ਹੋਏ ਅਤੇ ਇਹਦੇ ਜੋ ਜ਼ਾਲਮ ਨੇ ਜੁਰਮ ਕਿਹੜਾ ਹੈ ਮੈਂ ਲੋ ਰੋਬੇ ਕਾਬਾ ਦੀ ਕਸਮ ਹੈ ਸਿਪਾਹੀ ਰੋ ਕੇ ਆਦੇ ਜੁਰਮ ਹੀ ਹੋਏ ਬਤੋਲ ਦਾ ਪੁੱਤਰੇ ਵਾਹ ਬਈ ਵਾਹ ਅਲੀ ਦਾ ਲਾਲ ਰੋਣ ਲਗੋ 23 ਦੀ ਦੀਗਰ ਜ਼ਹਿਰ ਮਿਲੀਏ ਮੇਰੇ ਇਮਾਮ ਦਾ ਗੁਲਾਮ ਹੈ 70 ਛੁੜੇ ਦਾ ਪਿਆ ਮੈਂ ਆਪਣੇ ਟਾਈਮ 'ਚ 2 ਮਿੰਟ ਛੋੜਦੇ ਸਾਂ ਮੇਰੇ ਇਮਾਮ ਦਾ ਗੁਲਾਮ ਹੈ ਜਿਹੜਾ ਮੁਲਾਕਾਤ 'ਤੇ ਆਏ ਸਵਾਲ ਕੀਤਾ ਸੀ ਮੌਲਾ ਮੇਰੇ ਲੈ ਕੇ ਖੁਦਮਤ ਮੇਰਾ ਇਮਾਮ ਅਤੇ ਮੈਂ ਦੁਆ ਮੰਗਣਾ ਤੂੰ ਆਮੀਨ ਆਖ ਮੈਨੂੰ ਰੱਬੇ ਕਾਬਾ ਦੀ ਕਸਮ ਹੈ ਮੇਰੇ ਇਮਾਮ ਦੁਆ ਦੇ ਹੱਥ 'ਚ ਆਏ ਨਾ ਪਰ ਮੇਰੇ ਨਾ ਪਾਲਣੇ ਵਾਲਾ ਇਨਸ਼ਾਅੱਲਾ ਮੁਸਲਮਾਨਾਂ ਦਾ ਕੈਦੀ ਕੋਈ ਨਾ ਹੋਵੇ ਭਲਾ ਉਹਨੇ ਬਾਈ ਆਏ ਕਰਨ ਵਾਲੇ ਜ਼ਿੰਦਗੀ ਦਰਾਜ਼ ਉਹਨੇ 23 ਦੀ ਦੀਗਰ ਲੈ ਜਿਹੜੀ ਜ਼ਹਿਰ ਮਿਲੀ ਹੈ ਨਾ ਰੋਣ ਲੋਕੋ ਬੋਰੇ 'ਚ ਪਾ ਕੇ ਇਹ ਸੰਧੀ ਆਰਾਮੇ ਗਿਨਾ ਹੈ ਅਤੇ ਕੈਦੀ ਹਾਕਮ ਤੋਹਫਾ ਭੇਜਾਏ ਲਫ਼ਜ਼ ਤੋਹਫਾ ਹੈ ਥੋਇਆ ਲਿਓ ਤੜਪ ਗਈ ਹੈ ਪਰ ਮੈਨੇ ਆਪਣੇ ਜ਼ਹਿਰ ਹੀ ਦੇ ਕਿ ਮੇਰਾ ਵਜੂਦ ਹੀ ਦੇ ਮੇਰਾ ਵਤਨ ਦੂਰ ਹੈ ਮੇਰੀਆਂ ਧੀਆਂ ਦੂਰ ਹਨ ਮੈਂ ਦੂਰ ਦਾ ਮੁਸਾਫਿਰ ਹਾਂ ਕਿਤਨੇ ਖਾਵਾਂ ਸਾਰੇ ਖਾ ਸੈਯਦਾਂ ਦੇ ਸ਼ਰਮ ਨਹੀਂ ਆਉਂਦੀ ਇੱਥਾਂ ਕੋਈ ਮੇਰੇ ਰੋਣ ਵਾਲਾ ਹੈ ਚਾਚਾ ਪਿਓ ਵਾ ਨਾ ਬੱਠੇ ਦਾ ਮਜ਼ਦੂਰ ਧੀਆਂ ਵਾਸਤੇ ਬਾਦਸ਼ਾਹ ਹੁੰਦਾ ਹੈ ਬੋਲੋ ਯਾਰ ਜੇ ਭੁੱਲਾ ਜ਼ਬਾਨ ਦਿੱਤੀ ਹੈ ਧੀਆਂ ਵਾਸਤੇ ਪਿਓ ਬਾਦਸ਼ਾਹ ਹੁੰਦਾ ਹੈ ਅਤੇ ਜਿਹਦੀ ਮੈਂ ਗੁਰਬਤ ਖੜਾ ਪੜਦਾ ਇਹ ਸੈਯਦ ਦੀਆਂ 18 ਧੀਆਂ ਆਏ 19 ਪੁੱਤਰ ਆਏ ਨੇ ਇੱਕ ਦਾਣਾ ਚਾਇਆ ਜਿੱਥੋਂ ਜਿੱਥੋਂ ਗੁਜ਼ਰਦਾ ਗਏ ਜਿਗਰ ਤੇ ਅੱਗ ਬਲਦੀ ਆਈ ਹੈ ਮੈਨੂੰ ਉਲਮੇ ਆਬਾਦ ਦੀ ਕਸਮ ਹੈ ਔਖੀ ਗੁਜ਼ਰੀ ਹੈ 24 ਦੀ ਰਾਤ ਔਖਾ ਚੜ੍ਹੇ 24 ਦਾ ਦੀ ਪਹਿਲੇ ਰਹਿਣ ਦੇ ਹਾਏ ਕਰ ਛੋੜੇ ਰੋਣ ਵਾਲੇ ਰਦਾਰੋ 25 ਰਜਬ ਦੀ ਰਾਤ ਆ ਗਈ ਬੜੀ ਔਖੀ ਰਾਤ ਆਈ ਦਰੋਗਾ ਦੇ ਪਹਿਲਾ ਪਹਾਰ ਆਈ ਰਾਤ ਦਾ ਪਹਿਲਾ ਪਹਾਰ ਜਾਣਦੇ ਹੋ ਜਾਨੀ ਕਿ 9 ਜਾਂ 10 ਦਾ ਟਾਈਮ ਆਈ ਅਤੇ ਮੈਨੂੰ ਆਖਣ ਲੈ ਮੈਂ ਕੋਈ ਕੈਦੀ ਦੀ ਖਬਰ ਗਿਣਾ ਅਤੇ ਮੈਂ ਜ਼ਿੰਦਾਨ ਦੇ ਦਰਵਾਜ਼ੇ 'ਤੇ ਆਇਆ ਜਿਹਦੀ 70 ਹੋਵੇ ਤਾਂ ਮੈਂ ਨਾ ਚੈਨਰਾ ਨਾ ਅੱਲਾ ਜ਼ਿੰਦਗੀ ਦਰਾਜ਼ ਕਰੇ ਮੌਲੀ ਮਨਜ਼ੂਰ ਹੁਸੈਨ ਜਵਾਦੀ ਦੀ ਜ਼ਿਲ੍ਹਾ ਮੀਆਂ ਵਾਲੇ ਉਹਨਾਂ ਮੇਰੇ ਕੋਲ ਪਹਿਲੇ ਬਾਬਾ ਨਦੀਮ ਸ਼ਾਹ 17 ਪੜੀਆਂ ਹਨ ਮਜਲਿਸ ਮੁੰਬਈ ਆਈ ਉਹਨਾਂ ਫਰਮਾਇਆ ਜਿਹੜਾ 5 ਦੀ ਰਾਤ ਜ਼ਿੰਦਾਨ ਦਾ ਦਰੋਗਾ ਜ਼ਿੰਦਾਨ ਦੇ ਦਰਵਾਜ਼ੇ 'ਤੇ ਆਏ ਇੱਕ ਕਦਮ ਅੰਦਰ ਰੱਖ ਕੇ 11 ਕਦਮ ਪਿੱਛਾ ਚਾਇਸ ਸੈਯਦ ਅਲ ਮੈਂ ਤਾਂ ਕਿਉਂ ਨਹੀਂ ਆਉਂਦਾ ਅਦੇ ਤੇਰੀ ਕੈਦ ਦੀ ਕਸਮ ਹੈ ਗਰਮੀ ਇਤਨੀ ਹੈ ਮੇਰਾ ਹਾਂ ਮੈਂ ਲੜਦਾ ਰਜ਼ਾ ਦਾ ਬਾਬਾ ਅਦੇ ਮੈਨੂੰ ਰੇਖ ਮੈਨੂੰ ਤਾਂ 14 ਸਾਲ ਗੁਜ਼ਰ ਗਏ ਬਿਸਮਿਲਲਾ ਕਰਾਂ ਮੈਨੂੰ ਰੇਖ ਗਰਮ ਪਾਣੀ ਦਿੰਦੇ ਆਵੇ ਵਕਤ ਖਾਣਾ ਨਾ ਵੇ ਦੇ ਲੈ ਅੱਜ ਮੇਰੇ 'ਤੇ ਮਿੰਨਤ ਲਾ ਮੇਰੇ ਜ਼ਿੰਦਾਨ ਦਾ ਦਰਵਾਜ਼ਾ ਖੋਲ ਕੈਦੀ ਕਿਨ ਮੈਂ ਲੈ ਸੈਯਦ ਅਦੇ ਪਹਿਲੇ ਤਾਂ ਮੈਂ ਅਸਮਾਨ ਦਾ ਰੰਗ ਦੇ ਦਾਂ ਦੂਜਾ ਮੈਂ ਘਰ ਵੈਂਦਾ ਬਾਬਾ ਸਾਹਿਬ ਰਾਦਾ ਹੀ ਘਰ ਦਾ ਨਾਮ ਹੈ ਦੁਸ਼ਮਣ ਆਈ ਤਾਨਾ ਮਾਰ ਕੇ ਦੇ ਤੇਦਾ ਹੀ ਕੋਈ ਘਰ ਹੈ ਨਹੀਂ ਤੂੰ ਪਹੁੰਚਾ ਨਹੀਂ ਜਿੱਥੇ ਮੈਂ ਚਾਹੁੰਦਾ ਉਵੇਂ ਤੈਂ ਹੈ ਨਹੀਂ ਕਿਤੇ ਤੇਦਾ ਹੀ ਕੋਈ ਘਰ ਹੈ
سیدہ تے میرا او بھاری جتھا نبوت رک ویندی ہے امامت رک ویندی ہے قیدی پتر کوئی نہ نہیں ہن ہی آئیں منے نہ تری اندھیاں پردہ دار حسین جیڈا وڈا قیدی ہوئے چھ مہینہ دے بعد ہوندا کوئی نہ کوئی ملاقاتی آندے 14 سال لائیں تیرا کوئی نہیں آیا تڑے بکیا دے نہ روا یاراں وطن تو ڈر رہے نہ میڈو آئے نہ ماں دو ول گئے بھلو نے بھائی ادے قیدی حاکم دا حکم نہیں میں تیرے زیور نہیں لہا سکدا حافظ تھوڑا مہک دواز دے بھائی میں ایک بیڑ کر دیواں جدا آخس نہ میں تیرے زیور نہیں لہا سکدا میں امام علی اکھ جگ پا کے دے تیں کیا سمجھائے میں کوئی تواڈا قیدی ہاں میں کوئی تواڈا قیدی ہاں میں امام دے میں اوندی رضا دا قیدی ہاں جنہاں دی دھیاں جڑا 4 یا 5 سال دی بہن رکھدا ہے اس بندے نال بات ہے رضا دے بابے میں زنجیراں دا ڈٹھا ہے وقت زندان دا ڈٹھا نے وقت اسمان دا ڈٹھا نے وطے دروگ دورٹھنے پہلا ویڑ کے دنے لہ ونجو میں دھیاں کو ملن پیا وینا سیدہ دے وعدہ پیا کرے نا جدا مل گن سا وط میں شر دے دی لے سا دیرے آلے ہوئے میں مجلے دا خود بانی آو بندہ بولے جد گرد ہین مجود یدی مجود جے ماد کول دو بیٹیاں جوانوں میں نہیں سمدیاں او ماما تو آدے تر سوالے جد گل 18 بیوار سائن سام گئی ہو سی خدا گوائے رات ڈھل دی پی آئی غریب بغداد پہلا قدم گھر دے اندر آئے مسلے دے رضا دی ماں تڑپ گئی ہے بی بی آدی اندر آونا لا میریاں دھیاں ستیاں ہوئے کیا بات ہے ہائے کر چھوڑ بھائی مریاں دھیاں سدیاں ہی آئیں تینوں پتا نہیں ہے 14 سالاں دے قیدی دا گھارے رضا دے بابے دا گھارے پہلا ویڑ کر کے آدھے رضا دی اماں اچھا نہ بول میں 14 سالاں دا قیدیاں میں رضا دا بابا بی بی آدھے والا یو قیدوں چھٹ گئیاں سیادہ دے قیدوں نے چھٹیاں مریاں دھیاں کن گئی ہیں بی بی آدھے تدی غربادی کا سمیں جدا مغرب دی اذان آوین دیئے آدھے جو باندیئے جدی کبر قوم بڑھ گئی آسے پاسے بھائیاں بھیڑا باندیئے ویڑ کر کے آدھے نو ہون دولیاں دیاں را واہ بھائی واہ ہائے کار چھوڑ بھائی ہائے کار چھوڑ مدیان گھننائے تدی دا اپنا مکدارے سیادہ دے میں نو دیاں ملا 14 سالہ دے بعد آئے ستیوں یا دھیاں دے سر ودا چمدا آئی بی بی آدھی آیا جو ہیں تے والو جنائی میں جگے دیا سیادہ دے نہ جگا یدا زخم دے گسینے مار واہ بھائی واہ آئے کر چھوڑ یدا زخم دے گسینے مار ویسین قرآن دی قسمیں دھیاں دے سر چمدا آئے جدا کو مالی بی بی دا سر چمائے ہوئے لے بی بی دی آنکھ کھلیے پیو دے ارد گرد حالا پاتا لے پہلا وین کر کے آدھیان کڑ جور میچ تسا کیا بات ہے او قیدو بابا تو آدھی کیوں بھی سنگی نہ سزا آئے ارسا سنیا ہے تانگ کو ٹھڑیے لیوی مل دی بہار دی جائے دریوں وے بابا تنویر شاہ جی جیدی غریب بھیڑوں وے بھرامہ دیمان رضا دیاں بھیڑا دینا بابا 14 سالے کتنی آئی دا گزری آئین سیادہ دے 14 آئی دا پیو دے گل بھائی پاکے آدین ساریاں گزری 18 اللہ مال اوہ عیدہ گئیا وچ ویڑے اپڑی اوہ مادے ہار عید دیا کیا بات ہے ایک منزل ودھا میری توقع تو زیادہ رونا ہے دروگا دے رات ڈھل دی پی آئی میں زندان دے دروازے تے آیا آدھے قیدی زیور پیندہ بیٹھا آئی آدھے رات مکیے
ਹੀ ਆਇਆ ਜਿੱਥਾਂ ਖੜ ਨਹੀਂ ਸਕਦਾ ਜਾਣ ਪੀ ਆਇਆ ਮੈਂ ਜਦੋਂ ਡਿੱਠੇ ਸੀ ਆਦੇ ਆਪਣੇ ਆਕੇ ਨੂੰ ਖੁਮੈਦਾ ਪੈਗਾਮ ਦੇ ਉਹਨੂੰ ਆ ਕੇ ਦੀ ਪਿਆ ਦਈ ਮੈਂ ਦੇ ਕਤਲ ਦੀਦ ਨਸੀਬ ਨਾਥੀ ਵੀ ਜ਼ਾਰਦਾ ਲਤਲਾ ਮਗਦਾ ਆਦੇ ਮਗਦਾ ਕਿਹੜੀ ਸਾਏ ਆ ਸਿਆਦਾ ਦੇ ਉਹਨੂੰ ਆਗ ਕਰ ਮੋਕ ਲੈ ਮੋ ਇਲਾ ਸਿਖਾ ਦੇ ਮੈਂ ਰਾਜ ਕੇ ਤੜੇ ਬਾਬ ਲੋਕਰਾ ਖੁਦਾ ਗਵਾਏ ਜਦੋਂ ਗਰੀਬ ਬੰਦਾ ਮਰ ਵੰਜੇ ਇਲਾਨ ਥੀ ਮੈਂ ਦੇ ਫਲਾਂ ਮਰ ਗਏ ਫਲਾਂ ਦਾ ਪੁੱਤਰ ਆਈ ਬਗਦਾਦ ਦਾ ਸ਼ਹਿਰ ਆਈ ਪੰਜੀ ਦੇ ਜੀ ਕਿਲਾਨ ਹੋਏ ਕੀ ਹੋਏ ਇਲਾਨ ਪੰਜ ਵੀਰ ਜਾ ਬਖੂ ਵਾਕ ਤੂੰ ਸੁਬੋ ਦੇ ਹਾਰੂਨ ਇਲਾ ਲੈ ਕਰ ਆਇਆ ਜ਼ਾਲਿਮ ਦੇ ਕੋਈ ਕੈਦੀ ਮਰ ਗਏ ਬਾਰੇ ਦੀਗਰ ਸਲਵਾਤ ਅੱਲਾਹੁਮਾ ਸੱਲੇ ਅਲਾ ਮੁਹੰਮਦ ਵਾਲ ਮੁਹੰਮਦ ਹੁਣ ਜ਼ਾਕਿਰ ਅਲ ਬੈਤ ਨਦੀਮ ਅਬਾਸ ਬੁਖਾਰੀ ਆਹ ਸ਼ਾਹ ਸਾਹਿਬਾਣੀ ਆਹ ਬਖਰ ਉਸ ਤੋਂ ਬਾਅਦ ਬਿਲਾਲ ਹੈਦਰ ਮੂਸਵੀ ਉਹਨਾਂ ਕੋਲ ਅਪੀਲ ਹੈ ਜੋ ਅਮੀ ਵਰਤ ਤਸ਼ਰੀਫ ਗਿਨਾ ਮੈਨ ਉਸ ਬੇਸ਼ੁਮਾਰ ਸੂਰਤੁਲ ਫਾਤਿਹਾ ਔਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਲਹਮਦੁਲਿਲਾਹਿ ਰੱਬਿਲ ਆਲਮੀਨਿਰ ਰਹਿਮਾਨਿਰ ਰਹੀਮ ਮਾਲਿਕਿ ਯੌਮਿਦ੍ਦੀਨ ਇਯਾਕਾ ਨਅਬੁਦੁ ਵਇਯਾਕਾ ਨਸਤਾਈਨ ਇਹਦਿਨ ਸਿਰਾਤੁਲ ਮੁਸਤਕੀਮ صِرَاطَ الَّذِينَ أَنْعَمْتَ عَلَيْهِمْ غَيْرِ الْمَغْضُوبِ عَلَيْهِمْ وَلَا الضَّالِّينَ بِسْمِ اللَّهِ الرَّحْمَنِ الرَّحِيمِ قُلْ هُوَ اللَّهُ أَحَدٌ اللَّهُ الصَّمَدُ لَمْ يَلِدْ وَلَمْ يُولَدْ وَلَمْ يَكُنْ لَهُ كُفُوًا أَحَدٌ پاک پروردگار جڑا میں کلام دی تلاوت کیتی اس مجلس عزا لنگر اے مومنین دا اکٹھ پاک پروردگار ایندا ہدیہ پیش کرنے 12 امام 14 معصومین علیہ السلام دی بارگاہ دے وچ ਤੂੰ ਜਿਤਨਾ ਸਵਾਬ ਨਸੀਬ ਹੋਵੇ ਮਰਹੂਮ ਸਾਡੇ ਬਜ਼ੁਰਗ ਸੈਦ ਬਸ਼ੀਰ ਹੁਸੈਨ ਸ਼ਾਹ ਮਰਹੂਮ ਮੇਰੇ ਵਾਲਿਦ ਮੋਹਤਰਮ ਕਾਰੀ ਨਦੀਮ ਬੁਖਾਰੀ ਸਾਹਿਬ ਔਰ ਈ ਖਾਨਦਾਨ ਦੇ ਜਿਤਨੇ ਬਾਕੀ ਮਰਹੂਮੀ ਨੇ ਮਰਹੂਮਾਤਿਨ ਉਹਨਾਂ ਦੇ ਰੂਹ ਕੋ ਇਸਾਲ ਫਰਮਾ ਉਹਨਾਂ ਦੇ ਦਰਜਾਤ ਬੁਲੰਦ ਫਰਮਾ ਆਲਾ ਇਲਯੀਨ ਜਗਾਤਾ ਫਰਮਾ ਸਾਈਆਂ ਦੀ ਕਚਹਿਰੀ ਨਸੀਬ ਫਰਮਾ ਉਹਨਾਂ ਦੇ ਬੇਟਾਂ ਕੋ ਖਾਨਦਾਨ ਕੋ ਹਮੇਸ਼ਾ ਖੁਸ਼ੀਆਂ ਨਸੀਬ ਫਰਮਾ ਇਵੇਂ ਇਤਫਾਕ ਇਤਿਹਾਦ ਨਾਲ ਹਮੇਸ਼ਾ ਰਹਿਣ ਦੀ ਤੌਫੀਕ ਅਤਾ ਫਰਮਾ ਗੈਬ ਤੋਂ ਢੇਰ ਸਾਰਾ ਰਿਜ਼ਕ ਅਤਾ ਫਰਮਾ ਤਾਂ ਕਿ ਇਹ ਰੌਣਕਾਂ ਇਹ ਮਹਿਫਲਾਂ ਇਹ ਮਜਾਲਿਸ ਇਹ ਜ਼ਿਕਰ ਇਹਦੇ ਤੋਂ ਵੀ ਸੋਹਣੇ ਰਾਂਗੇ 'ਚ ਹਮੇਸ਼ਾ ਜਾਰੀ ਹੋ ਸਾਰੀ ਰਾਮਿਨ ਬਿਲਕੁਲ ਚਾਚੇ ਮੁਨੀਰ ਦੇ ਵਾਲਦੈਨ ਦੇ ਦਰਜਾਤ ਬੁਲੰਦ ਹੋਵੇ ਇਹ ਅਹਬਾਬ ਹੱਥ ਦੁਆ ਦੇ ਚਾਹੀ ਬੈਠਣ ਮੈਂ ਦਿਲਾਂ ਦੇ ਰਾਜ਼ ਨਾ ਜਾਣਦਾ ਮਾਲਿਕ ਦਿਲਾਂ ਦੇ ਰਾਜ਼ ਬਿਹਤਰ ਜਾਣਦਾ ਹੈ ਮਾਲਿਕ ਇਹ ਜਿਹੜੀਆਂ ਆਪਣੇ ਦਿਲ ਦੇ ਵਿੱਚ ਨੇਕ ਅਤੇ ਜਾਇਜ਼ ਖਾਹਿਸ਼ਾਂ ਕੀਤੀ ਬੈਠਣ ਆਪਣੀ ਬਾਰਗਾਹ ਦੇ ਵਿੱਚ ਮਨਜ਼ੂਰ ਹੋ ਮਕਬੂਲ ਫਰਮਾ ਸਿਵਾਏ ਗਮੇ ਮਜ਼ਲੂਮੇ ਕਰਬਲਾ ਅਤੇ ਹਰ ਗਮ ਦੁੱਖ ਤਕਲੀਫ ਤੋਂ ਮਹਫੂਜ਼ ਹੋ ਮਾਮੂਨ ਫਰਮਾ ਬਿਮਾਰ ਕਰਬਲਾ ਦੀ ਇੱਜ਼ਤ ਅਤੇ ਅਜ਼ਮਤ ਦਾ ਵਾਸਤਾ ਹੀ ਇੱਕ ਬੱਚੀ ਬਿਮਾਰ ਹੈ ਉਹਦੇ ਇਲਾਵਾ ਜਿਤਨੇ ਬਿਮਾਰ ਹਨ ਬਿਮਾਰ ਕਰਬਲਾ ਦੀ ਇੱਜ਼ਤ ਅਤੇ ਅਜ਼ਮਤ ਦਾ ਵਾਸਤਾ ਉਹਨਾਂ ਕੋਲ ਸਿਹਤ ਕਾਮਲਾ ਹਾਜ਼ਲਾ ਅਤਾ ਫਰਮਾ ਜਿਹੜੇ ਔਲਾਦ ਨਰੀਨਾ ਵਾਸਤੇ ਸਿੱਖ ਦਿਨ ਬਾਬੁਲ ਹਵਾਜ ਸ਼ਹਿਜ਼ਾਦਾ ਅਹਿਲੀ ਅਸਗਰ ਅਲੈਹਿ ਸਲਾਮ ਦੀ ਇੱਜ਼ਤ ਤੋਂ ਅਜ਼ਮਤ ਦਾ ਵਾਸਤਾ ਉਹਨਾਂ ਕੋਲ ਔਲਾਦ ਨਰੀਨਾ ਅਤਾ ਫਰਮਾ ਜਿਹੜੇ ਬੇਜੁਰਮ ਕੈਦਾਂ ਦੇ ਵਿੱਚ ਨਹੀਂ ਮਾਮੂ ਸਾ ਕਾਜ਼ਮ ਅਲੈਹਿ ਸਲਾਮ ਦੀ ਕੈਦ ਦਾ ਵਾਸਤਾ ਉਹਨਾਂ ਕੋਲ ਰਿਹਾਈਆਂ ਨਸੀਬ ਫਰਮਾ ਪਾਕ ਪਰਵਰਦਿਗਾ ਜਿਹੜੇ ਬੇਰੁਜ਼ਗਾਰ ਹਨ ਉਹਨਾਂ ਦੇ ਰੁਜ਼ਗਾਰ ਦਾ ਇਹਤਮਾਮ ਫਰਮਾ 12ਵੀਂ ਹੁਜਤ ਦਾ ਜਲ ਜ਼ਹੂਰ ਫਰਮਾ ਆਉਣ ਅਤੇ ਜ਼ਮੀਰ ਬੇਰੁਜ਼ਗਾਰ ਹਨ ਖਾਲਿਕ ਕਾਇਨਾਤ 12-14 ਦੀ ਇੱਜ਼ਤ ਅਜ਼ਮਤ ਦਾ ਵਾਸਤਾ ਉਹਨਾਂ ਦੇ ਰੁਜ਼ਗਾਰ ਦਾ ਇਹਤਮਾਮ ਫਰਮਾ ਬਾਕੀ ਜਿਤਨੇ ਵੀ ਜਵਾਨ ਬੇਰੁਜ਼ਗਾਰ ਹਨ ਉਹਨਾਂ ਦੇ ਰੁਜ਼ਗਾਰ ਦਾ ਇਹ ਤਮਾਮ ਫਰਮਾ ਰੱਬਨਾ ਤਕੱਬਲ ਦੁਆ ਇਨਾ ਕਾ ਅੰਤਾ ਸਮੀਉਲ ਅਲੀਮ ਬੇਹੱਕ ਮੁਹੰਮਦ ਵਹਾਉਲੇ ਤਯਬੀਨ ਤਾਹਿਰੀਨ ਅਲ ਮਾਸੂਮੀਨ ਬੁਲੰਦ ਸਲਵਾਤ
یا علی ولی اللہ صلی اللہ محمد. اجازت ہے بابا ڈیوٹی شروع کر دو اپنے وقت دے اندر اندر. بابا سے بلند صلوات اللہم صلی اللہ علیہ وسلم. اعوذ باللہ من الشیطان الرجیم. بسم اللہ الرحمن الرحیم. بلند صلوات الحمدللہ رب العالمین. صلوات محمد و آل محمد. ثم الصلاة والسلام على اشرف الانبیاء والمرسلین. صلوات محمد و آل و ثم الصلاة والسلام على علی بن ابی طالب امیر المؤمنین. صلوات و الصلاة والسلام على سیدۃ النساء العالمین. سین دی ذات تے اکھاں بند کر کے صلوات و الصلاة والسلام على حسن المعصوم المسموم وعلى حسين المظلوم مقتول المذبوح من القفا کراں. بابا میں عربی دے وچ آکھیا میرا سلام ہوئیوں امام تے کربلا دی تتی ریت جیندا کفن بنیے اپنے جسم دا خون جیندا غسل بنیا ہر عید. نوکراں بابا الذی جسم میرا سلام ہوئے امام دے جیندے اپنے جسم دا خون غسل بنے آئے کربلا دی تتی ریت جیندا کفن بنیے ایڈا غریب حسین جے کو تلوار ملیے ہوں تلوار ماریے جے کو نیزہ ملائے ہوں نیزہ مارائے جے کو پتھر ملائے ہوں پتھر مارے آئے جے کو نہ پتھر ملی آئے نہ تیر ملی آئے نہ تلواری میں کربلا دی تتی ریت چاہ کے مظلوم دے زخماتے سٹے دے آئے. ماں حسین بادشاہ نوکراں بابا ماں حسین بادشاہ دی تھوڑے تراضی ہوئے. نوکراں بابا جائے محمد دتوں تے بابا میں کلمہ پڑھ دے آئے اون دی شریعت دا حکم ہے جدن کوئی بندہ دنیا تو ٹر ونجے جلدی دے نال کو غسل دیو غسل دیون دے بعد کو کفن دیو کفن دے بعد کو دفن کرو. ڈیرے دے غیرت مند آؤ میں تواڈے کول پوچھ سکدا جائے محمد توں تے میں کلمہ پڑھ دے آئے حسین محمد دا پترا حسین.
ਹੈਦਰੀ ਜੋ ਤੁਹਾਕੂੰ ਆਪਣੇ ਹਾਦੀਆਂ ਦਾ ਨਾਂ ਦੁਨੀਆਂ ਦੀ ਕਹਿ ਮਹਿਫਿਲ ਚਾਵਣਾ ਪੈ ਵੰਜੇ ਤੁਹਾਡਾ ਸਰ ਸ਼ਰਮਿੰਦਗੀ ਕੁਲ ਨਾ ਜੁਗ ਸੀ ਬਲਕਿ ਫਖਰ ਤੂੰ ਬੋਲਾਂ ਥੀ ਵੈਸੀ ਜੋ ਤੁਹਾਡਾ ਇਮਾਮ ਅਲੀ ਏ ਸਾਰੇ ਦੇ ਸਾਰੇ ਸੈਯਦ ਤੇ ਸਾਰੇ ਦੇ ਸਾਰੇ ਸਰਦਾਰ ਇਵੇਂ ਹੈ ਨਾ ਬਾਬਾ ਤਵਤ ਜਿਹੜਾ ਹੋਵੇ ਸਾਰੇ ਸੈਯਦ ਤੇ ਸਾਰੇ ਸਰਦਾਰ ਹੋਵੇ ਨਾ ਬੰਦਾ ਵੱਜ ਗੱਜ ਕੇ ਨਾਂ ਕਿਉਂ ਨਾ ਚਾਵੇ ਮੈਂ ਬੁਖਾਰੀ ਸਾਹਿਬ ਆਪਣੇ ਵਾਲੇ ਦੇ ਮੋਹਤਰਮ ਦੀ ਇੱਕ ਰੁਬਾਈ ਨਾਲ ਲੂ ਲਫ਼ਜ਼ ਆਦਾਂ ਨੂੰ 17 ਆਦ ਉਹਨਾਂ ਦੀ ਕਲਮ ਨਾਲ ਲਿਖੇ ਹੋਏ ਅਗਰ ਤੁਸੀਂ ਵਸੂਲ ਕਰ ਗਏ ਤਾਂ ਅੱਗਾਂ ਨੂੰ 4 ਮਿੰਟ ਪੜ੍ਹਸਾਂ ਵਗਰ ਨਾ ਮਸਾਹਿਬ ਦੇ ਲਾਓ ਨਦੀਮ ਮੁਝੇ ਜਹੰਨਮ ਕਾ ਖੌਫ ਕਿਉਂ ਕਰ ਹੋ ਕਾਰੀ ਸਾਹਿਬ ਲਿਖਦੇ ਪਏ ਹਨ ਕੋਈ ਨਵੇਂ ਬੰਦੇ ਨਹੀਂ ਤੁਹਾਰੇ ਵੀ ਜ਼ਿੰਦਗੀ ਗੁਜ਼ਾਰ ਕੇ ਗਏ ਆਪਣੇ ਕਲਮ ਨਾਲ ਲਿਖਦੇ ਪੈਣ ਕਿ ਮੈਕੂ ਜਹੰਨਮ ਦਾ ਡਰ ਜੀ ਨਿਆਜ਼ਾਂ ਆਉਣ ਲੱਗ ਗਿਆ ਮਿੰਬਰ ਦੇ ਉੱਤੇ ਹੁਣ ਜ਼ਿਆਦਾ ਪੜ੍ਹਨਾ ਮਜਬੂਰੀ ਬਣ ਗਈ ਹੈ ਤਵੱਜੋ ਰੱਖਣਾ ਮੈਂ ਆਖਿਆ ਨਾ ਅਲੀ ਵੱਜ ਗੱਜ ਕੇ ਕੀਤਾ ਕਰੋ ਕਿਉਂ ਬਾਬਾ ਅਲੀ ਜੈਸਾ ਕੋਈ ਹੈ ਤਾਂ ਤੂੰ ਗਿਨਾ ਊਂ ਦੇ ਦਰਵਾਜ਼ੇ ਤੇ ਮੰਜ ਕੇ ਝੁਕਦੇ ਹੈ ਤਵੱਜੋ ਰੱਖਣਾ ਮੇਰੀ ਮਜਲਿਸੀ ਜ਼ਰੂਰ ਮਾਸਟਰ ਬੈਠੇ ਹੋ ਸਨ ਅਲਹਮਦੁਲਿਲਾ ਸ਼ਹਿਰ ਦਾ ਬੰਜ ਮੈਂ ਪੜ੍ਹੇ ਲਿਖੇ ਲੋਕ ਹਨ ਹਿੰਨ ਤੁਸਾਂ ਡਿੱਠਾ ਹੋ ਸੀ ਹਸਪਤਾਲਾਂ ਦੇ ਉੱਤੇ ਲਿਖਾ ਹੋਇਆ ਆਉਂਦਾ ਇਹ ਅਰਬੀ ਦੇ ਵਿੱਚ ਉਹਦਾ ਤਲੋ ਤਰਜਮਾ ਲਿਖਾ ਹੋਇਆ ਆਉਂਦਾ ਹੈ ਜੈ ਬੰਦੇ ਇੱਕ ਬੰਦੇ ਦੀ ਜਾਨ ਬਚਾਈ ਸਮਝੋ ਊਂ ਪੂਰੀ ਇਨਸਾਨੀਅਤ ਬਚਾਈ ਇਵੇਂ ਹੈ ਚਾਚਾ ਮੁਨੀਰ ਨਜ਼ੀਰ ਸ਼ਾਹ ਜੀ ਇਵੇਂ ਹੈ ਲਿਖਾ ਹੋਇਆ ਹੁੰਦਾ ਨਾ ਮੈਂ ਆਪੋ ਆਦ ਕਹਣਾ ਕੁਰਾਨ ਹੈ ਹਦੀਸ ਇਵੇਂ ਹੈ ਨਾ ਜੈ ਬੰਦੇ ਇੱਕ ਬੰਦੇ ਦੀ ਜਾਨ ਬਚਾਈ ਸਮਝੋ ਊਂ ਪੂਰੀ ਇਨਸਾਨੀਅਤ ਬਚਾਈ ਅਤੇ ਜੈ ਇੱਕ ਬੰਦੇ ਕੋ ਬੇਗੁਨਾਹ ਮਾਰਾ ਇਵੇਂ ਸਮਝੋ ਊਂ ਪੂਰੀ ਇਨਸਾਨੀਅਤ ਕੋ ਮਾਰਾ ਇਵੇਂ ਹੈ ਗੱਲ ਸਮਝ ਆ ਕੇ ਅਗਲੀ ਗੱਲ ਕਰਾਂ ਸ਼ਬੇ ਹਿਜਰਤ ਜਦਣ ਅੱਲਾਹ ਦਾ ਪੈਗਾਮ ਮੁਹੰਮਦ ਦੁਆਏ ਮੁਹੰਮਦ ਅੱਜ ਆਪਣੇ ਬਿਸਤਰ ਤੇ ਨਾ ਸਮੇ ਅੱਜ ਆਪਣੇ ਬਿਸਤਰ ਤੇ ਕੋਈ ਆਪਣੇ ਜੀਆਂ ਸਮਾ ਅਗਰ ਤੂੰ ਬਿਸਤਰ ਤੇ ਸਮਦਾ ਏ ਨਊਜ਼ੋ ਬਿੱਲਾ ਕਤਲ ਹੋਵੇ ਸੇ ਤਵੱਜੋ ਰੱਖਣਾ ਹੁਣ ਮੈਂ ਤੁਹਾਡੇ ਕੋਲ ਪੁੱਛਦਾ ਸ਼ਬੇ ਹਿਜਰਤ ਮੁਹੰਮਦ ਆਪਣੇ ਬਿਸਤਰ ਤੇ ਕਹਿਕੂ ਸਮਾਏ ਹੈਦਰੀ ਤੁਸਾਂ ਜੀਂਦੇ ਰਹੋ ਤੁਸਾਂ ਜੀਂਦੇ ਰਹੋ ਅਲੀ ਸ਼ਾਨ ਸ਼ਾਹ ਕੋ ਸਮਾਇਆ ਨੇ ਕੋਈ ਸ਼ੱਕ ਹੈ ਮੈਂ ਹਾਂ ਤਾਂ ਸ਼ਾਹ ਸਾਹਿਬਾਨ ਦਾ ਮਹਿਮਾਨ ਡੇਰੇ ਦੇ ਵਿੱਚ ਦੂਰ ਦਾ ਨਹੀਂ ਹਾਂ ਮੈਂ ਜ਼ਰੂਰ ਬੱਖਰ ਦਾ ਇਹਦਾ ਪੰਧ ਨਹੀਂ ਲੇਕਿਨ ਮਹਿਮਾਨ ਹਾਂ ਇੱਥਾਂ ਕੋਈ ਬੰਦਾ ਮੈਂ ਕੋਈ ਧਮਕੀ ਦੇਂਦਾ ਹੈ ਕੋਈ ਬੰਦਾ ਮੈਂ ਨਾਲ ਜ਼ਿਆਦਤੀ ਕਰਦਾ ਮੈਂ ਸ਼ਾਹ ਸਾਹਿਬ ਦੀ ਪਨਾਹ ਗਿੰਦਾ ਹਾਂ ਇਹ ਆਦਨ ਸ਼ਾਹ ਸਾਹਿਬ ਤੂੰ ਘਬਰਾ ਨਹੀਂ ਤੂੰ ਸਾਡਾ ਮਹਿਮਾਨ ਹੈ ਅਸਾਂ ਤੇ ਕੋਤਲੀ ਮੰਜ਼ਿਲ ਤੇ ਸਮੇਂ ਸੂ 4-5 ਬੰਦੇ ਪਾਰਾ ਵੀ ਦੇ ਸਨ ਰੱਬੇ ਅਕਬਰ ਦੀ ਕਸਮ ਹੈ ਮਿੰਬਰ ਤੇ ਖੜੋਤਾ ਮੈਂ ਕੋਈ ਵਾਤੀ ਖੌਫ ਕੋਲ ਨੀਂਦਰ ਨਾ ਸੀ ਜਾਨ ਦਾ ਖੌਫ ਹੈ ਤਵੱਜੋ ਰੱਖਣਾ ਜੇਲੇ ਮੁਹੰਮਦ ਅਲੀ ਕੋ ਆਖਾ ਹੈ ਨਾ ਆਏ ਅਲੀ ਅੱਜ ਮੇਰੇ ਬਿਸਤਰ ਤੇ ਤੈਂ ਸਮਣਾ ਹੈ ਅੱਜ ਮੇਰਾ ਬਿਸਤਰ ਮੌਤ ਦਾ ਬਿਸਤਰ ਹੈ ਫੁੱਲਾਂ ਦਾ ਬਿਸਤਰ ਨਹੀਂ ਚਾਹੀਦਾ ਇਹ ਦਹਾਈ ਜੋ ਅਲੀ ਪੁੱਛੇ ਨਾ ਮੁਹੰਮਦ ਕੋਲੋਂ ਆਏ ਪਾਕ ਨਬੀ ਕਿਆ ਤੁਹਾਡੇ ਬਿਸਤਰ ਤੇ ਸਮਣ ਨਾਲ ਮੈਂ ਅਲੀ ਬਚ ਵੈਸਾਂ ਨਹੀਂ ਨਹੀਂ ਅਲੀ ਮੁਹੰਮਦ ਦੇ ਜ਼ਬਾਨੀ ਸੁਣ ਕੇ ਫਰਮਾਏ ਯਾ ਅਲੀ ਕਿਆ ਤੁਹਾਡੇ ਬਿਸਤਰ ਤੇ ਸਮਣ ਨਾਲ ਮੈਂ ਅਲੀ ਦੇ ਸਮਣ ਨਾਲ ਤੁਸਾਂ ਮੁਹੰਮਦ ਬਚ ਵੈਸੋ ਤਵੱਜੋ ਰੱਖਣਾ ਤਵੱਜੋ ਰੱਖ ਗੱਲ ਅੱਗ ਲਈ ਜਾਂਦੇ ਵਾਸਤੇ ਮੈਂ ਮਿਹਨਤ ਕਰਾਂ ਮਿੰਬਰ ਛੁੜੈਂਦਾ ਪਿਆ ਹਾਂ ਅਲੀ ਮੌਲਾ ਸਮ ਗਏ ਮੁਹੰਮਦ ਮੁਸਤਫਾ ਹਿਜਰਤ ਕਰ ਗਏ ਪਾਕ ਨਬੀ ਸੋਹਣਾ ਨਬੀ ਵਜੇ ਤਖਲੀਕ ਕਾਇਨਾਤ ਮਹਬੂਬ ਇਲਾਹੀ ਬਮਾਰ ਸਲਨਾ ਕਿਲਾ ਰਹਿਮਤ ਲਿਲ ਆਲਮੀਨ ਬਚ ਗਏ ਇਵੇਂ ਗੱਲ ਹੈ ਹੁਣ ਮੈਂ ਜਿਹੜੀ ਸ਼ੁਰੂ 'ਚ ਗੱਲ ਕੀਤੀ ਹੈ ਕਿ ਇੱਕ ਇਨਸਾਨ ਬਚਾਵਣਾ ਪੂਰੀ ਇਨਸਾਨੀਅਤ ਬਚਾਵਣ ਦੇ ਬਰਾਬਰ ਹੈ ਇੱਥਾਂ ਇਨਸਾਨ ਨਹੀਂ 125 ਲੱਖ ਨਬੀਆਂ ਦਾ ਸੁਲਤਾਨ ਬਚਾਏ ਅਲੀ ਬਿਸਤਰ ਤੇ ਸਮ ਕੇ ਖਬਰ ਹੈ ਖਬਰ ਹੈ ਅਲੀ ਇਨਸਾਨ ਨਹੀਂ 125 ਲੱਖ ਨਬੀਆਂ ਦਾ ਸੁਲਤਾਨ ਬਚਾਇਆ ਹੈ ਮਾਸੂਮ ਕੋਲ ਪੁੱਛਿਆ ਗਿਆ ਮਾਸੂਮ ਕੋਲ ਪੁੱਛਿਆ ਨੇ ਕਿ ਅੱਲਾਹ ਅਲੀ ਕੋ ਇਸ ਇੱਕ ਰਾਤ ਜਿਹੜੀ ਮੁਹੰਮਦ ਦੇ ਬਿਸਤਰ ਤੇ ਸਮ ਕੇ ਅਲੀ ਮੁਹੰਮਦ ਕੋ ਬਚਾਇਆ ਹੈ ਅੱਲਾਹ ਅਲੀ ਕੋ ਕਿਤਨਾ ਸਵਾਬ ਦਿੱਤਾ ਹੈ ਮੈਂ ਦੇਖਾਂ ਕਿਹੜਾ ਬੰਦਾ ਹਾਜ਼ਰ ਦਿਮਾਗ ਹੈ ਜਿਹੜਾ ਬੰਦਾ ਸਮਝ ਸੋਚ ਕੇ ਨਾ ਬੋਲਾ ਬੱਖਰ ਤਾਂ ਦੁਖਰਾ ਸੀ ਅਲੀ ਜਿਹੜਾ ਇਹ ਬਿਸਤਰ ਤੇ ਸਮ ਕੇ ਮੁਹੰਮਦ ਕੋ ਬਚਾਏ ਅੱਲਾਹ ਅਲੀ ਕੋ ਇੱਕ ਰਾਤ ਦਾ ਕਿਤਨਾ ਸਵਾਬ ਦਿੱਤਾ ਹੈ ਚੌਥੀ ਸਰਕਾਰ ਫਰਮਾਇਆ ਹੈ ਕਿ ਅੱਲਾਹ ਅਲੀ ਕੋ ਇੱਕ ਰਾਤ ਦਾ ਇਤਨਾ ਸਵਾਬ ਅਤਾ ਕੀਤਾ ਹੈ ਕਿ ਅਗਰ ਮੇਰਾ ਦਾਦਾ ਅਲੀ ਚਾਹੇ ਕਿ ਇਹ ਆਪਣਾ ਸਾਰਾ ਸਵਾਬ ਮੁਹੰਮਦ ਦੀ ਉਮਤ ਤੇ ਵੰਡ ਛੋੜੇ ਮੁਹੰਮਦ ਦਾ ਕੋਈ ਉਮਤੀ ਜਹੰਨਮ ਨਾ ਵੈਸੀ ਹੈਦਰੀ ਚਾਚਾ ਮੁਨੀਰ ਨੇ ਬੋਲਾ ਤੈਨੂੰ ਸ਼ੱਕ ਹੈ
کونی نا گال آخری تے زحمت تمام ایک جنگ بابا انتری دیاڑے لگی رہی ہے میں اکھے علی سواں کوئی نہیں میں دلیل لیندا پیاں علی جیاں کوئی نہیں ایک جنگ انتری دیاڑے لگی رہی ہے چاچا منیر لگی رہی ہے تنویر شاہ جی ذاکرین الماء کل سنتے ہی وے میں وہ جنگ نہیں پڑھنی انتری دیاڑے لگی رہی کوئی فاتح نہ ہویا کوئی مفتو پیندے رہی میں انتالی دیاڑے انتالی دیواڑ محمد مصطفیٰ کا کل میں اللہ مرد کو دے سان جیڑا کھڑ کے لڑتا ہو سی بھجانا لا نہ ہو سی گل آخری تنویر شاہ جی تے اوکھیے تے پتہ نہیں کہندے سیر تو پھر ویسی تے کہ کو سمجھ آسی محمد فرمایا ہے کال میں علم اون مرد کو دے سان جیڑا کھڑ کے لڑن والا ہو سی بھجن والا نہ ہو سی غیر و فرارن بھجن والا نہ ہو سی اے ڈیرے والے میں کو اے دسو اے جیڑے 39 دیہاڑے لڑدے رہن کیا عورتاں ہیں تے بابا انہاں دی داڑھی مچھ وی ہے عورت دا کام نہیں میدان دے وچ آونا جنگ کرنا بابا 39 دیہاڑے میدان وچ کھڑ کے لڑدے رہن مرد ہیں مچھیں ہیں داڑھی ہے مطلب مچھ تے داڑھی مرد ہون دی نشانی نین وگر نہ انہاں دی داڑیاں وی ہیں مچھاں وی ہیں جدن مچھاں وی ہیں 39 دیہاڑے لڑدے وی رہ گن مرد ہیں بال ہی ہن وت محمد کیوں آکھے کل میں علم مرد کو دے سان یا تا آکھو اے مرد نن آکھنا پے گئے کل میں علم مرد کو دے سان توجہ رکھنا بابا میری سمجھ تے ایہو لفظ آندے ہن اے جڑے 39 دیہاڑے لڑدے رہ دین تے پتہ نصیب نہیں ہوئی انہاں واسطے محمد آکھا ہے توجہ رکھنا 39 دیہاڑے لڑن والے تیری تے میری نگاہ دے وچ مرد ہیں محمد دی نگاہ چ کوئی مرد ہا تا او فقط علی ہا حیدری علی اون ولی اللہ ایویں ہے نا بابا محمد دی نگاہ دے وچ مرد ہا تا فقط علی ہا جو محمد کو آکھنا پے گئے کل میں علم مرد کو دے سا بیان مرد تیری تے میری نگاہ دے وچ محمد دی نگاہ دے وچ مرد ہے تو فقط علی آ دعا ظہور حجت خدا بسم اللہ الرحمن الرحیم اللهم کن لولی کل حجت ابن الحسن عسکری علیہ الصلاۃ والسلام صلواتک علیہ و علی ابیہ فی حاضر ساعت و فی کل ساعت ساعت لیل و نہار ولیاً و حافظاً و قائداً و ناصراً و دلیلاً و عینا حتا تسکنہ رزقاتاً و تمتعہ فیہا طویلا یا رب الحسین بے حق الحسین عشق صدر الحسین بظہور الحجت القائم علیہ الصلاۃ والسلام ادرکنی یا مولتی یا سیدہ فاطمت زہرا سلام اللہ علیہ آغیسینی ادرکنی 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 فی سبیل اللہ الہی جو حاضر بیٹھن نیک حاجات قبول فرما میں حکیر دی ڈیوٹی میرے واجب الاحترام دا پڑھیا اس عظیم عزتداراں دا اس مقام تے ٹرایا اللہ عبادت شمار فرما چار دا معصومین علیہ السلام دی عزت و عظمت دا واسطے میرا اللہ جتنے ہاتھ تیری بارگاہ دے وچ اٹھن میرے رزقن تے رزق عطا فرما بے اولادن تا اولاد نرینا عطا فرما بیمار ہن تے شفا یاب یا کرینا اس سال 14 دا زوار بڑا مالک اللہ 14 دی عزت و عظمت دا واسطے بانیان مجالس میرے بھائیاں دی صحیح محنت خرچ اخراجات لنگر نیاز 12ویں بادشاہ دی نالائن پاک دا صدقہ اللہ عبادت شمار فرما انہاں دے مرحومین دے درجات بلند فرما حاضرین دے مرحومین دے درجات بلند فرما شہدائے ملت جعفریہ دے درجات بلند فرما بالخصوص ڈی اے خان دے شہدا دے درجات بلند فرما
مالک اللہ امام کاظم دیاں اوکھیاں قیداں دا واسطے بے گناہ قیدیاں نوں رہائی امام کاظم دیاں اوکھیاں قیداں دا واسطے بے گناہ قیدیاں نوں رہائی نصیب فرما میرا مولا چودھن دی عزتوں عظمت دا واسطے ایک مومن مخصوص میرے پیارے چاچو خان نجمل خان صاحب میاں والے چ بیمار ہیں مالک صحت عطا فرما مالک اللہ ارشد بیمار ہے صحت عطا فرما تو علیم بذات صدور ہیں تو مالک ہیں تو قادر ہیں تو دلاں دے راز بہتر جان دیں جو جو نیک حاجات مومنین و مومنات اپنے دل چ گھدی بیٹھن مالک اللہ نیک حاجات قبول فرما وارث سے حقیقی بقیت اللہ امام العصر امام القائم وارث سے خون حسین امام زمند ظہور تاجیل فرما اس لائق بڑا کے امام دے متھے لگ سکیے دعائیں دی قبولیت واسطے سارے مل کے باواز بلند صلوات تلاوت فرماؤ بارہویں قدی آمد و سلامتی دی خاطر کھلے چہرے نال صلوات تلاوت فرماؤ نعرہ تکبیر اجنی توجہ میرے پاس رکھو خالق اکبر دا نام بلند ہے بلند چاہو نعرہ تکبیر نعرہ رسالت نعرہ رسالت مل کے نعرہ حیدری انج نہیں اس میں علی بلند ہے نجف تک صدا نوئے ہاتھ بلند نعرہ حیدری یا علی حق دا ولی حسینیت یزیدیت سیدادی عظمت بلند صلوات مالک اللہ تھوڑا ٹرایا عبادت شمار فرماوے میرا اس مقام تے پہلا چانس ہے لیکن چاچا جی ممبر تے پہلا چانس نہیں بڑا ہی عظیم مجمع میرے سامنے ہن جڑا ٹائم سا کو ملے کوشش کرے سا مختصر جے ٹائم وچ مکمل مجلس پڑھی ونے چونکہ میرے بعد ہی میں خود پڑھنے میرا عزت والا ویر بھائی اللہ بباس مالک اس تو زیادہ ہے اس تم بخت دے ایک صلوات تلاوت فرماؤ فضائل دا وقت نہیں لیکن بھائی تنویر آخیا بھی شاہ سے پوری مجلس پڑھنی ہے ہن میں دو چار منٹاں علی بادشاہ دی عظمت دا ایک جملہ پڑھی ونجا میں بسم اللہ کراں علی ولی اللہ خالق کائنات دی بے عیب تے لا ریب کتاب توجہ ہے میرے پاس خالق کائنات دی بے عیب تے لا ریب کتاب قرآن مجید سورت توبہ شان بھائی اللہ بابے دے درجات بلند فرماوی خالق کائنات دی بے عیب تے لا ریب کتاب قرآن مجید سورت توبہ آیت نمبر ڈیرے والے 111 رحیم و رحمان اللہ پہ فرمیندن ان اللہ اشترا من المومنین انفسہم و اموالہم بان لہم الجنہ میں اللہ نے جانا خرید کی دین انہاں جانن دی قیمت بڑھ دی ہے جنت میں رحمان نے انہاں دے بدلے انہاں کو عطا کر چھوڑی ہے جنت ہن میں رحیم و رحمان اللہ دی مرضی انہاں جانا کو جتھاں لڑاواں میں بسم اللہ کرنا تھا کہ نہیں سننا توجہ میرے پاس کرنی ہے میں مالک اللہ دی مرضی میں توحید دی مرضی انہاں جانا کو جتھاں لڑاواں ڈی آئی خانے ایڈا عظیم مجمع میرے سامنے ہے جے بندے کو اجا تک سمجھ نہیں لگی دسنا چاہنا جو مالک فرمائے بدر چ لڑاواں میری مرضی توجہ بسم اللہ رل کے بسم اللہ کرا علی ولی اللہ میں بسم اللہ کراں بدر چلنا وا میری مرضی خیبر چلنا وا میری مرضی احد چلنا وا میری مرضی سفین چلنا وا میری مرضی اگر میں انہاں جنگاں تے مضمون پڑھاں تے 3 گھنٹے لگ ویسن دسنا چاہنا مالک پہ فرمیندن انہاں دے بدلے میں عطا کر چھوڑیے جنت ہن انہاں دی مرضی جے کو چاہوین جنت دے وین دسنا چاہنا ڈیرے والیا جنت دے مالک ہن کون جنگ سفین دا میدان کعبے دا کعبہ حسنین دا سونا بابا حوران جنت دی آرزو بطول دا شوہر امیر کائنات بابا جی دل دل معاشر دی زین وچ بیٹھن رہوار دی حجت خدا واگ چاہیے پتر
محمد حنفیہ ڈٹھا جلدی دے نال دوڑے بابے علی دے گھوڑے دی باگی سجا ہاتھ پا کے دے بابا نہ خود کی دیوے نہ زرہ پاتی وے ننگی تلوار چا کے میدان پہ ویندے وے جان دی حفاظت فرماؤ امیر کائنات گھوڑے تو لتھے محمد حنفیہ کو ہاں دے نال لا کے شہنشاہ علی پیشانی دا بوسا لے کے پہ فرمیندے نا حنفیہ کیسی گل پیا کرے نے جان دی حفاظت تے میں علی تدا کراں جو جان میری ہوئے جان تے میں رحمان دے حوالے کی تھی میں نا بسم اللہ علی ان ولی اللہ بسم اللہ کراں جان دی حفاظت بابا جی تدا کراں جو جان میری ہوئے جان تے میں رحمان دے حوالے کی تھی بیٹھا جملہ آخری گھننی دعا ہے اگر اتنا دعا کرے سو ممبر دی قسم یکم تے تھواری دعا دے صدقے کربلا پی اوے نا حسین دی زری تے میں تھوارے واسطے دعا کرے سو بسم اللہ کراں بسم اللہ کراں بسم اللہ کراں الہی آمین مسجد نبوی اللہ دی کل رحمت مجسمہ شرافت رسول حسنین دا نانا بطول دا بابا سمجھ آندی پئی ہے 1,23,999 نبی دا سردار نبی آمنہ دلال مسجد نبوی اللہ دی کل رحمت ممبر تے بیٹھن صحابہ دا مجمعی میں لگا ہوئے جی میں تساں بیٹھے وے انو رسالت ماب بھرا علی دی تعریف شروع کی دیئے جڑا علین ولی اللہ بننا لے بیٹھے توجہ میرے پاسے کریں امیر کائنات دی فضیلت سن کے محمد مصطفیٰ دے سارے صحابی بڑے خوش ہیں ایک منافق بیٹھا بڑا پریشان آ سمجھ دان دی پئی ہے نا بابا میں بسم اللہ کر رہا میں بسم اللہ کر رہا ایک منافق بیٹھا بڑا پریشان آ چاچا دے نیلا پیلا تھی نا بیا اے اٹھے ادے یا رسول اللہ میرے سلام نبی فرمایا علیک السلام یا رسول اللہ اے دسو تھاڈے کول جبرائیل کتنے دفعہ آئے ہے سرکار فرمائے 25,000 دفعہ ادے مولا تھوڑے بھرا علی کول جبرائیل کتنے دفعہ آئے سرکار فرمائے 50,000 دفعہ میرا ادھا مجمع ذاکر میں کو گڈ سین دے بیٹھا 50,000 دفعہ صاحب کتاب لکھے ان دا چہرہ ایویں ہو گئے جویں صبح دے وقت سورج طلوع تھیندا ہے الحمدللہ سارے نمازی بیٹھے وے علی اللہ ہوندے نمازی ہے او بندہ بے شک بلال حیدر شاہ نال نہ بولے جاں سورج طلوع تھیندا نہیں ڈٹھا چہرہ سرخ اکھاں لال قدمہ تے دوئے ہاتھ لا کے دے یا رسول اللہ تساں وڈے ہو یا علی رسول فرمائے میں مقام تھوڑا زیادہ یا علی دا رسول فرمائے میدا صاحب کتاب تساں ہو یا علی رسول فرمائے میں صاحب کلمہ تساں ہو یا علی رسول فرمائے میں 1,23,999 نبی دے سردار نبی تساں ہو یا علی رسول فرمائے میں اللہ دی کل رحمت تساں ہو یا علی رسول فرمائے میں ممبر حسین دی قسم قدمہ تے دوئے ہاتھ لا کے دے یا رسول اللہ مقام تھوڑا زیادہ احترام تھوڑا زیادہ صاحب کتاب صاحب کلمہ صاحب شریعت اول الامر رسول تساں 1,23,999 نبی دے سردار نبی تساں تھاڑے کل جبرائیل 25,000 دفعہ تھاڑے بھرا علی کل جبرائیل 50,000 دفعہ وجہ کیا ہے ممبر حسین دی قسم حسنین دا سونا نانا بطول دا سونا بابا اللہ دی کل رحمت مجسمہ اے شرافت رسول کسے نو کچھ نہ آکھن والا آمنا دلال مسکرا کے منافق دی اکھ چک پا کے دے اے تو نہیں پیا بولیندا تیرا اندر والا بغض علی بہر پیا نکل دے تو میں محمد مصطفیٰ دیو حدیث بھول گئے جد میں محمد مصطفیٰ فرمایا ہا انا مدینہ تل علم و علی ان بابو ہا میں علم دا شہرہ علی ان دا دروازہ وط یاد رکھ جدہ شریف شریف انو ملن آندر اے دیوارہ کراس کر کے نہیں آندے دروازہ آلے پاسو آندر جدہ جبرائیل میں محمد مصطفیٰ کو ملن آندہ میرا سلام کرندہ ایک دفعہ علی دا آندر سلام کرندہ علی دا ویندر سلام بسم اللہ کرو صلوات تلاوت فرماؤ جدہ ہی میں کو ملن آندا ہا میں دا سلام کریندا ایک دفعہ علی دا کریندا ہا لو دفعہ جن دی اتنی عزت ہائی دے ریا لو یار محرم دی دیگر پتر دا کفن کوئی نہیں دھی دی ردا کوئی نہیں مالک تھوڑی ہائے قبول فرماوے
مکانی جی سیداں بہو اوکھی ستر مصائب دی میرے ذمے لائیں کوشش کرے سا میں پوری پڑھ گئی نا عزت اللہ ویر دے حوالے ممبر باب الحوائج دا مصائب اون باب الحوائج دا مصائب ڈیرے والے وہ جڑا ماں کو ماں ہی نہیں سر سکتا اوکھا مصائب اے یہ مصائب اپنی عزت والیاں ماوا بہن دیاں دے سر میں بسم اللہ کراں کربلا دے میدان چاچو جی فرمیندے پین ترے دفعہ دا شہید باب الحوائج اے بازار شام وچ ایک راہب نبیاں دیاں قبراں دا سلام کر کے اے بازار چ گزردا پیا ہا یا اچانک ڈیرے والے بازار چ اعلان ہوئے بازار دا رش ودھاؤ باغی آ گئے ہائے کر چھوڑا میں بسم اللہ کراں میں لکھ واری پڑھدا رہاں آدھے رش ودھاؤ نمازی دیاں بہن آ گئی ہیں اے راہب دے میں دیوار دا آسرا گھدا ہے ادھے سانگن داخلے بازار ہوئیں ادھے میں ڈٹھے پہلے پہلے حبیب ابن مظاہر دی سانگ تے نگاہ پئیے ادھے میں اپنے آپ کو اکھے کربلا سنا ہا جو جنگے تو مسلمان ادھے بے حیا ہو گئے ہیں جو اندھے 187 سال عمر سفید ریشے اندھے تے تلوار چلیں دے شرم نہ نیان دی ادھے پچھو سانگ گزر دیئے گئے ہیں اکبر دی سانگ گزریے ادھے میں سوچا لڑا ہو سی ادھے غازی دا سر گزرے ادھے میں سوچا لڑا ہو سی حبیب دا سر ادھے گزر گیا ادھے قیامت دا منظرہ میری آنکھاں نہ ہوئے نا ایک ایسا سر تے ایسی سانگ داخل بازار ہوئی ادھے میں غور نال ڈٹھے ایک سارا جڑا ماں کوئی ماں ہی نہیں سار سکتا ادھے میں رو کیا کہ اللہ اندھے تو پہلے اندھی ماں مر گئی ہو سی پانسے نال وین آئے مر نہیں گئی پتر دے قاتل نال سفر پہی کریں دیئے مرحبا یا سیدہ نوکرم بابا بس بابا پتر کچھ آئے سا سارے لفظ چھوڑ دیں میدان چاہے ہے ظالم اعلان کیتے قرآن میں لگے دیاں دے ایک بغیرت آدھے قرآن نہیں قرآن تڑا آڑیا جنا اکبر کو برچھی پہ لگ دی ہے چاچا جی بھی ہزار ہس کیا دے اکبر دی برچھی تو ود درد ہس بہیڑ دی چادر دا آدھے قرآن میں لگ دیا دے اندھی کوئی نہیں مننی غریب ٹھڈا صابر کیا دے مسلمان ہو قرآن نہیں ناتے کے قرآن دا آخری ور کے میرا بچڑا تسر ہے کر چھوڑا ہے نا اللہ واسطے میں نو کراں بابا اکبر دے قاتلا تو منگا میرا بچڑا میرا امتحان نہیں منگ پانی آدھے بابا ہتھاں تے بلند کر اج ایویں پانی منگا جویں دادی سیدہ حق منگا ہا ایویں شبیر اتاں آئے سیدہ جتاں ہر مل بیٹا دے ہر ملا جلدی کر اکتا کلام الصغیر ادھے بچے دی کلام بند کری دوجی دفع پانی منگا جیتی ہوئی جنگ ہر ویسو اللہ گواہے ڈیرے والے قیامت دا منظر آئی بابا جی او تیر چائے جڑا جنگاں دے وچ بھجدے ہوئے گھوڑے مرحبا مرحبا بابا نوکراں لکھ واری پڑھ دراوائی او تیر جائے جڑا بجدے ہوئے گھوڑا نمارا ویندا اللہ گواہے ماتمی ازادار ہوئے تیر کمان چپاتا ہے اے کمان دے سرے ملا ہے نہیں گوڑی لائی ہے یا درد مان ڈٹھا ہے امراؤل کہل دی دی ماتم کیتا ہے می بی آدی اس گرا میں پہلی ماہ آجند داج جپیو تیر کمان رکھا میرا بچڑا میں جنگا تو واقع وائیں دا نشان تیرا گل نہیں تیرے باپ دا گل ہے بی بی آدی ہے جی تیرے حصے دا تیر شبیر کو لگا وط میں ماں نہ برسا خان جی ماں دی گل سنے سے باپ دے ہتھاں تے تڑپ ہے عشق مرد پاسے دیکھ کے آدھے میں پانی منگے آئے او تیدا مجرم میاں بے جرم ہے چان مرحبا مرحبا تھکو نہیں میں بسم اللہ کراں میں بسم اللہ کراں میں بسم اللہ کراں بابا میں اگلیاں سطراں ضرور پڑھساں او ماتمیو قیامت دا منظر آئے غریب آدھے میں پانی منگے آئے او تیرا مجرم میاں بے جرم ہے جان
خوف خدا دا ممبر دی قسم ماتمیو قیامت دا منظر آئی بابی اگلیاں سطر نہیں بابا خون دے سمندر قدم بھی رکھدا دیکھے میرے پاسے بابا جی زمین تے بیٹھا ارادہ کیتا ہے میں تیر چلاواں ایندا ہاتھ کمب گیا تیر مٹی تے جھنا ہے دوجا تیر پاتا سی بابا مٹی تے جھنا ہے تریجا تیر کمان چ پاتا ہے تیر مٹی تے جھنا ہے پسرے سادا دے ظالما ایک ہزار تیر انداز دا استاد ہے اللہ دلانا تو بھی معصوم تے تیر کیوں نہیں چلا سکدا تیر کمان مٹی تے بھکا کے آدھے میں تے غازی دے نال لڑنا آیا ہے آدھے میں کمبالاں دے نال لڑائی آدھے میرے نیڑے آ سامنے والی کالی کائنات حل ویندی ہے آدھے رب جانے ماں ہے یائی دی بہن ہے آدھے میں تیر دا ارادہ کرنا ابھی بھی آدھے جانگو ہون دیے نال مرحبا ارحبا نوکر بسم اللہ کران لکھ واری پڑھ دراواں آدھے کالی کناد حل ویندی ہے وین آندھے اپنا تیری دیکھ میرا صغیری دیکھ حوصلے نال تھوڑا میں ایک آواز دیوائے قیامت دا منظر آئی مت میو آدھے میں تیر کمان چ پا دے آدھے میں ارادہ کیتا ہے میں تیر چلاواں آدھے کناد ہلیے بی بی آدھی ہے کمینا اپنا تیر ہی دیکھ میرا صغیر ہی دیکھ او مت میو لگوائے نو بابا تیر چلائے اتھائی جرا جملہ میرے بھائی آکھ پڑھنا چاہنا اے بابے دے ہتھا تیا او شبیر ڈٹھا ہے بچڑے کو تیر لگ گیا ہے جدا علی اصغر کو تیر لگے ماں مٹی تے جھاڑ پئیے بی بی آدھی ہے ظالما ہوندی جنگ نال مرحبا مرحبا نوکراں میں بسم اللہ کراں میں لکھ واری پڑھ دراواں قیامت مندر آئی ڈیرے آلیو بابے دے ہتھاں تے تیر چل گیا ہن شبیر بچڑے کو ہاں دے نال لئی کھڑے آدھے میرے لال میں کو نسا پانی پی دئی آدھے بابا میں کو نسا میرے تے راضی ہیں سیاد آدھے میں راضی میرے نانا محمد راضی میری دکھے پاسے علی ماں راضی اللہ گواہ بابا جی بزرگاں دے وین یاد آ گئی ہے بچڑے کو ہاں دے نال لئی کھڑے کہہ لے اکبر دی لاش دو دے دے کہہ لے غازی دے بازو دو دے دے جبرائیل آ کے بازو ہلائے استاد دا بچڑا اللہ پیا دے صبح اکبر چاہے اتنا نہیں رنا قاسم دے ٹکڑے چاہے نہیں اتنا نہیں رنا اللہ دے نا تیرے سا بچڑا پیا رہی شبیرا دے لاگ وکری گئی ہائے او مال میں دیکھوں او کھڑا بخت اپنا تو تھکا بیٹھ ادھا وین بیا گلا میرا ساتھ نہیں دیندا قیامت دا منظر آئی دیکھے میرے پاسے ہن بابا پتر کچھ آئے خیام دے دروازے تے آئے سیادہ دے تطہیر دے پردہ دار جلدی آؤ میرا اصغر پانی پی آئے او مات میں او قیامت دا منظر آئی ماں جلدی دے نال آئیے بی بی دی کیڑی حالت ہے کہلے شبیر دو دے دیے میری سین کہلے صغیر دو دے دیے میرا امام آدھے رباب تو کوف او بیگانی ہے او ذرا پتر کو رو او جھال جھال کے سیادہ دے احسان کی دائی بابا دے بلند صلوات ہوں ذاکر اہل بیت حلب عباس بلوچ بکھر شہادت امام حسین علیہ السلام پڑھ سن اس تو بعد عاشق بھائی تسیں ممبر تے آ ونجو باقی جڑے ذاکرین بجدے پین تو مہربانی کر کے سارے ممبر تے آ ونجو بابا دے بلند صلوات نعرہ
محمد واجل فرج آل محمد صلوات پڑھو سارے صاحبان مل کے بآوازِ بلند، تعداد کافی ہے، بآوازِ بلند صلوات پڑھو، نعرہِ تکبیر، نعرہِ تکبیر، نعرہِ رسالت، نعرہِ رسالت، نعرہِ حیدری یا علی، نعرہِ حیدری، صلوات پڑھو سارے صاحبان مل کے بآوازِ بلند۔ تسا تمام واجب القدر دٹورایا اور میرے مرشدان دی صفے ماتم وچ ہی بارواں آقا اپنی بارگاہ دے وچ قبول فرماؤ۔ مالک اللہ آج دی مجلس دا صدقہ سید بشیر حسین شاہ دے درجات بلند فرما۔ جتنے میرے واجب الاحترام مومنین تشریف فرما ہیں، انہاں دے جتنے مرحوم دنیا ٹر گئے، مالک اللہ جنت چالا مقام عطا فرما۔ مالک اللہ اگر کوئی مومن مصیبت اچے تو مصیبت دور فرما۔ مالک اللہ مرشداں دے نال گھراواں دے جوڑ سلامت فرما۔ مالک اللہ اگر کوئی مومن مشکل اچے تو مشکل آسان فرما۔ مالک اللہ اگر کوئی مومن بے اولاد ہے تو کربل دے وچ علی بادشاہ دیاں نفیس مزاج نوحاں دا صدقہ مالک اللہ اولاد نرینہ عطا فرما۔ مالک اللہ مظلوم کربلا دے آخری سجدے دا واسطہ آج دی مجلس دا صدقہ مالک اللہ حق دے وارث دا جل ظہور عطا فرما۔ صلوات پڑھو سارے صاحبان مل کے بآوازِ بلند۔ کوشش ہے لمحہ بلمحہ عبادت وچ گزرے، نہ کسے دی دل آزاری نہ کسے دی دل شکنی، وقت کو مد نظر رکھتے ہوئے دین لہ گئی ہے اور حکم میں بھی شہادت مظلوم کربلا میں بسم اللہ کراں۔ یقیناً کوئی مدینہ چھوڑ کے آئی ہو سی، کوئی شام چھوڑ کے آئی ہو سی، کوئی ڈاڑے دا ذکر سنن واسطے قوم چھوڑ کے آئی ہو سی، اور میرا دل چاہندا ہے اس تھوڑے جے وقت وچ اپنے مصائب دا آغاز، فضائل دا تا وقت ہی نہیں اور میں انتظار بھی نہیں کریں دا، اپنی اسینی کو جڑی شام وچ آئیے تا وہ مصائب سنن نہیں آئیے ویر دا، تو میرا دل چاہندا ہے میں اپنے مصائب دا آغاز اکبر دے تسے بابے دے مصائب دا آغاز قرآن تو شروع کراں۔ سورہ بقرہ پارہ نمبر 2، اللہ قرآن نہیں چاہتے، میرا بندہ میں تے کو عزم ساں، خالق قرآن نہیں چاہتے، میرا بندہ میں تے کو عزم ساں، تو میری مخلوق ہے، میں تیرا رب ہوں، مالک کیویں عزم سے، فرمایا جی میں میری مرضی۔ خالق قرآن دے وچ آدا پیے اولاد دے درد نال ازماواں میری مرضی، خالق قرآن دے وچ آدا پیے دکھا نال ازماواں میری مرضی، خالق قرآن دے وچ آدا پیے وطن تو بے وطن کر کے ازماواں میری مرضی، خالق قرآن دے وچ آدا پیے زخماں تے پیاس تے بھکھ نال ازماواں میری مرضی۔ اور اتنے مصیبتاں، اتنے دکھ، اتنے ظلم ہون دے باوجود انسان صبر کرے،
اور آگے سے کہہ دے انا للہ و انا الیہ راجعون۔ ڈیرے والے ہو، اللہ دی اس وسیع تر کائنات وچ اللہ دی ذات نے سب تو پہلے جس ہستی دا امتحان کی دیون دا نام ہے آدم نبی، حابیل تے قابیل دے قتل وچ رنے اللہ دا نبی، اور تفسیر قرآن آدی اتنا رنے اللہ دا نبی جو جنگل دے جانور رنے، جدن جانور رنے نا اس ویلے آواز توحید ہے، بس آدم تیرا سفر مک گیا، میری ذات دے پرچے نہیں مکے۔ جملہ بس یہ منت کرے سب جملے تے غور کرنی ہے، اللہ واسطے ذہن دے دریچے کھول کے نوکر دی گل دا وزن کرنے۔ وقت کمرے امتحان وچ اللہ دی ذات نے قرآن دے جناب نوح علیہ السلام کو بلایا کڈن، او جڈن پتر ڈبدا ڈٹھے سی تے جھولی ودھا کیا کہ مالک میرا جوان پتر بچا چا، آواز توحید آئیے نوح اس نو میں تیری نسل وچ کڈ چھوڑیا ہے، لہذا خاموش، تے نوح وت بولے ہے، ہن آواز توحید پہ یاد آئیے نوح تیرا سفر مک گیا، میری ذات دے پرچے نہیں مکے، وت کمرے امتحان وچ میں ایک نتیجے تے پہنچنا چاہنا جس وجہ تو میں قرآن دی سطر شروع کیتی ہے۔ وت کمرے امتحان وچ اللہ دی ذات نے ابراہیم علیہ السلام کو بلایا، جملہ غور نہ سنے، کڈن جڈن پوتر کو ذبح کرن لگے، تفسیر قرآن آدھی جڈن ارادہ کیتا سنا میں چھری چلاواں تے دل دکھے، تفسیر قرآن آدھی جناب ابراہیم علیہ السلام پٹی کی دیے، پٹی گھن کے اپنی اکھاں تے بدھیے، اکھاں تے بدھ کے ارادہ کیتے چھری چلاواں، فوری وئی آ گئی میرا حبیب میں راضی، لیکن یہ میری اور تیری محبت دے درمیان یہ پٹی فطرت آ گئی ہے، لہذا تیرا بھی سفر مک گیا، میری ذات دے پرچے نہیں مکے۔ وت کمرے امتحان وچ اللہ دی ذات نے جناب یعقوب علیہ السلام کو بلایا، یوسف دی جدائی وچ قرآن ادے اتنا رنے اللہ دا نبی، اکھیاں دی بنائی مک گئی، آواز توحید ہی بس یعقوب مکے، وت کمرے رو پی اللہ دا نبی، مالک امتحان میرے تو بھر ہے، آواز توحید ہی بس یونس تیرا سفر مک گیا، میری ذات دے پرچے نہیں مکے۔ ڈیرے والو، تمام نبیوں دے وچوں صابر نبی ہے جن دا نام ہے ایوب علیہ السلام، وت کمرے امتحان جناب ایوب علیہ السلام کو ذات توحید بلایا، کڈن او جڈن لوگاں نہ آکھا بی بی کو جو سر دے سنہری وال وکھا، میں بسم اللہ کراں، جتنا بھی صابر رہی سجدے چ سر چا کے آسمان والے پاسے منہ کر کے دے مالک اس تو پہلے میں موت دے چا، میں بسم اللہ کراں، اس تو زیادہ میرا صبر کوئی نہیں، آواز توحید ہی بس ایوب تیرا سفر مک گیا، میری ذات دے پرچے نہیں مکے۔ پڑھ تفسیراں، پڑھ قرآن، پڑھ تاریخ الاسلام، پوچھ اپنے اپنے پسندیدہ علماء کو، آدم دا سفر مک گیا، اللہ دی ذات دے پرچے نہ مکے، نوح علیہ السلام دا سفر مک گیا، اللہ دی ذات دے پرچے نہ مکے، ابراہیم علیہ السلام دا سفر مک گیا، اللہ دی ذات دے پرچے نہ مکے، جناب یعقوب، جناب یونس، حتی جناب ایوب دا سفر مک گیا، اس دی ذات دے پرچے نہ مکے۔ ہن سنیے یشیے، ہن تیرا اپنا مزاج، جملہ غور نہ سنے، میں عباس دے اس پاک علم دی قسم کربلا دے وچ اوندے پرچے مک گئے، حسین دا سفر نہ مکیا، ماں حسین دی راضی ہوئی، کسے ویلے اکبر دی لاش ہاں اللہ کیا دے، ہن دسانا میرے تے راضی ہے، میں بسم اللہ کراں، کسے ویلے عباس پھرا دے کٹے ہوئے بازو ہاں نہ لیندا ہاتھ جمدا ہاتھ آدھا، ہن راضی ہے، کسے ویلے یتیم بھدریجے دی لاش دے ٹکڑے چن چن کے آدھا ودا آئی، ہن راضی ہے، میں بسم اللہ کراں، علامہ نکن آدھے جنن چائیس نہ علی اصغر دی لاش تے اس ویلے آواز توحید یہ حسین تے اکبر دیتا تے قاسم دیتا تے عباس دیتا تے اون محمد دیتا
تے اصغر کنہا چھوڑا مانگی نہ قربانیاں دے بدلے میں اللہ تے حسین کو کہہ دیواں جملہ غور نہ سنے صاحب کتاب دے اصغر دی لاش چاہی کھڑائی نہ شبیر ایویں گرم زمین تے رکھ کیا دے مالک حسین تیرا محب ہے مزدور کوئی نہیں ماں حسین دی راضی سید عائشہ اللہ تعالی کسے دا محتاج نہ کرے میں بسم اللہ کر مالک میں تیرے نال محبت دا سودا کیتا ہے کربلا دے میدان چ پتر مرا کے بھرا مرا کے کربلا دی گرم زمین تے کھڑے بس یہ ایک جملہ تے وین کر دے وقت نہیں یہ جملہ سننے ابلیس آئے کربلا دی زمین تے ذات توحید نال گل کر کے آدھے پیے مالک جڑا اے گرم زمین تے بیٹھے پتر مرا کے بھرا مرا کے مہمان مرا کے تے بیٹھی مطمئن نے اے کون نے فرمایا میرا عاشق ہے جڑا آکھے میرا عاشق ہے وت آواز توحید ابلیس جڑا میں تے کو جنت چوں کڈیا ہائی تیں میں کو آکھائی جو میں دنیا تے ون کے تیرا نام مٹا چھڑے ساں تے میری ذات تیرے نال وعدہ کیتا ہے جو میرا نام نہیں مٹ سکدا جملہ ہن غور نہ سنے جڑا کس نے میرا نام نہیں مٹ سکدا آواز توحید یہ ابلیس تین پتہ ہے جو میں گل کیوں کیتی آئی ابلیس آدھی کیوں کیتی آئی آواز توحید یہ ابلیس جڑا او تیراں دے مسلے تے نہیں بیٹھا میں اس دے اعتماد تے آکھیا ہائی میں بسم اللہ کرم میں پتہ ہائی ان بھین دا برکا دیونا پیا دے چھڑے سی میری ذات بچے سی ان دھی تے دور دیونے پے دے چھڑے سی میری ذات بچے سی تیران دے مسلے تے بیٹھے ہن اٹھے شبیر تلوار دی ٹیک گھن کے سدھا خیام دے دروازے تے آ کے بھیڑا دا سلام کیتا علی دی اندھیاں ایویں آئیں جیویں جھیکا لے پاسے پانی آندا ہے بھیڑ کول آئیے بھیڑ دے پاسے دے کیا دے میں اجازت منگنا یا جڑا آخیا سے نا اجازت منگنا ہے اس ویلے بھیڑ بھرا دے پاسے دے کیا دیا جا بھیڑ جی دیے اس حالت تے نہ ونجن دے ساں کمر بند دادی ابراہیم علیہ دے ساں اماما نانے محمد علیہ دے ساں ابا نانے محمد علی دے ساں نالین نانے محمد علی دے ساں ہن جڑا شبیر دی بھیڑ کیتی ہے تیاری ہن اکبر دا بابا اپنے آپ نال گل کر کے دے میں غریب تو ہو گیا اج کوئی ایہو جیاں ہووے آ نا جڑا غریب دی غربت تے احسان لاوے آ تے مینوں گھوڑے تے زین پا دے ویا تیرے آلیو جملہ غور نہ سنے شبیر پہلے خیمے گئے وت دوجھے گئے تے جڑن تریجے خیمے چ ونجے دیکھے تے گھوڑے تے زین موجود اے میں بسم اللہ کرا اکبر دا بابا کئے ویلے سجے دیکھے تے کئے ویلے کھبے تے رو رو کیا تے کھڑو تے کئے میری غربت تے احسان لائے آئے یا پاسے نال لاہور دی ملکہ آگے ودیے تے بھرا دے قدمہ دے پاسے دے کیا دے میں تیرے نوکر غازی دی بھینا میں بسم اللہ کرا سیدہ راضی ہوئے گھوڑے تے زین میں پائیے جلدی دے نال شبیر اگے ود کے بھیڑ دے سر تے ہاتھ رکھ کیا دے ایڈا سا نہ تین کے پتا جو گھوڑا تے زینا کیویں رکھیندیاں اس ویلے بھرا دے پاسے دے کیا دے جڑی رات گزری نہیں میرا بھرا عباس ہے میرے خیمے دے وچ میرا ہاتھ نہ کے علیحدہ خیمے دے وچ گھن گئے جڑن میں ونجا دیکھا گھوڑا بھی موجود ہے زین بھی موجود ہے تے غازی میرے پاسے دیکھ کے آدھا ہائی میرے پاسے غور نال ویکھے میری بھین گھوڑا تے زینا رکھیندیاں انہی نہیں لہیندیاں انہی نہیں تے میں ہاتھ بن کے آکھے غازی بھرا اے کم جوان کرے نے میں نے کیوں دسیں نے اس ویلے میرے گل چ بئی پا کے تے ڈھائی مار کے رنے تے رو کے آ دے گل اے نہ کر نہ کل میں غازی ہو ساں ماں حسین دی راضی نہ اکبر ہو سی نہ قاسم ہو سی فرزندے زہرا کو گھوڑے تے زین تو پا دے وے آقا اے زین میں پئیے ہن شبیر ہاتھ چائے بھیڑ دے سر تے رکھیے بھیڑ تیرا بہو وڈا احسان ہے میں تیرا شکریہ ادا کرے نا جڑا میری غربت تے احسان لے آئی جلدی دے نال ایویں بھرا دا ہاتھ نپ کے آ دیے نا وے آقا تیری بھیڑ تے ہے زینب تیری بھیڑ تے ہے کلثوم میں تے کنیز دی دھی آئے
اس ویلے شبیر دا منہ نجف والے پاسے پھرے تے رو کے دے کمال ہو گیا اون آدھریاں 32 سال توں میرا ویر ہے او نوکر سڈویندا آئی میں بسم اللہ کر اینا دا تو میری بھین ادی میں کنیز دی دی ہے ہن اکبر دے تسے بابے گھوڑے دی واگ وچ ہتھ پئے علامہ نکلا دے معاشر تئیں مومن رت روے معاشر تئیں مومن رت روے حسین بادشاہ دی آخری حقل دا مل نہیں ایویں گھوڑے دی واگ وچ ہتھ پا کے سجے کھبے ڈٹھے سن جو سوار کراون والا کوئی نہیں پتی میں نجف دے پاسے منہ کر کے آدھا پیے بابا علی ہن پتر غریب ہو گئی آ دیکھنا آج میں گھوڑے تے سوار کراون والا کوئی نہیں دے دیا لیو یہ اتنے تے گھوڑے دی واگ دے وچ نہ کہ مستور دا ہتھ آئے آوازاں دے چڑھا بیوا بھر جائی چڑھاواں آئی سیدہ راضی میں نہ کر بابا اکبر دا بابا رو کیا دے کون میرے گھوڑے دیواگ نے پڑا لیا اچا وین کر کے آ دیے وارث دی لاش تے تیر لگے پتر جیندا ہائی تے لاش تے گھوڑے بھج گئے آواز آندے میں قاسم دی ماوا حسن دی زوجا اکبر دا بابا راج رو نہیں رو کیا دے وڈیاں بھر جائیاں ماوا دی جاؤں دی نا میرے گھوڑے دیوا آگ چھڑ دے ماں حسین دی راج ہے تیرے واسی چے او جوانو جنا آکے جو گھوڑے دیواگ چھڑ دے حسن دی بیوا گھوڑے دیواگ چو ہاتھ کڑے یا پاسے نالو دو ہاتھ واد پے یب نازارا اللہ دے نا تے جڑے رات نال پیر بھرے ہوئے نی انہ تلیاں تے راکھ آ آج میں چڑھاواں اکبر دا بابا رو کیا دے ہن کونے علی دی دھیرو کیا دیے تیری چھوٹی بہن کلثوم آئے ماں حسین دی راضی رو کے بی بی پیا دیا حسین ویر میں نے ہکے گل دا جواب دے چھوٹیاں بہنا کے ہونی ہے نا اکبر دا بابا رو کے آ دے چھوٹیاں بہنا دھیاں دی جا ہو دی ہے نا رو کے علی دی بے اولادی پیا دیے جے چھوٹیاں بہنا دھیاں دی جا ہونی ہے نا وات ساڈے ویڑے دا نانا محمد بھی تو ہے بابا علی بھی تو ہے حسن بھرا بھی تو ہے او جوانو مہ زہرا بھی تو ہے اسا مدینہ چھوڑے مت تو بچدا ہوے اسا نجف پیو دی قبر تے نہ گئے مت تو بچدا ہوے اسا بتھے آرام تروڑے مت تو بچدا ہوے ہور گھوڑے دی واگ وچ ہاتھ پایا اسا چپ کر گئی ہے مت تو بچدا ہوے دونوں کربلا آئیاں ہے اسا چپ رہی ہے مت تو بچدا ہوے چھے محرم دے دن دریا دی من تو خیمے پٹین دے رہن اسا چپ رہی آئے مت تو بچدا ہوئے سات محرم پانی بند ہو گیا اسا چپ رہی آئے مت تو بچدا ہوئے علی دی دھیرو کے آدھیے اکبر بچڑے نو سینے دے وچ حسین برچھی ماریے اسا چپ رہی آئے مت تو بچدا ہوئے چندے آسرے تے وطن تو ٹریا سے اندے بازو کلم ہو گئے اسا چپ رہی آئے مت تو بھجدا ہوئے اللہ دے نا تے ہکلا دا رک بھین آن دی پئیے او ڈیرے آلے او پہلی دفعہ دھی علی دی موت دا سندلا بدھے اتھا آئیے جتھا غازی دا پتر فضل زمین تے لکیرہ ماردہ پی آئے علی دی دھی غازی دے پتر دے سامنے بے کیا دیے فضلا میں خالی ولی اوئی ماں دی دی آئے ماں حسین دی راضی ہوئی ہے اللہ دے نات میں تین بھرا حسین تو گھوڑا لے دین دی ہوں گھوڑے تے چڑھ سیدھا مدینے میرے نانے دی قبر تے لگاوان قبر تے میرا بھرا حنفیہ قرآن بیٹھا پڑھ دا ہو سیا حنفیہ کو ون کے آنکھ
بے اولاد بھین پیا دیے جلدی آ میں اکبر مرائی بیٹھی آ جلدی آ میں غازی دے بازو قلم کرا بیٹھی آ ان آکھ قاسم جیندا ہائی تے لاش تے گھوڑے بھج گئے ان آکھ بھین پیا دیے یا بھرا دا سر بچ گئی یا بھین دا برقع تیرے مذہبی جائزے تیرے مذہبی جائزے سیدہ راضی سیدہ راضی او جوانو غازی دے بچڑے زمین چھوڑیے ایویں ہاتھ بن کے آدے سین اللہ دے نا تے نہ میں مدینے بھیج نہ حنفیہ بولا اللہ دے نا تے پھرا حسین تو میں گھوڑا لے دے رو کے بی بی آدھے گھوڑے دا کے کرے نے رو کے فضل آدھے گھوڑا بھی لے لے ظلمکار بھی لے دے اللہ دے نا تے میں اجازت چڑے اے نا لکھ جانے ماں حسین دی راضی جدا آکھے نو لکھ جانے آوازاں دے غازی دا بچڑا فضل جانے او جوانو اس ویلے شبیر اگے ودے ایویں فضل دا منہ چمکیا دے مرحبا میرا لائق بچڑا میں راضی آئے او جوانو شبیر ود گھوڑے دی واگ چ ہتھ پائے نہیں پتا ماں چڑھائے نہیں پتا بھرجائیاں چڑھائے نہیں پتا دھیاں چڑھائے ایویں نجف دے پاسے منہ کر کے آدے بابا علی آ میری غربت دیکھ جیڑا شہید میدان والے پاس گئی ہے انہاں دے گھوڑا دیاں واگاں انہاں دیاں ماواں نہ پیندیاں رہی ہے آج میری ماں کھوئی رہی ہے او ڈیرے والے او اکبر دے بابے اے گل کیتی ہے یا زینب اینو اٹھیے جویں پکھی نو گس لگدا ہے ایویں گھوڑے دی واگ چت پا کے آ دی جھکیا گلاں دا کر میں ماں بتول بڑھ کے چڑھا وڑائی آیا او ماتمی او اکبر دا بابا چڑھ گیا نہیں پتا کہ چڑھایا او جوانو شبیر دا گھوڑا دریا دی من اتے آیا ایویں شبیر تلوار کڈ کے آکھے اللہ اکبر او جوانو سجے دیاں فوجاں کھبے بھج پئی ہیں کھبے دیاں فوجاں سجے بھجی ہیں اکبر دا بابا رو کے آدے ہن کھڑ کے لڑو تساں میرے اکبر نو مارے ہن کھڑ کے لڑو تساں میرے غازی دے بازو قلم کیتے او جوانو یا اتنے تائی کنڈ تے ماں دے ہاتھ لگے حکل مار کے آدھے حسین دین ان تا نہیں بچدا ماں حسین دی راضی اکبر دا بابا رو کے آدھے زل جنا اللہ دے نات اس جگہ تو میں نے 70 قدمان دے فاصلے تے لہا چھوڑ او جوانو وقت اجازت میں نیندا 60 قدمان تے زل جنا ٹردا اے اگے نہیں ویندا کئی ویلے سجے ٹر ویندا اے کئی ویلے کھبے ٹر ویندا اے اکبر دا بابا رو کے آدھے میں 10 قدم اگے بننے کیوں نہیں ویندا او جوانو بھاویں حیوان آئی اپنی زبان دے وچ راج رنے رو کے آدھے مولا اللہ دے نا تیرا سا میں اگھا کین ونیا اتھا آدھ رات لے تیری ماں والا نال بہاری دے دی رہی ہے میں کو آدھی آئی سنیان میرے تسے دے لاما ڈالی سیدہ راضی سیدہ ہے کر چھوڑ او جوانو اجا زل جنا سچیندہ ودائی یا ہی کب غیرات ایویں نیزے دوار کی تے جڑا حسین دی کانڈی چلگے آیا حکل مار کے آدھے اکبر بچڑا غازی ویران میلان دا پیا او جوانو فوج نسیاں ہوئیں واپس والی ہیں کوئی اکبر دے باپنو تلوار مریندہ ہے کوئی نیزہ مریندہ ہے کوئی تیر مریندا ہے کوئی تماچا مریندا ہے زل جنا کو لا کے آدھے آکھے تتن مدینے لے جاواں آکھے تتن نجف لے جاواں او جوانو شبیر راج رنے رو رو کے آدھا پیا ہائی تور ون گھوڑا تیرے مزہ بھی جائزے تیرے مزہ بھی جائزے او جوانو شبیر سجدے دے وچ سر رکھیا یا کائنات دے بغیر تو حسین دیاں زلفاں چ ہاتھ پایا ہے ایڈو پہلی ضرب چلی ہے نا
نبیاں تو جنت بھول گئی ہے دوجی ذرا بچلیے جنت البقیع بطول تو چھٹ گئے ستویں ذرا بجلدی پی آئے یا قاتل دے خنجر چ ہاتھ پایا ہے رو رو کے آدھی پی ہے ہاتھ کاٹ میرے پیو دیا ہائے زلفاں جو او باشندہ کو میں جفا دا او کانڈ خالی وے ماتمی حسین اللهم صل على محمد وآل محمد الہی بحق شاہ مرسلان شتابی حضیر امام زمان الہی بحق جناب علی مرتضی ہو پوری ہماری ہر کلتجا الہی بحق جناب بطول ندل مومنوں کیوں ہرگز ملول الہی بحق جناب حسن وسسب دین خدا کا چمن الہی بحق حسین شہید مومن کا ہر دن روز عید الہی بحق اسیر کربلا جو بیمار ہے مومن وہ پائیں شفا